ਪਹਿਲੀ ਵਾਰ ਤਾਂ ਮੇਰੀ ਪਈ ਸੀਗੀ 7ਵੀਂ ਪਲੇਸ ਜਿਹੜਾ ਡਿਸਟ੍ਰੈਕਟ ਦਾ ਕੀਤਾ ਸੀ ਓਕੇ ਫਿਰ ਕੋਰ ਸਾਹਿਬ ਨੂੰ ਪੁੱਛਿਆ ਬਈ ਗਲਤੀ ਕੀਤੀ ਕਿਉਂ ਕਹਿੰਦੇ ਤੂੰ ਲੱਤਾਂ ਨਹੀਂ ਲਾਂਦਾ ਲੱਤਾਂ ਹੀ ਲਾਂਦੇ ਨਹੀਂ ਹੁੰਦੇ ਕਿਉਂਕਿ ਰੋਲਾ ਹੀ ਡੋਲੇ ਦਾ ਸੀਗਾ ਲਾਂਦੇ ਨਹੀਂ ਵੈਲਕਮ ਟੂ ਕੈਨਕਾ ਸ਼ੋਅ ਬਾਈ ਸੋਹੰਗ ਰਾਜਪੂਤ ਅੱਜ ਦੀ ਜਿਹੜੀ ਸਾਡੀ ਕਨਵਰਸੇਸ਼ਨ ਸੀਗੀ ਉਹ ਸੀਗੀ ਕਮਲਦੀਪ ਕਾਮਾ ਨਾਲ ਜਿਹੜੇ ਕਿ ਮਿਸਟਰ ਵਰਲਡ ਮਿਸਟਰ ਵਿਕਟੋਰੀਆ ਮਿਸਟਰ ਆਸਟ੍ਰੇਲੀਆ ਐਂਡ ਹੋਰ ਵੀ ਬਹੁਤ ਕੁਝ ਰਹਿ ਚੁੱਕੇ ਨੇ ਆਪਣੇ ਬੋਡੀ ਬਿਲਡਿੰਗ ਕੈਰੀਅਰ ਦੇ ਵਿੱਚ ਮੈਂ ਇਸ ਕਨਵਰਸੇਸ਼ਨ ਬਾਰੇ ਜਿਆਦਾ ਕੁਝ ਨਹੀਂ ਦੱਸੂਗਾ ਲਾਈਕ ਸ਼ੇਅਰ ਕਮ and thank you for watching welcome to kenka show paaji thank you time kadde liye finally suher da wait kar rahe haan tusi time kaddeya nahi dhanwaad toda ethe bulaan da veh bhi hai na jadon jung blood nu milda hai veh energy je aa jandi hai so ajj kitna time ho gaya main 11:00 baj gaye 12:00 baj gaye 12:00 baj gaye raat de hai na suher de ਸਵੇਰ ਦੇ ਬਾਰੇ ਇਹ ਰੋਈਆਂ ਕਹਿੰਦੇ ਆ ਹਨ ਪਰ ਕੋਈ ਨਹੀਂ ਚਾਹ ਪੀ ਲੈ ਗਰੰਟ ਆ ਗਿਆ ਦੈਟਸ ਫਾਈਨ ਸਭ ਤੋਂ ਪਹਿਲਾਂ ਆ ਦੱਸੋ ਢੋਲੇ ਦਾ ਰੋਲਾ ਕਿੱਥੋਂ ਸ਼ੁਰੂ ਹੋਇਆ ਇਹ ਜਿਹੜਾ ਢੋਲੇ ਦਾ ਰੋਲਾ ਇਹ ਜਦ ਦੀ ਅਸੀਂ ਸਟਾਰਟ ਕਰੀ ਐ ਮੈਂ 96 ਚ ਸਟਾਰਟ ਕਰਿਆ ਲੋਹਾ ਕੁੱਟਣਾ ਠੀਕ ਐ ਇਹ ਉਦੋਂ ਹੀ ਰੋਲਾ ਹੀ ਢੋਲੇ ਦਾ ਉਹ ਚੱਕਰ ਕੀ ਸੀਗਾ ਸੀ ਜਦੋਂ ਸਟਾਰਟ ਕਰਿਆ ਯਾਰ ਆਹੀਂ ਢੋਲੇ ਵਾਲ ਨੂੰ ਹੀ ਦੇਖਣਾ ਮੇ ਢੋਲੇ ਬਣ ਗਏ ਕਿ ਨਹੀਂ ਬਣ ਗਏ ਢੋਲੇ ਬਣ ਗਏ ਕਿ ਨਹੀਂ ਬਣ ਗਏ ਹਨਾ ਸ਼ਰਟ ਤੋਂ ਕਿੰਨਾ ਕਿ ਟਾਈਟ ਹੋ ਗਿਆ ਤਰੋਂ ਕਿੰਨਾ ਡੈਟ ਹੋ ਗਿਆ ਕੋਈ ਕਹਿੰਦਾ ਮੇਰਾ ਬਣਦਾ ਨਹੀਂ ਕੋਈ ਕਹਿੰਦਾ ਮੇਰਾ ਆ ਸ਼ੇਪ ਨਹੀਂ ਆ ਕੋਈ ਕਹਿੰਦਾ ਉਹ ਸ਼ੇਪ ਨਹੀਂ ਆ ਉਹ ਫਿਰ ਮੈਨੂੰ ਕੀ ਮੇਰੇ ਦਿਮਾਗ ਕੀ ਮੈਂ ਕਿਹਾ ਯਾਰ ਇਹ ਰੋਲਾ ਹੀ ਡੋਲੇ ਦਾ ਆ ਆਪਾਂ ਜੇ ਚੰਗੀ ਤਰ੍ਹਾਂ ਸੋਚੇ ਹੁਣ ਤੁਸੀਂ ਆਪਣਾ ਦੱਸ ਲਓ ਤੁਹਾਡਾ ਇਹੀ ਹੁੰਦਾ ਕਿ ਜਦੋਂ ਇੱਕ ਬੰਦਾ ਬੋਡੀ ਬਿਲਡਰ ਹੈ ਹਾਂਜੀ ਉਹਨੇ ਟੀ-ਸ਼ਰਟ ਪਾਈ ਆ ਤੇ ਜਿਹਦੀ ਵੀ ਨਿਗਾ ਜਾਂਦੀ ਆ ਚਾਹੇ ਉਹ ਜਿਮ ਕਰਦਾ ਨਹੀਂ ਕਰਦਾ ਹੈਨਾ ਮਹਿਕਮਾ ਜਿਹੜਾ ਮਰਜੀ ਉਹ ਤੇ ਨਿਗਾ ਡੋਲੇ ਤੇ ਜਾਂਦੀ ਹੈ ਹੂੰ ਬਜ ਦੇ ਡੋਲੇ ਵੀਜ਼ੀਬਲ ਆ ਹੀ ਆ ਨਾ ਬਟ ਡੋਲੇ ਬਜ ਦੇ ਬੜੇ ਘੈਂਡ ਹੈ ਹੈਨਾ ਕੋਈ ਕਹਿੰਦਾ ਕਿ ਪੱਟ ਬੜੇ ਘੈਂਡ ਆ ਜਾਂ ਸਾਦੀ ਬੜੀ ਘੈਂਡ ਕੋਈ ਨਹੀਂ ਕਹਿੰਦਾ ਸਹੀ ਕਹਿੰਦੇ ਕਿ ਡੋਲੇ ਬੜੇ ਘੈਂਡ ਸੋ ਮੈਂ ਕਿਹਾ ਰੋਲਾ ਹੀ ਡੋਲੇ ਦਾ ਹੋਰ ਤਾਂ ਕੋਈ ਰੋਲਾ ਹੀ ਨਹੀਂਗਾ ਸੋ ਉੱਥੋਂ ਚੱਲ ਗਿਆ ਰੋਲੇ ਦਾ ਡੋਲਾ ਹ ਤਾਂ ਡੋਲੇ ਦਾ ਰੋਲਾ ਤੋਂ ਹੁਣ ਸਾਡਾ ਤਾਂ ਅਸੀਂ ਤੱਕਿਆ ਕਲਮ ਤੇ ਕਿੰਨੇ ਇੰਚ ਦਾ ਹੈ ਸਾਡਾ ਮੈਂ ਕਦੇ ਮਣਿਆ ਨਹੀਂ ਕਦੇ ਨਹੀਂ ਮਣਿਆ ਨਾ ਕੰਦਾ ਇੰਚ ਦਾ ਕਿੰਨੇ ਇੰਚ ਦਾ ਡੋਲਾ ਲੋਕੀ ਹੋਰ ਨਾ ਕੋਈ ਮੀਮ ਬਣਾਵੇ ਮੇਰੇ ਨਨ ਸੋ ਡੋਲਾ ਮੈਂ ਕਦੇ ਮਣ ਬਣਾ ਨਹੀਂ ਹਾਂ ਇੱਕ ਵਾਰੀ ਬਣਿਆ ਸੀਗਾ ਉਹ ਵੀ ਜਦੋਂ ਭਰਤੀ ਹੋਈ ਸੀ ਜੰਮ ਦੇ ਵਿੱਚ 1996 ਦੇ ਵਿੱਚ ਉਦੋਂ ਸੀ 6 ਇੰਚ ਦਾ ਉਦੋਂ ਭਰਤੀ ਹੁੰਦੀ ਸੀ ਕਿ ਇਦਾਂ ਹੁਣ ਵੀ ਭਰਤੀਆਂ ਹੀ ਹੁੰਦੀਆਂ ਹੁਣ ਕੀ ਹੁੰਦਾ अच्छा मुझे में जाने भर्ती कराने हां अच्छा वही भर्ती करना मैं बता नहीं तो भर्ती होती है मैं पहले चेक कर दे होंगे तो पहुंच भर्ती होती है ना उधर ही हां उधो सारी मेजरमेंट्स ਲੈਂਦੇ ਹੁੰਦੇ ਸੀਗੇ अच्छा ਪੁਰਾਣੇ ਟਾਈਮਾਂ ਦੇ ਹਜੇ ਵੀ ਮੈਨੂੰ ਲੱਗਦਾ ਭਾਰਤ ਵਿੱਚ ਤਾਂ ਉਹੀ ਸਿਸਟਮ ਚੱਲਦਾ ਉਦੋਂ ਕੀ ਹੈ ਉਹਨਾਂ ਕੀ ਤਸੱਲੀ ਜੇ ਹੋ ਜਾਂਦੀ ਬੰਦਾ ਕਹਿੰਦਾ ਵੀ ਜਦੋਂ ਲੱਗਿਆ ਸੀ ਇੰਨਾ ਸੀ ਹੁਣ ਮੈਂ ਗੇਨ ਕਰ ਲਿਆ ਮਸਲ ਹੁਣ ਇੰਨਾ ਹੋ ਗਿਆ ਇੰਨਾ ਹੋ ਗਿਆ ਹਨਾ ਉਦੋਂ ਇਹੀ ਹੁੰਦਾ ਸੀਗਾ ਉਹ ਮੈਜ਼ਰਮੈਂਟ ਸਦੇ ਵੀ ਪਈ ਹੋਣੀ ਸਾਡੇ ਕੋਲ ਸਭ ਕੋ ਪੱਟ ਸੀਗਾ 14 ਇੰਚ ਦਾ ਤੇ ਡੋਲਾ ਸਈ 6 ਇੰਚ ਦਾ ਹੂੰ ਫਿਰ ਤੁਸੀਂ ਕੰਪੀਟ ਕਰਨ ਦਾ ਕਿਦਾਂ ਸੋਚਿਆ 90 99 ਚ ਕੀਤਾ ਆਈ ਥਿੰਕ ਦੇਖੋ ਜਦੋਂ ਸੋਚਣ ਦੀ ਗੱਲ ਆਉਂਦੀ ਨਾ ਸੋਚ-ਸੋਚ ਕੇ ਨਹੀਂ ਕੁਝ ਹੁੰਦਾ ਇਹ ਤਾਂ ਸਵੱਭ ਬਣ ਜਾਂਦੇ ਇੱਕ ਮੌਕਾ ਹੁੰਦਾ ਉਹਨੂੰ ਕੈਚ ਕਰਨਾ ਹੁੰਦਾ ਤੁਸੀ ਬਸ ਇੱਕ ਮੌਕਾ ਮਿਲਦਾ ਤੁਹਾਨੂੰ ਲਾਈਫ ਦੇ ਵਿੱਚ ਮੌਕੇ ਮਿਲਦੇ ਆ ਸੋਚ-ਸੋਚ ਕੇ ਨਹੀਂ ਹੁਣ ਜੇ ਨਾ ਸੋਚੋ ਮੈਂ ਜੀ ਜਿੰਮ ਜਾਣਾ ਬੰਦੇ ਸੀ ਸੋਚਦੇ ਰਹਿੰਦੇ ਆ ਹਾਂਜੀ 6 ਸਾਲ ਉਹ ਸੋਚੇ ਲੰਘ ਜਾਂਦਾ ਕੰਮ ਸੋਚਣ ਦਾ ਨਹੀਂ ਹੁੰਦਾ ਜਦੋਂ ਮੌਕਾ ਮਿਲਿਆ ਬਸ ਕੰਮ ਕਰਦੇ ਹੋ ਫਤਿਹ ਇਹ ਜਦੋਂ ਜਿਮ ਲੱਗੇ ਅਸੀਂ ਉੱਥੇ ਹੈਲਥ ਕਲੱਬ ਉਦੋਂ ਕਹਿੰਦੇ ਹੁੰਦੇ 96 ਜਾਂ ਤਾਂ ਮੜ ਮੋਟਾ 39 ਕਿਲੋ ਭਾਰ ਸੀ ਮੇਰਾ ਭਾਰ ਬੜਾ ਘੱਟ ਹੁੰਦਾ ਸੀ ਤੇ ਚੱਕਣਾ ਸ਼ੁਰੂ ਕੀਤਾ ਆਪਣੇ ਆਪ ਨੂੰ ਜਦੋਂ ਥੋੜਾ ਵੀ ਮੈਂ ਬਿਲਡ ਅਪ ਕਰਾ ਹਣਾ ਮਿਹਨਤ ਮੁੰਤ ਲਾਣੀ ਸ਼ੁਰੂ ਕੀਤੀ ਸਾਲ ਡੇਢ ਸਾਲ ਚ ਮੇਰਾ ਹੋ ਗਿਆ 45 45 ਤੋਂ 48 ਦੇ ਵਿੱਚ ਵਿੱਚ ਆ ਗਿਆ ਸੀ 16 ਵੀ ਦੱਸ ਦਿਓ ਇੱਕ ਵਾਰੀ 16 ਸਾਲ 16 ਸਾਲ 16 ਸਾਲ ਹੂੰ 80 ਦਾ ਜਨਮ ਹੈ ਸੋਸ਼ਲ ਨੇ 16 ਸਾਲ ਮੈਂ ਤਾਂ ਸਿੱਧਾ ਸਦਾ ਹੀ ਹੈ ਮੇਰਾ ਤਾਂ ਤਾਂ ਤੋਂ ਉਦੋਂ ਤੋਂ ਬਾਅਦ ਇੱਕ ਜਿੰਮ ਦਾ ਉਹਨਾਂ ਨੇ ਕੰਪੀਟੀਸ਼ਨ ਕਰਾਇਆ ਮਿਸਟਰ ਗੋਲਡ ਸਟਾਰ ਮਤਲਬ ਸਾਰੇ ਜਿੰਮ ਦੇ ਮੁੰਡੇ ਹੁੰਦੇ ਸੀਗੇ ਉਹਦੇ ਵਿੱਚ ਹਨਾ ਅੱਛਾ ਉਹਦੇ ਵਿੱਚ ਉਹ ਤਿੰਨ ਕਿ ਡਿਵੀਜ਼ਨ ਆ weight ਦੇ ਹਿਸਾਬ ਨਾਲ ਬਣ ਦਿੰਦੇ ਹੁੰਦੇ ਸੀਗੇ ਅੱਛਾ ਮੇਰੇ weight ਜਿਹੜਾ 50 ਤੋਂ ਥੱਲੇ ਥੱਲੇ ਸੀਗੇ ਛੇਕ ਮੁੰਡੇ ਅਸੀਂ ਤਾਂ ਉਦੋਂ ਕੋ ਸਾਹਬ ਨੇ ਕਿਹਾ ਕਹਿੰਦੇ ਜਿੰਮ ਦਾ ਕੰਪੀਟੀਸ਼ਨ ਗੋਲ ਤੂੰ ਕਰ ਲੈ ਮੈਂ ਠੀਕ ਆ ਆਈਡੀਆ ਤਾਂ ਨਹੀਂ ਹੈ ਮੈਨੂੰ ਉੰਦਾ ਪਤਾ ਵੀ ਠੀਕ ਆ ਕਰਕੇ ਦੇਖ ਲੈਣੇ ਆ 50 ਕਿਲੋ ਤੋਂ ਥੱਲੇ 48 ਕਿਲੋ ਪਾਰ ਸੀ ਮੇਰਾ ਉਹ 5 6 ਚੋਂ ਸੈਕੰਡ ਪਲੇਸ ਪਈ ਸੀ ਮਤਲਬ ਦੂਜੇ ਨੰਬਰ ਤੇ ਆਇਆ ਸੀ ਮੈਂ ਤਾਂ ਉਦੋਂ ਮੈਨੂੰ ਲੱਗਾ ਕਿ ਜੇ ਮੈਂ ਇਸ ਜਿੰਮ ਦੇ ਵਿੱਚ 4 500 ਬੰਦਾ ਆਉਂਦਾ ਹੂੰ ਮੰਨ ਲਓ ਠੀਕ ਹੈ ਤਾਂ ਉਹ 4 500 ਜੋ ਆਪਣੇ ਜਿਹੜੇ ਤਿੰਨ ਬੋਡੀ ਵੇਟ ਆ ਤਿੰਨ ਬੋਡੀ ਵੇਟਾਂ 'ਚ ਜੋ ਮੇਰੀ ਆਪਣੇ ਵੇਟ 'ਚ ਦੂਜੀ ਪਲੇਸ ਹੈ ਮਤਲਬ ਮੈਂ ਉਹ 4 500 'ਚ ਪੰਜਵੇਂ ਨੰਬਰ ਤੇ ਆ ਗਿਆ ਹੂੰ ਆਈਡੀਆ ਜਾਂ ਲਾ ਗਿਆ ਨਾ ਹੂੰ ਉਹ ਚੀਜ਼ ਨੇ ਬੜਾ ਮੋਟੀਵੇਟ ਕੀਤਾ ਵੀ ਯਾਰ ਅਸੀਂ 39 ਕਿਲੋ ਭਾਰ ਲੈ ਕੇ ਆਏ ਸੀ ਜਦੋਂ ਇੱਥੇ ਮਸ਼ੀਨ ਤੇ ਮਿਹਨਤ ਲੱਗਦੀ ਸੀ ਕੋਈ ੱੱੱਕਾ ਮਾਰ ਜਾਂਦਾ ਸੀ ਵੀ ਚੱਲ ਉੱਧਰ ਕੋਈ ੱੱੱਕਾ ਮਾਰ ਜਾਂਦਾ ਮਤਲਬ ਬੁੱਲਿੰਗ ਹੁੰਦੀ ਸੀਗੀ ਹਾਂ ਇੰਡੀਆ ਬੋਰਡ ਦੀ ਤੇ ਉਹ ਫਿਰ ਆਪਣੇ ਆਪ ਨੂੰ ਵੀ ਯਾਰ ਮੈਂ 300 ਚੋਂ ਮੈਂ 5ਵੇਂ ਨੰਬਰ ਤੇ ਆ ਗਿਆ ਹਾਂ ਵੀ ਮੈਂ ਕਹਿੰਦਾ ਮੈਂ ਨਹੀਂ ਰੱਖਦਾ ਹਾਂ ਨਾ ਹਮਮਮ ਠੀਕ ਹੈ ਸੋ 295 ਨੂੰ ਮੈਂ ਪਿੱਛੇ ਪਾਤਾ ਹਾਂ ਸੋ ਉਦੋਂ ਫਿਰ ਇੱਕ ਕਰੰਟੇ ਜਾਂ ਬੜਿਆ ਦਿਮਾਗ ਦੇ ਵਿੱਚ ਮੈਂ ਕਿਹਾ ਨਹੀਂ ਵੀ ਆਪਾਂ ਹੁਣ ਕੰਪੀਟੀਸ਼ਨ ਕਰਨੇ ਆ ਫਿਰ ਡਿਸਟ੍ਰਿਕਟ ਦਾ ਕੀਤਾ ਪਹਿਲੀ ਵਾਰ ਤਾਂ ਮੇਰੀ ਪਈ ਸੀਗੀ 7ਵੀਂ ਪਲੇਸ ਜਿਹੜਾ ਡਿਸਟ੍ਰਿਕਟ ਦਾ ਕੀਤਾ ਇਹ ਓਕੇ ਫਿਰ ਕੋਚ ਸਾਹਿਬ ਨੂੰ ਪੁੱਛਿਆ ਵੀ ਗਲਤੀ ਕੀਤੀ ਕਿਉਂ ਕਹਿੰਦੇ ਤੂੰ ਲੱਤਾਂ ਨਹੀਂ ਲਾਂਦਾ ਲੱਤਾਂ ਹੀ ਲਾਂਦੇ ਨਹੀਂ ਹੁੰਦੇ ਕਿਉਂਕਿ ਰੋਲਾ ਹੀ ਡੋਲੇ ਦਾ ਸੀਗਾ ਲਾਂਦੇ ਨਹੀਂ ਸੀਗੇ ਤੇ ਫਿਰ ਲੱਤਾਂ ਲੁਤਾਂ ਲਾਣੀਆਂ ਸ਼ੁਰੂ ਕੀਤੀਆਂ ਪੱਟਾਂ ਤੇ ਫਿਰ ਚੰਗੇ ਪੜਾਕੇ ਪਾਏ ਫਿਰ ਚੰਗਾ ਭਾਰਾ ਚੁੱਕਿਆ ਹਣਾ ਡੈਡੀਕੇਸ਼ਨ ਬਹੁਤ ਸੀ ਹੱਡੀ ਜੋਰ ਸੀਗਾ ਮਤਲਬ ਜਾਨ ਬੜੀ ਸੀਗੀ ਸਰੀਰ ਭਲਾ ਕਹਿ ਰਹਾ ਸੀ ਜਾਨ ਬੜੀ ਸੀ ਫੇ ਉਤੋਂ 4 ਕਿ ਮਹੀਨੇ ਬਾਅਦ ਅਗਲੀ ਡਿਸਟ੍ਰਿਕਟ ਜਿਹੜੇ ਸਾਡੇ ਨਾਲ ਮਿਸਟਰ ਹਨਾ ਕਪੂਰਥਲਾ ਹੋਇਆ ਉਹ ਤੇ ਜਦੋਂ ਮੈਂ ਭਾਗ ਲਿਆ ਤਾਂ ਉਹਦੇ ਚ ਮੇਰੀ ਸਿੱਧੀ ਪਹਿਲੀ ਪੁਲਿਸ ਪੈ ਗਈ ਸੀ ਮਤਲਬ 3 ਮਹੀਨਿਆਂ ਚ 3-4 ਮਹੀਨਿਆਂ ਜੇ ਇੰਨੀ ਇੰਪਰੂਵਮੈਂਟ ਹੋ ਗਈ ਕਿ ਉਹ ਜਿਹੜਾ ਪਾਰਟ ਆਪਾਂ ਮਿਸ ਕਰਦੇ ਸੀ ਲੱਤਾਂ ਦਾ ਉਹਨੂੰ ਜਦੋਂ ਲਾਣਾ ਸ਼ੁਰੂ ਕੀਤਾ ਤੇ ਬਾਡੀ ਜਾਨੀ ਇੰਪਰੂਵਮੈਂਟ ਹੋ ਗਈ ਭਾਰ ਵੀ ਵਧਿਆ 3-4 ਕਿਲੋ ਤੇ ਉਹ ਮਸਲ ਮਾਸ ਵੀ ਗੇਨ ਹੋਇਆ ਤੇ ਬਾਡੀ ਚ ਨਖਾਰ ਬਹੁਤ ਹੋਇਆ ਕਿਉਂਕਿ ਜਦੋਂ ਮੈਂ ਉਹ ਦੱਸਣਾ ਚਾਹਨਾ ਕਿ ਜਿਹੜੇ ਬੰਦੇ ਆਪਣੇ ਲੱਤਾਂ ਨਹੀਂ ਲਾਂਦੇ ਹਨਾ ਲੱਤਾਂ ਬਹੁਤ ਜ਼ਰੂਰੀ ਹੈ। ਜਦੋਂ ਲੱਤਾਂ ਦੀ ਤੁਸੀਂ ਐਕਸਰਸਾਈਜ਼ ਲਾਂਦੇ ਹੋ ਤਾਂ ਸਾਰੀ ਬਾਡੀ ਵਰਕਆਊਟ ਕਰਦੀ ਹੈ ਤੁਹਾਡੇ ਦਿਮਾਗ ਤੋਂ ਲੈ ਕੇ ਪੈਰਾਂ ਤੱਕ। ਸੋ ਲੱਤਾਂ ਨਾਲ ਤੁਹਾਡੀ ਬਾਡੀ ਚ ਨਖਾਰ ਬਹੁਤ ਆਉਂਦਾ ਮਸਲ ਮੈਚਿਓਰਿਟੀ ਬਹੁਤ ਵੱਧਦੀ ਆ ਤੇ ਨਾਲ ਤੁਹਾਡਾ ਟੈਸਟੋਸਟੇਰੋਨ ਉੱਪਰ ਜਾਂਦਾ। ਟੈਸਟੋਸਟੇਰੋਨ ਉੱਪਰ ਚੱਲ ਗਿਆ ਤਾਂ ਬੱਸ ਸਮਝ ਲਓ। ਮਾਸ਼ੱਲਾ ਉੱਪਰ ਚੱਲ ਗਿਆ। ਸਾਰੀ ਗੇਮ ਹੀ ਹੈ। ਸਾਰੀ ਗੇਮ ਉੱਤੇ ਖੜੀ। ਫਿਰ 2001 2002 2003 ਆ ਉਹ ਵੀ ਇੱਕ ਕੋਈ ਸਬੱਬਤ ਸਗਾ ਨਹੀਂ ਦੇਖੋ ਅ ਪਲੱਸ 2 ਤੋਂ ਬਾਅਦ ਮੈਂ ਪੜਨੋਂ ਹਟ ਗਿਆ ਸੀਗਾ ਉਹਦਾ ਕਾਰਨ ਸੀ ਕਿ ਇੱਕ ਚਲੋ ਘਰ ਦੀ ਹਾਲਾਤ ਵੀ ਕਹਿ ਸਕਦੇ ਆਪਾਂ ਕਿ ਕਿ ਉਦੋਂ ਟਾਈਮਾਂ ਚ ਇੱਕ ਬੰਦਾ ਕਮਾਣ ਵਾਲਾ ਹੁੰਦਾ ਸੀ ਚਾਰ ਪੰਜ ਖਾਣ ਵਾਲੇ ਹੁੰਦੇ ਸੀ ਹੈਨਾ ਪੈਸੇ ਉਹਨੇ ਉਹਨੇ ਕੀ ਆnde ਸਾਡੇ ਡਾਡੀ ਗਵਰਨਮੈਂਟ ਜੋਬ ਕਰਦੇ ਸੀ ਪੈਸੇ ਹੈਡ ਆਫ ਡਿਪਾਰਟਮੈਂਟ ਸੀ ਟੈਲੀਕਮ ਦੇ ਵਿੱਚ ਪਰ ਉਹ ਜ਼ਿੰਮੇਵਾਰੀਆਂ ਬਹੁਤ ਸੀ ਉਹਨਾਂ ਦੇ ਤੇ ਕਦੋਂ ਸਾਰੇ ਭੈਣਾ ਭਰਾਵਾਂ ਦੇ ਵਿਆਹ ਖੁਦ ਕੀਤੇ ਆਪ ਤੇ ਹੁਣ ਚਾਰ ਪੰਜ ਭਰਾ ਭਿਆਨੇ ਭੈਣਾ ਵਿਆਣੀਆਂ ਬਹੁਤ ਔਖਾ ਸੀਗਾ ਤੇ ਉਹਨਾਂ ਕੀ ਹੈ ਸਰਕਮਸਟੈਂਸ ਥੋੜੇ ਐਵੇਂ ਤੁਸੀਂ ਮੈਂ ਕੋਈ ਸੋਈ ਸੋਚਿਆ ਮੈਂ ਕਿਾ ਜੌਬਾਂ-ਜੌਬਾਂ ਦਾ ਇੱਥੇ ਮਿਲਡੀਆਂ ਨਹੀਂ ਹੈ ਪੜਨ ਦਾ ਕੋਈ ਫਾਇਦਾ ਨਹੀਂ ਪਲੱਸ 2 ਕੀਤੀ ਤੇ ਮੈਂ ਹਟ ਗਿਆ ਸੀਗਾ ਪਲੱਸ 2 ਤੋਂ ਬਾਅਦ ਪਰ ਉਹ ਮੈਂ ਜਿੰਮ ਜਾਣਾ ਸ਼ੁਰੂ ਕਰਤਾ ਸੀ ਨਾਲ પાર્ਟ ਟਾਈਮ ਬ੍ਰਦਰ ਦੇ ਨਾਲ ਹਨਾ ਮੜਮਟਾ ਕੰਮ ਕਰਾ ਦੇਣਾ ਤੇ ਜਦੋਂ ਮੈਂ ਉਹ ਦੱਸਿਆ ਵੇ ਮਿਸਟਰ ਉਹ ਦੱਸਿਆ ਵੇ ਜਿਹੜਾ ਕਪੂਰਥਲੇ ਚੋਂ ਪਹਿਲੀ ਪਲੇਸ ਪੈ ਗਈ ਹਾਂਜੀ ਕਰ ਦਿੱਤਾ 2 ਸਾਲ ਬਾਅਦ ਹਨਾ ਉਦੋਂ ਫੇ ਮੇਰੇ ਕੋਚ ਨੇ ਕਿਹਾ ਵੀ ਬਾਈ ਹੁਣ ਤੂੰ ਪੜ੍ਹਨਾ ਸ਼ੁਰੂ ਕਰ ਦੇ ਤੈਨੂੰ ਪੜ੍ਹਨ ਦਾ ਸ਼ੌਂਕ ਹੈ ਵੀ ਤੇਰੀ ਪੜ੍ਹਾਈ ਫ੍ਰੀ ਹੋ ਜਣੀ ਹੈ ਹੁਣ ਸਕਾਲਰਸ਼ਿਪ ਮਿਲ ਜਾਂਦੀ ਹੈ ਵੀ ਤੂੰ ਬੋਡੀ ਬਿਲਡਿੰਗ ਕਰਦਾ ਮੈਂ ਗਿਆ ਉੱਥੇ ਤੇ ਉਸ ਜਿਹੜਾ ਕੈਸ਼ੀਅਰ ਸੀਗਾ ਕਹਿੰਦਾ ਲੱਗਦਾ ਤਾਂ ਹੈ ਨਹੀਂ ਬੋਡੀ ਬਿਲਡਰ ਕਿੱਥੋਂ ਪੜ੍ਹਲੇ ਹੋ ਤੁਸੀਂ ਇਹਦਾ ਝੁੱਡੋ ਕਰਾਟਿਆਂ ਨਾਲ ਲੱਗਦਾ ਕਹਿੰਦਾ ਉਹ ਜਿਹੜਾ ਮੁੰਡਾ ਗਿਆ ਸੀ ਕਹਿੰਦਾ ਜੁਮੇਵਾਰੀ ਚੁੱਕ ਲੂੰਗੇ ਤੇ ਇਹਦੀ ਮੈਂ ਮੈਂਬਰਸ਼ਿਪ ਕਰ ਦਿੰਨਾ ਐਡਮਿਸ਼ਨ ਸੌਰੀ ਪਰ ਜੇ ਇਹਦੀ ਪਲੇਸ ਨਾ ਪਈ ਮੈਂ ਅੰਡਰ ਚ ਪੂਰਾ 8000 ਡਾਲਰ ਰੁਪਈਆ ਇੱਥੋਂ ਲੈਣਾ ਕਹਿੰਦਾ ਮੈਨੂੰ ਲੱਗਦੀ ਨਹੀਂ ਇਹਦੀ ਪਊ ਉਹ ਹੁਣ 50 ਕਿਲੋ ਚ ਕਿੱਡਾ ਕੋ ਬੰਦਾ ਹੁੰਦਾ ਕਿਹ ਹੈ ਨਾ ਹੁਣ ਉਦੋਂ ਤਾਂ ਛੱਗੇ ਵੀ ਖੁੱਲੇ ਖੁੱਲੇ ਆਦੇ ਹੁੰਦੇ ਸੀਗੇ ਨਾ ਹੁਣ ਤਾਂ ਚਲੋ ਫਿਟਿੰਗ ਵਾਲੀਆਂ ਟੀ-ਸ਼ਰਟ ਆ ਗਈਆਂ ਹੁਣ ਉਹਨਾਂ ਟਾਈਮਾਂ ਚ 99 99 ਚ ਉਵੇਂ ਦਾ ਬੰਦਾ ਲੱਗਦਾ ਹੁੰਦਾ ਜਿੱਦਾਂ ਝੋਲੇ ਚ ਪੰਪ ਆਇਆ ਹੁੰਦਾ ਤੇ ਉਹ ਫਿਰ ਜੀ ਉਹਨੇ ਕਰਤੀ ਹੋ ਗਈ ਐਡਮਿਸ਼ਨ ਹੋ ਗਈ ਚਲੋ ਇੱਕ ਡਰ ਪੈ ਗਿਆ ਕਿ ਯਾਰ ਇਹਨੇ 8000 ਰੁਪਇਆ ਬਾਅਦ ਚ ਮੰਗ ਲੈਣਾ ਮੇਰਾ ਤਾਂ ਔਖਾ ਮੈਂ ਪੜ੍ਹਨਾ ਵੀ ਸ਼ੁਰੂ ਕਰਤਾ ਨਾਲ ਮਿਹਨਤ ਵੀ ਡਬਲ ਕਰਤੀ ਮਤਲਬ ਖਿੱਚਦਾ ਕੰਮ ਚੰਗਾ ਉਹ ਪਹਿਲੇ ਸਾਲ ਜਦੋਂ बीए ਫਸਟイヤー ਚ ਮੇਰੀ ਚੌਥੀ ਪਲੇਸ ਪਈ ਆਪਣੇ ਵੇਟ ਚ ਪਰ ਕਿਸਮਤ ਚੰਗੀ ਏ ਰਗੀ ਬਾਕੀ ਹੋਰ ਕਿਸੇ ਦੀ ਨਹੀਂ ਪਈ ਅੱਛਾ ਸਿਰ ਤੁਹਾਡੇ ਕਾਲਜ ਚ ਸਿਰਫ ਮੇਰੀ ਪਈ 11 ਜਣਾਂ ਚੋਂ ਉਹ ਫਿਰ ਉਦਾਂ ਤਾਂ ਤਿੰਨ ਪਲੇਸਾਂ ਨੂੰ ਫੀਸ ਮਾਫ ਕਰਦੇ ਹੋ ਪਰ ਚੌਥੀ ਉਹ ਕਹਿੰਦੇ ਵੀ ਇੱਕ ਦੀ ਪਈ ਆ ਚਲੋ ਇਹਦੀ ਤਾਂ ਕਰੋ ਇਹ ਵੀ ਨਾ ਚੰਗੀਆਂ ਵੀ ਇਹਦੀ ਕਰੋ ਮਾਫ ਮੇਰੀ ਮਾਫ ਕਰਤੀ ਚਲੋ ਵੀ ਇਹ ਫਸਟ ইয়ার ਕੱਟ ਗਏ ਆਪਾਂ ਹੈ ਤੇ ਵੀ ਇਹ ਸੈਕੰਡ ইয়ার ਚ ਰੱਬ ਦੀ ਮਿਹਰ ਨਾਲ ਸਿੱਧਾ ਹੀ 골ਡ ਮੈਡਲ ਮੇਰੀ ਫਸਟ ਪਲੇਸ ਵੀ ਇਹ ਫਾਈਨਲ ਚ ਵੀ ਆਮੇ ਫਸਟ ਚ ਵੀ ਫਿਰ ਲਗਾਤਾਰ ਇਹ ਐਮਏ ਜਦੋਂ ਖਾਲਸਾ ਕਾਲਜ ਕੀਤੀ ਉਹ ਵੀ ਮੈਨੂੰ ਇਦਾਂ ਹੀ ਲੱਗੇ ਸੀਗੇ ਉਹਨਾਂ ਨੂੰ ਪਹਿਲੇ ਪਤਾ ਲੱਗਾ ਹੀ ਵੀ ਇਹਦੇ ਸਾਲ ਪੂਰੇ ਹੋ ਜਾਣੇ ਉਹ ਕਹਿੰਦੇ ਸਾਡੇ ਕਾਲਜ ਆ ਜਾ ਬੇ ਫੀਸ ਤਾਂ ਜਿਹੜੀ ਮਾਫੀ ਹੈ ਤੁਹਾਨੂੰ ਅਸੀਂ ਪੱਲਿਓ 1000 ਰੁਪਈਆ ਦਿਆ ਕਰਾਂਗੇ ਪਰ ਮੰਥ ਅੱਛਾ ਹਾਂ ਖਾਲਸਾ ਕਾਲਜ ਜਲੰਧਰ ਉਹ ਬੜੇ ਵਧੀਆ ਜਿਹੜਾ ਉਹਨਾਂ ਦਾ ਹੈਗਾ ਕਿ ਸਪੋਰਟਸ ਨੂੰ ਬਹੁਤ ਪਿਆਰ ਕਰ ਹੂੰ ਫਿਰ ਉੱਥੇ ਕਰਕੇ ਫਿਰ ਐਮਏ ਕੀਤੀ ਆ ਮਤਲਬ ਫ੍ਰੀ ਕਾਤੇ ਹੀ ਕੀਤੀ ਸਾਰਾ ਸਾਰੀ ਪੜਾਈ ਆਪਣੇ ਬੋਡੀ ਬਿਲਡਿੰਗ ਦੀ ਬਦੌਲਤ ਹੀ ਕੀਤੀ ਆ ਕਿਉਂਕਿ ਗੇਮ ਸੀਗੀ ਗੇਮ ਨੂੰ ਪਿਆਰ ਵੀ ਕਰਦੀ ਡੈਡੀਕੇਸ਼ਨ ਨਾਲ ਕੀਤੀ ਤੇ ਪੜ ਵੀ ਲਿਆ ਚਲੋ ਉਹੀ ਚੀਜ਼ ਹੁਣ ਇੱਥੇ ਵੀ ਉਹੀ ਕੰਮ ਆਈ ਆ ਜੋ ਵੀ ਸਾਡਾ ਹੁਣ ਡਿਸਪਲਿਨ ਚਾਹੀਦਾ ਹੈ ਡਿਸਪਲਿਨ ਇੱਕ ਪਿਆਰ ਕਰੋ ਜਿਹੜੀ ਵੀ ਚੀਜ਼ ਨੂੰ ਕਰਦੇ ਨਾ ਇੱਕ ਉਹਦੀ ਇੱਜ਼ਤ ਹੋਣੀ ਚਾਹੀਦੀ ਆ ਪਲੱਸ ਤੁਹਾਡੀ ਓਨੈਸਟੀ ਹੋਣੀ ਚਾਹੀਦੀ ਉਸ ਪ੍ਰਤੀ ਚਾਹੇ ਉਹ ਗੇਮ ਹੈ ਚਾਹੇ ਜੌਬ ਹੈ ਕੁਛ ਵੀ ਆ ਉੰਨੀ ਜਿਆਦਾ ਤਰੱਕੀ ਬੰਦਾ ਕਰਦਾ 2003 ਤੋਂ ਬਾਅਦ ਸਿੱਧਾ ਤੁਸੀਂ 2012 'ਚ ਖੇਡੇ ਇੰਨੇ ਸਾਲ ਮੈਂ ਤਾਂ ਫਿਰ ਡਿਪਰੈਸ਼ਨ ਚ ਲੱਗ ਗਿਆ ਉਦੋਂ ਉਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਡਿਪਰੈਸ਼ਨ ਕੀ ਹੁੰਦੀ ਆ ਮੈਨੂੰ ਤਾਂ ਲੱਗਦਾ ਜਿੰਨਾ ਕਿ ਭਾਰਤ ਵਿੱਚ ਬੰਦੇ ਹੁਣ ਵੀ ਹਜੇ ਅੱਧਿਆਂ ਨੂੰ ਪਤਾ ਨਹੀਂ ਹੁਣ ਡਿਪਰੈਸ਼ਨ ਕੀ ਹੁੰਦੀ ਹੈ ਨਾ ਅੱਜ ਦਾ ਨਸ਼ੇ ਪੱਤੇ ਨੂੰ ਵੀ ਲੱਗ ਜਾਂਦੇ ਬੰਦੇ ਅਸਲ 'ਚ ਤਾਂ ਡਿਪਰੈਸ਼ਨ ਚ ਹੀ ਆਹੋ ਆਪਾਂ ਕਹਿ ਦਿੰਦੇ ਆ ਕੋਈ ਹੁਣ ਜਿਹੜਾ ਮਿਡਲ ਕਲਾਸ ਦਾ ਬੰਦਾ ਨਸ਼ਾ ਪੱਤਾ ਕਰਦਾ ਹੁਣ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਕਿਉਂ ਕਰਦਾ ਉਹਨੂੰ ਸਟ੍ਰੈਸ ਹੁੰਦੀ ਆ ਕੋਈ ਉਹ ਚੀਜ਼ ਨੂੰ ਭੁੱਲਣਾ ਚਾਹੁੰਦਾ ਹੈ ਕਿ ਵੀ ਨਾ ਸ਼ਰਾਬੀ ਹੁਣ ਜਾਂਦੇ ਹੁਣ ਦੇਵਦਾਸ ਫਿਲਮ ਦੇਖੀ ਹੋਣੀ ਉਹ ਡਿਪਰੈਸ਼ਨ ਨਹੀਂ ਉਹਦੇ ਪਿਆਰ ਦੇ ਚੱਕਰਾਂ ਚ ਬਿਨਾ ਉਹ ਡਿਪਰੈ ਸੋ ਮੇਰੇ ਨਾਲ ਕੀ ਆ ਚਲੋ ਮੈਂ ਹੁਣ ਡਿਪਾਰਟਮੈਂਟ ਦਾ ਨਾਮ ਤਾਂ ਨਹੀਂ ਲਊਗਾ ਮੈਂ ਕਿਸੇ ਸਰਕਾਰੀ ਡਿਪਾਰਟਮੈਂਟ ਚ ਜੌਬ ਅਪਲਾਈ ਕੀਤੀ ਹਮ ਹਮ ਸਪੋਰਟਸ ਕੋਟੇ ਦੇ ਚ ਅੱਛਾ ਉਦੋਂ ਵੈਕੈਂਸੀਆਂ ਹੁੰਦੀਆਂ ਸੀ ਉਹਨਾਂ ਦਿਨਾਂ ਚ ਹਜੇ ਵੀ ਸ਼ਾਇਦ ਮਿਲਦੀਆਂ ਹੁਣ ਮੈਨੂੰ ਹੁਣ ਸਿਸਟਮ ਦਾ ਪਤਾ ਨਹੀਂਗਾ ਤੇ ਮੇਰੇ ਨਾਲ ਜਿਨ੍ਹਾਂ ਨੇ ਅਪਲਾਈ ਕੀਤੀ ਸੀ ਉਹ ਇੱਕ ਸੀ ਪਲੱਸ 2 ਪਾਸ ਤੇ ਇੱਕ ਸੀ 10 ਪਾਸ ਤੇ ਮੈਂ ਐਮਏ ਪਾਸ ਸੀਗਾ ਤੇ ਮੇਰਾ ਚਾਰ ਵਾਰੀ 골ਡ ਸੀਗਾ ਯੂਨੀਵਰਸਿਟੀ ਚੋਂ ਹਾਂਜੀ ਤੇ ਇੰਟਰ ਯੂਨੀਵਰਸਿਟੀ ਮੈਂ ਖੇਡਿਆ ਹੋਇਆ ਸੀਗਾ ਆ ਉਹਦੇ ਬਾਵਜੂਦ ਮੈਨੂੰ ਛੱਡ ਕੇ ਉਹਨਾਂ ਨੇ ਦੂਸਰੇ ਬੰਦੇ ਨੂੰ ਜੌਬ ਦੇ ਦਿੱਤੀ। ਚਲੋ ਜੌਬ ਦੇ ਦਿੱਤੀ ਤਾਂ ਪਰ ਮੈਨੂੰ ਟੌਰਚਰ ਬਹੁ ਕੀਤਾ। ਉਦੋਂ ਦੇਖੋ 2002-3 ਦੇ ਵਿੱਚ ਕੋਈ ਨਾ ਤਾਂ YouTube ਨਾ ਕੋਈ Facebook ਨਾ ਕੋਈ ਸੋਸ਼ਲ ਮੀਡੀਆ ਨਾ ਤੁਹਾਡੇ ਕੋਈ ਫੋਨ ਹੁੰਦੇ ਸੀ। ਹਾਂ ਹਾਂ। ਬਾਕੀ ਵੀਡੀਓ ਵੀਡੀਓ ਕੈਮਰੇ ਘੁੰਮਣ ਤਾਂ ਭੁੱਲੇ ਜਾਓ ਤੁਸੀਂ। ਹਾਂ ਹਾਂ ਹਾਂ। ਇੱਕ ਕਮਰੇ 'ਚ ਕੀ ਹੋ ਗਿਆ ਕੀ ਨਹੀਂ ਹੋ ਗਿਆ ਉਹ ਦੋ ਬੰਦਿਆਂ ਨੂੰ ਪਤਾ ਹੁੰਦਾ ਸੀ। ਇਹ ਬੰਦਿਆਂ ਨਾਲ ਕੀ ਹੋਇਆ ਕੀ ਨਹੀਂ ਹੋਇਆ ਇੰਟਰਵਿਊ ਚੱਲਦੀ ਆ ਓਨੈਸਟੀ ਤੇ ਸੀਗਾ। ਹੁਣ ਕਈ ਡਿਪਾਰਟਮੈਂਟਾਂ ਜਿੱਥੇ ਓਨੈਸਟੀ ਤਾਂ ਹੈ ਨਹੀਂਗੀ ਹੂੰ ਉੱਥੇ ਦੇਖਦੇ ਵੀ ਜਦਾ ਜੱਕ ਚੱਲ ਗਿਆ ਜਾਂ ਚੱਕ ਚੱਲ ਗਿਆ ਸਾਡੇ ਕੋਲ ਨਾ ਤਾਂ ਜੱਕ ਸੀ ਨਾ ਚੱਕ ਸੀਗਾ ਇੱਕ ਮਿਹਨਤ ਸੀਗੀ ਮਿਹਨਤ ਸੀ ਹਾਂ ਤੇ ਉਹਦੇ ਕਰਕੇ ਫਿਰ ਮੈਨੂੰ ਲੱਗਾ ਕਿ ਯਾਰ ਇੰਨੀ ਮਿਹਨਤ ਕੀਤੀ ਐ ਹੁਣ ਮਿਡਲ ਕਲਾਸ ਫੈਮਿਲੀ ਜੋ ਹੈਗੇ ਆ ਕਿ ਇੰਨੀ ਮਿਹਨਤ ਕਰਕੇ ਵੀ ਸਾ ਲੋਹਾ ਭੰਨ ਕੇ ਵੀ ਆਪਣਾ ਪੜ੍ਹ ਕੇ ਵੀ ਜਿਹੜੀ ਚੀਜ਼ ਨੂੰ ਅਸੀਂ ਡਿਜ਼ਰਵ ਕਰਦੇ ਆ ਉਹ ਨਹੀਂ ਮਿਲੀ ਤੇ ਫਾਇਦਾ ਕੀ ਆ ਨਾ ਇੱਕ ਤਾਂ ਡਰ ਬਹਿ ਗਿਆ ਕਿਉਂਕਿ ਟੌਰਚਰ ਜਦੋਂ ਹੁੰਦਾ ਨਾ ਬੰਦੇ ਦਿਮਾਗ 'ਚ ਡਰ ਬਹਿ ਜਾਂਦਾ ਉਹ 22 ਸਾਲ ਦੀ ਉਮਰ ਸੀ ਉਦੋਂ ਨਿਆਣੀ ਉਮਰ ਸੀ ਏਡੀ ਕੋਈ ਖਾਸ ਨਹੀਂ ਸੀ ਉਸ ਤੋਂ ਬਾਅਦ ਫਿਰ ਮੈਂ ਘਰ ਪਹੁੰਚਿਆ ਤੇ ਮੈਂ ਆ ਕੇ ਉਸੇ ਦਿਨ ਤੋਂ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਮਤਲਬ ਉਦੋਂ ਸੀ ਮੇਰਾ ਭਾਰ ਮੰਨ ਕੇ ਚੱਲੋ 65 ਤੋਂ 70 ਕਿਲੋ ਹੋ ਗਿਆ ਸੀਗਾ ਮਤਲਬ ਵਧੀਆ ਮੈਂ ਡਿਵੈਲਪ ਕਰ ਲਿਆ ਸੀ ਮਸਲ ਮਾਸ ਸਾਰਾ ਨਿਆਣੀ ਉਮਰ 'ਚ ਠੀਕ ਸੀ ਕਿਉਂਕਿ ਉਦੋਂ ਵੀ ਇੰਨੀ ਕਿਹੜਾ ਨੌਲੇਜ ਹੁੰਦੀ ਸੀ ਨਾ ਕੋਈ ਸਪਲੀਮੈਂਟੇਸ਼ਨ ਸੀ ਕੁਝ ਵੀ ਨਹੀਂ ਸੀਗਾ ਉਦੋਂ ਉਹ ਤਾਂ ਬੋਪ ਪੁਰਾਣੀਆਂ ਗੱਲਾਂ ਕਰਦੇ ਆ ਤੇ ਮੈਂ ਫਿਰ ਉਹ ਚੱਲ ਗਿਆ ਜੀ ਡਿਪਰੈਸ ਹੋ ਗਿਆ ਘਰ ਦੇ ਆਨੇ ਪੁੱਛਿਆ ਵੀ ਕੀ ਮੈਨੂੰ ਤਾਂ ਖੁਦ ਨਹੀਂ ਪਤਾ ਕੀ ਹੈ ਕੀ ਨੇ ਇੱਕ ਡਰ ਬਹਿ ਗਿਆ ਦਿਮਾਗ 'ਚ ਹੂੰ ਕਿ ਉਹ ਬੰਦੇ ਹੁਣ ਵੀ ਮੈਨੂੰ ਫੜ ਕੇ ਨਾ ਕੋਈ ਹਨਾ ਗਲਤ ਮਲਤ ਕੋਈ ਹੋ ਜਾਏ ਕੇਸ ਪੈ ਜਾਏ ਨਾ ਕੁਛ ਇਦਾਂ ਹੋ ਜਾਏ ਵਟੈਵਰ ਜੋ ਵੀ ਆ ਤੇ ਇੱਕ ਇਹ ਆ ਇੱਕ ਬਾਰ ਬਾਰ ਉਹੀ ਦਿਮਾਗ 'ਚ ਆਈ ਜਾਵੇ ਯਾਰ ਇੰਨਾ ਮਿਹਨਤ ਕੀਤੀ ਆ ਸਾਲਾ ਉਹ ਮੈਨੂੰ ਕਿਉਂ ਨਹੀਂ ਰੱਖਿਆ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਜੋਬ ਮਿਲ ਜਣੀ ਆ ਹੁਣ 10 ਕੇ ਹਜ਼ਾਰ ਤਨਖਾਹ ਹੁੰਦੀ ਆ ਮਹੀਨੇ ਦੀ ਮੈਂ ਤਾਂ ਆਪਣੀ ਗੇਮ ਚ ਬੜਾ ਡਿਵੈਲਪ ਕਰ ਜਾਨਾ ਕਿ ਮੇਰਾ ਖਰਚਾ ਬੜਾ ਵਧੀਆ ਤੁਰ ਪਣਾ ਉਦੋਂ ਮੇਰਾ ਛੋਟਾ ਜਿਹਾ ਜੰਮ ਵੀ ਹੁੰਦਾ ਸੀ ਆਪਣੇ ਪਿੰਨੋ ਉਸ ਤੋਂ ਬਾਅਦ ਜੰਮ ਵੀ ਬੰਦ ਹੋ ਗਿਆ ਮੋਟਰਸਾਈਕਲ ਸਿਕਾ ਉਹ ਵੀ ਵਿਕ ਗਿਆ ਮਤਲਬ ਉਹੀ ਕੋਈ ਪੜ੍ਹਾਈ ਲਿਖਾਈ ਨਹੀਂ ਕੁਝ ਨਹੀਂ ਮਤਲਬ ਕੋਈ ਕਰੀਅਰ ਕੁਝ ਨਹੀਂ ਸਾਹਮਣੇ ਦਿਖਦਾ ਸੀਗਾ ਇਹ ਚੱਲਿਆ ਕੰਮ 2006 ਤੱਕ 2006 ਚ ਫਿਰ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਹੋਇਆ ਤੇ ਉਹ ਡੈਥ ਹੋ ਗਏ ਉਹਨਾਂ ਦੀ ਉਹਦੇ ਤੋਂ ਬਾਅਦ ਫਿਰ ਮੈਂ ਕਿਹਾ ਆਪਣੇ ਨੂੰ ਮੈਂ ਖੁਦ ਹੀ ਬਿਲਡ ਅਪ ਕੀਤਾ ਖੁਦ ਹੀ ਸਮਝਾਇਆ ਕਿ ਐਦਾਂ ਤਾਂ ਗੱਲ ਨਹੀਂ ਬਣਨੀ ਉਦੋਂ ਹਣਾ ਆਸਟ੍ਰੇਲੀਅਨ ਕ੍ਰਿਕਟ ਬੜਾ ਬੜੇ ਫਾਰਮ 'ਚ ਸੀ ਟੀਮ ਮੈਨੂੰ ਇਹ ਵੈਸੇ ਬੜੇ ਵਧੀਆ ਲੱਗਦੇ ਹੁੰਦੇ ਆ ਆਸਟ੍ਰੇਲੀਅਨ ਹਣਾ ਸਵੀਮਿੰਗ 'ਚ ਆਸਟ੍ਰੇਲੀਆ ਕ੍ਰਿਕਟ 'ਚ ਆਸਟ੍ਰੇਲੀਆ ਸਾਰੇ ਪਾਸੇ ਬੜਾ ਵਧੀਆ ਸੀਗਾ ਮੇਰੇ ਦਿਮਾਗ 'ਚ ਉਦੋਂ ਕਈ ਹਾ ਅਲਰਟ ਦਾ ਜਗਾੜ ਜਿਹਾ ਚੱਲ ਗਿਆ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਵਾਈ ਨਾਟ ਕਿ ਯਾਰ ਇਹੋ ਜਿਹੇ ਦੇਸ਼ 'ਚ ਕਿਉਂ ਨਾ ਜਾਇਆ ਜਾਵੇ ਜੇ ਜਿੱਥੇ ਤੁਹਾਡੀ ਕੀਤੀ ਦੀ ਕਦਰ ਹੋਵੇ ਮਿਲੇ ਹਨਾ ਤੁਹਾਨੂੰ ਕਦਰ ਪਵੇ ਐਟਲੀ ਤੁਸੀਂ ਮਿਹਨਤ ਕੀਤੀ ਆ ਮੈਂ ਦੇਖਣਾ ਵੀ ਐਨੇ ਕ ਘੈਂਟ ਘੈਂਟ ਇਹਨਾਂ ਨੇ ਐਥਲੀਟ ਕੱਢਿਆ ਮੰਨਦੇ ਨਹੀਂ ਸੀ ਗਏ ਇਹਨੂੰ ਫਿਰ ਮੈਂ ਆਲਰਟ ਕੀਤੀ ਹੁਣ ਆਇਲਰਟਸ ਵੀ ਜਿਹੜੀ ਮੇਰੀ ਪੜ੍ਹਾਈ ਸੀ ਗਵਰਨਮੈਂਟ ਸਕੂਲ ਤੋਂ ਸੀ ਹਨਾ ਪਹਿਲੀ ਵਾਰ ਤਾਂ ਐ 4.5 ਬੈਂਡ ਉਹਨੂੰ ਕਿੰਨੇ ਚਾਹੀਦੇ ਸੀ 4.5 ਦਾ ਅੰਕ ਚਾਹੀਦੇ ਸੀ ਹੁਣ ਅੱਛਾ 4.5 ਉਹ ਮੇਰਾ ਗੇਰ ਰੜ ਜਾਂਦਾ ਸੀਗਾ ਨਾ ਤਾਂ ਦੇਖੋ ਹੁਣ ਪਿੰਡਾਂ 'ਚ ਨਾ ਤੁਸੀਂ ਸੁਣੀ ਐ ਅੰਗਰੇਜ਼ੀ ਨਾ ਬੋਲੀ ਐ ਪੰਜਾਬੀ ਮੀਡੀਆ 'ਚ ਤੁਸੀਂ ਪੜ੍ਹੇ ਹੋ ਚਾਹੇ ਐਮਏ ਕਰ ਲਈ ਐਮਏ ਐਮਏ ਤਾਂ ਉਹਦਾ ਬੈਕਗ੍ਰਾਉਂਡ ਨੂੰ ਕਰਦੇ ਹੁੰਦੇ ਵੇ ਵਿਆਹ ਚਲੋ ਵਧੀਆ ਹੋ ਜਾਊਗਾ ਨਹੀਂ ਤਾਂ ਬੰਦਾ ਚਲੋ ਹੁਣ ਪੜ੍ਹਾਈ ਤਾਂ ਅਸਲ 'ਚ ਉਹੀ ਐ ਵੇ ਤੁਹਾਡੇ ਜਿਹੜਾ ਬੇਸਿਕ ਜਿਹੜੀ ਤੁਹਾਡੀ ਬੈਕ ਆ ਵਧੀਆ ਹੋਵੇ ਨਾ ਤੇ ਪਹਿਲਾਂ 4.5 ਬਣਾ ਫਿਰ ਵੀ ਮੈਂ ਛੱਡਿਆ ਨਹੀਂ ਮੈਂ ਹਿੰਮਤ ਨਹੀਂ ਛੱਡੀ ਮੈਂ ਕਿਹਾ ਨਹੀਂ ਹੁਣ ਜਾਣਾ ਹੀ ਫਿਰ ਦੂਜੀ ਵਾਰ ਕੀਤੀ ਦੂਜੀ ਵਾਰ ਮੇਰੇ 6 ਬੰਡ ਆ ਗਏ ਸਿੱਦੇ ਦੋ ਬੈਂਡ ਚ ਹਾਂ ਪਤਾ ਨਹੀਂ ਤੁੱਕਾ ਲੱਗਿਆ ਪਤਾ ਨਹੀਂ ਆਈ ਗਏ ਆ ਟੋ ਪਰ ਆ ਗਏ ਹਨ ਸਪੀਕਿੰਗ ਜੋ ਵਧੀਆ ਗਿਆ ਸੀ ਮੈਂ ਬੋਲ ਵਧੀਆ ਲੈਂਦਾ ਸੀ ਉਹੀ ਕਹਾਣੀਆਂ ਘੁਣੀਆਂ ਜਾਂ ਬਣਾ ਕੇ ਡਾਂਸ ਚਾਹੀਦਾ ਲਿਖਣ ਚ ਵੀ ਵਧੀਆ ਸੀਗਾ ਹਨ ਤੇ ਚਲੋ ਆ ਗਏ ਉਹਦੇ ਤੋਂ ਬਾਅਦ ਆਸਟ੍ਰੇਲੀਆ ਦਾ ਲਾਤਾ ਤੇ ਫਿਰ ਇੱਥੇ ਆ ਗਏ ਸਟੱਡੀ ਵੀਜ਼ੇ ਤੇ ਇੱਥੇ ਆ ਕੇ ਦੇਖਿਆ ਹਾਲਾਤ ਠੀਕ ਨਹੀਂ ਆ ਪਹਿਲਾਂ ਤਾਂ ਮੈਨੂੰ ਸਿਕਾ ਪਾ ਜਾਣਦੇ ਨੇ ਜਿਮ ਵਿੱਚ ਮੈਂਬਰਸ਼ਿਪ ਲਾਣੀ ਮਾ ਦਾ ਧਮਾਕੇ ਪਾ ਦੇਣ ਮੈਂ ਤਾਂ ਐ ਕਰ ਦੇਣਾ ਉਹ ਕਰਨਾ ਮੈਂਬਰਸ਼ਿਪ ਲਈ ਅਤੇ ਨਾ ਖਾਣੂ ਵਨਡੇ ਨਾ ਖਾਣੂ ਖੇਲੇ ਨਾ ਜਿਨ੍ਹਾਂ ਦੇ ਘਰ ਚ ਰਹਿੰਦੇ ਸੀਗੇ ਉਹਨਾਂ ਦਾ ਮਤਲਬ ਪਤਾ ਹੀ ਪੜਦਾ ਕਿ ਆ ਦੁੱਧ ਵੀ ਨਹੀਂ ਪੀਣਾ ਅੰਡੇ ਵੀ ਨਹੀਂ ਖਾਣੇ ਕਿਲੇ ਵੀ ਨਹੀਂ ਇਹ ਬੜੇ ਮਹਿੰਗੇ ਆ ਸ਼ੇਅਰਿੰਗ ਚ ਸੀਗੇ ਨਾ ਮੈਂ ਕਹਿਆ ਇਹ ਕਮਾਲ ਦੀ ਗੱਲ ਆ ਵੀ ਸਾਡੇ ਚਲੋ ਉਦਾਂ ਭਾਰਤ ਦੇਸ਼ ਜਿੱਦਾਂ ਮਰਜ਼ੀ ਆ ਪਰ ਖਾਣ ਖੂਣ ਨੂੰ ਨਹੀਂ ਘਟਕਦਾ ਅੱਛਾ ਤਾਂ ਨਮਈ ਸਿਸਟਮ ਤੇ ਚਲੋ ਐਨੀ ਹੋ ਇੱਕ ਮਹੀਨਾ ਗਿਆ ਮੈਂ ਜਮ ਉੱਥੇ ਵੀ ਗਏ ਨੇ ਪੁੱਛਿਆ ਨਿਗਾ ਮੈਂ ਫਿਰ ਹਟੇ ਗਿਆ ਮਗਾ ਮੈਂ 49 ਡਾਲਰ ਮਹੀਨੇ ਤੇ ਜਾਂਦੇ ਆ ਮੈਂ 3500 ਲੈ ਕੇ ਆਇਆ ਇਹ ਵੀ ਨਾ ਮੁੱਕ ਜੂਗਾ ਕਿਉਂਕਿ ਜੋਬ ਜ ਨਾ ਜੋਬ ਦਾ ਵੀ ਪੰਗਾ ਪੈ ਗਿਆ ਅੰਗਰੇਜ਼ੀ ਨਹੀਂ ਸੀ ਆਂਦੀ ਉਹ ਮੈਂ ਕਾਲ ਕਰਨੀ ਉਨੀ ਸੌਰੀ ਸੌਰੀ ਕਰੀ ਜਾਣਾ ਉਨੀ ਕਰਨੀ ਮੈਂ ਸੌਰੀ ਸੌਰੀ ਕਰੀ ਜਾਣਾ 6 ਮਹੀਨੇ ਤੱਕ ਸੌਰੀ ਸੌਰੀ ਚੱਲੀ ਗਿਆ ਕੰਮ ਤੇ ਫੇਰ ਮੈਨੂੰ ਇੱਕ ਡਰ ਵੀ ਬੜਾ ਲੱਗਣਾ ਅੰਗਰੇਜ਼ੀ ਜਦੋਂ ਬੋਲਣੀ ਉਹਨਾਂ ਨੇ ਹਣਾ ਸਭ ਇਹ ਗੋਰੇ ਬੋਲਦੇ ਬੜੀ ਹੁਣ ਇਨਸਟੀਟਿਊਸ਼ਨ ਹੋ ਜਾਂਦੀ ਨਾ ਸਲੈਂਗ ਆ ਨਾ ਉਹ ਸਲੈਂਗ ਸਮਝ ਨਹੀਂ ਆਂਦੀ ਬੜੇ ਲਿਖੇ ਬੰਦੇ ਵੀ ਕਈ ਵਲੇ ਨਹੀਂ ਸਮਝ ਸਕਦੇ ਤੇ ਫੇਰ ਮੈਂ ਨੂੰ ਚਲੋ ਮੀਟ ਫੈਕਟਰੀ ਚ ਮਿਲ ਗਈ ਜੋ ਪੈਕਿੰਗ ਚ ਨਾ ਲੇਬਰ ਚ ਉੱਥੇ ਵੀ ਪ੍ਰੋਬਲਮ ਤਾਂ ਆਈ ਫੇਰ ਮੈਂ ਆਪਣਾ ਨੂੰ ਉੱਥੇ ਵੀ ਚੈਲੰਜ ਅਕਸੈਪਟ ਕੀਤਾ ਵੀ ਨਹੀਂ ਮੈਂ ਗੋਰਿਆਂ ਨਾਲ ਹੀ ਬੋਲਣਾ ਜਿੱਥੇ ਗੋਰਾ ਖੜਾ ਹੁਣ ਆਪਲਾ ਜਾਣਦਾ ਨਹੀਂ ਜਾਣਦਾ ਉਹ ਵੀ ਜਾ ਕੇ ਉਹਨੂੰ ਬਲਾਨ ਬਲੂਨ ਲੱਗ ਜਾਣਾ ਹਾਂ ਤੇ ਉਹ ਵੀ ਫਿਰ ਮੈਂ ਚਲੋ ਮੈਨੂੰ ਵਧੀਆ ਲੱਗਣ ਲੱਗਾ ਮੈਂ ਪਰ 6 ਮਹੀਨੇ ਚ ਬੜੀ ਡਿਵੈਲਪ ਕਰ ਗਿਆ 6 ਮਹੀਨੇ ਤਾਂ ਫਿਰ ਮੇਰੀ ਅੰਗਰੇਜ਼ੀ ਇਦਾਂ ਦੀ ਹੋ ਗਈ ਤੇ ਗੁਰੇ ਕਹਣਗੇ ਤੂੰ ਪਤਾ ਨਹੀਂ ਇੱਧਰ ਦਾ ਹੀ ਜੰਮਿਆ ਬੜਾ ਹੈ ਮਾਰਾ ਐਕਸਨ ਨੁਕਸਾਨ ਜਿਹਨੇ ਸਿੱਖੀ ਐ ਤੂੰ ਹੈ 7 ਸਾਲ ਪਹਿਲਾਂ ਤੁਸੀਂ ਇੱਕ ਵੀਡੀਓ ਪਾਈ ਸੀ YouTube ਤੇ ਕਮ ਸਪਲੀਮੈਂਟ ਦੇ ਅੱਗੇ ਖਲੋ ਕੇ ਐਕਸਪਲੇਨਸ਼ਨ ਦੇ ਰਹੇ ਸੀਗੇ ਇੰਗਲਿਸ਼ अच्छा ओ मैं वेखी दाडी। ਕਹਿਣ ਕੀ ਹੈ ਨਾ ਦੀ ਇੰਗਲਿਸ਼ ਕਹਿਦਾ। ਹੁਣ ਤਾਂ ਬੁੱਢੇ ਨੂੰ ਟਾਈਮ ਹੋ ਗਿਆ। ਐਨੀ ਹੋਪ ਤੇ ਮੈਂ ਫਿਰ ਵਧੀਆ ਬੋਲਣ ਲੱਗ ਗਿਆ। ਉਹ ਗੋਰਿਆਂ ਨੇ ਮੈਨੂੰ ਪੁੱਛਣਾ ਵੀ ਤੁਹਾਨੂੰ ਕਿੰਨਾ ਚਿਰ ਹੋਇਆ ਤੇਰੀ ਅੰਗਰੇਜ਼ੀ ਬੜੀ ਵਧੀਆ ਹੈ ਨਾ? ਇੰਗਲਿਸ਼ ਬੜੀ ਵਧੀਆ। ਤੇ ਵਾ ਅਸੀਂ ਵੀ ਫੁਕਰੀ ਚ ਮਾਰਦੇ ਨੇ ਮੈਂ ਮੈਂ ਤਾਂ ਬਹੁਤ ਚਿਰ ਦਾ ਆਇਆ ਇੱਥੇ। ਐ ਨਹੀਂ ਹੋਤੇ ਐ ਸਿੱਖ ਲਿਆ ਚਲੋ ਫੈਕਟਰੀ ਚ ਉਹਨਾਂ ਫੈਕਟਰੀ ਨੇ ਕਾਫੀ ਮੈਨੂੰ ਵਧੀਆ ਉਹਦੇ ਸਾਥ ਦਿੱਤਾ। 5 ਸਾਲ ਮੈਂ ਕੀਤਾ ਫੈਕਟਰੀ ਚ ਕੰਮ ਤੇ ਨਾਲ ਨਾਲ ਮੈਂ ਪੀਜ਼ਾ ਡਿਲੀਵਰੀ ਕਰਦਾ ਸੀਗਾ। ਫਿੱਸਬੂ ਸਾਜ਼ੀ ਗਿਆ ਨਾ ਜੋ ਵੀ ਸਿਕਾ ਸਾਰਾ ਤਾਰਨੀਆਂ ਤੇ ਫਿਰ ਮੈਂ ਜਦੋਂ ਪੀਆਰ ਹੋਏ ਸੀ 2011 ਚ ਪੀਆਰ ਆ ਫਿਰ 2011 ਚ ਮੈਂ ਪੀਆਰ ਦੇ ਨਾਲ ਹੀ ਫਿਰ ਸਟਾਰਟ ਕਰਤਾ ਕੰਮ ਇੱਕ ਸਾਲ ਜੀ ਤੁਸੀਂ ਕੰਪਲੀਟ ਕਰ ਲੈਣਾ ਹਾਂ ਕਿਉਂਕਿ ਮਸਲ ਮੈਂਬਰੀ ਹੁੰਦੀ ਨਾ ਹਾਂ ਮਸਲ ਮੈਂਬਰੀ ਥੋੜੀ ਬੜੀ ਛੇਤੀ ਆ ਜਾਂਦੀ ਵਾਪਸ ਉਹ 12 ਚ ਮੈਂ ਕੰਪਲੀਟ ਕੀਤਾ ਜੀ ਅਪ੍ਰੈਲ ਦੇ ਵਿੱਚ ਫਿਰ ਉਸ ਤੋਂ ਬਾਅਦ 2015 ਅ ਤੇ ਮਹਾਰਾਜ 12 ਚ ਕੰਪਲੀਟ ਕੀਤਾ 12 ਚ ਮੈਂ ਜਿੱਤ ਗਿਆ ਸੀਗਾ ਫੋਰਚੂਨੇਟਲੀ ਤੇ ਮਿਸਟਰ ਵਿਕਟੋਰੀਆ ਅੰਡਰ 75 ਤੇ ਉਹਦੇ ਤੋਂ ਬਾਅਦ 13 ਚ ਕੀਤਾ ਫਿਰ 14 ਚ ਕੀਤਾ 14 ਚ ਨਹੀਂ ਕੀਤਾ ਫਿਰ ਨਹੀਂ 14 ਚ ਕੀਤਾ 14 ਚ ਮੈਂ ਨਹੀਂ ਪਲੇਸ ਪਈ ਕੋਈ ਫਿਰ 15 ਚ ਕੀਤਾ ਹੂੰ 15 ਚ ਚਲੋ ਮੈਂ 15 ਜਿਹੜਾ 15 2015 ਸਾਲ ਸੀ ਉਹ ਬੜਾ ਵਧੀਆ ਸੀਗਾ ਉਹ ਚ ਜਿਹੜਾ ਮੈਂ ਮਿਸਟਰ ਵਿਕਟੋਰੀਆ ਓਵਰオール ਜਿੱਤਿਆ ਸੀਗਾ ਤੇ ਮਿਸਟਰ ਆਸਟ੍ਰੇਲੀਆ ਅੰਡਰ 75 ਮਿਸਟਰ ਇੰਟਰਨੈਸ਼ਨਲ ਹੋਇਆ ਸੀ 골ਡ ਕੋਸਟ ਉਹ ਵੀ ਬੈਕ ਟੂ ਬੈਕ ਸਾਰੇ ਜਿੱਤੇ ਆ ਅੱਛਾ ਇੱਕ ਮਤਲਬ ਉਹ ਨਾਲ ਦੀ ਨਾਲ ਦੀ ਨਾਲ ਨਾਲ ਦੇ ਪੜਾਕਾ ਪੂਰਾ ਤੇ ਉਹ ਮੈਂ ਇੰਟਰਨੈਸ਼ਨਲ ਵੀ ਜਿੱਤ ਗਿਆ ਉਹਦੇ ਤੋਂ ਬਾਅਦ ਹੀ ਨਹੀਂ ਫਿਰ ਮੈਨੂੰ ਯੂਰਪ ਲਈ ਭੇਜਤਾ ਮਿਸਟਰ ਯੂਰਪ ਅੱਛਾ ਤੇ ਮਿਸਟਰ ਯੂਰਪ ਪੇਟਲੀ ਹੋਇਆ ਸੀ ਤਾਂ ਉੱਥੇ ਵੀ ਮੇਰੀ ਅੰਡਰ 75 ਪਲੇਸ ਪਾ ਗਈ ਸੀਗੀ ਮਤਲਬ ਉੱਥੇ ਵੀ ਮੈਂ ਜਿੱਤਿਆ ਤੋ ਉਹ ਸਾਲ ਬੜਾ ਵਧੀਆ ਉੱਥੇ ਉਹਦੇ ਸਾਲ 'ਚ ਮੇਰੀ ਵਧੀਆ ਇੱਕ ਰਿਆ ਜਿੰਮ ਵੀ ਉਦੋਂ ਨੇ ਉਸੇ ਸਾਲ 'ਚ ਖਰੀਦਿਆ ਹਨਾ ਤੇ ਵਧੀਆ ਸੀਗਾ 2015 ਜੋ ਸਿੱਕੇ ਦੀ ਸੋਚਿਆ ਸੀ ਕਿ ਇੱਕ ਪਿੰਡੋਂ ਮੁੰਡਾ ਉੱਠ ਕੇ ਆਸਟ੍ਰੇਲੀਆ 'ਚ ਆ ਕੇ ਜਿੱਤੂਗਾ ਦੇਖੋ ਇਹ ਜੱਤਣ ਵਾਲੀ ਪ੍ਰੋਬਲਮ ਨਹੀਂ ਸੀ ਕੋਈ ਜੱਤਣ ਵਾਲਾ ਤਾਂ ਜਜ਼ਬਾ ਪੂਰਾ ਸੀ ਮੈਨੂੰ ਪਤਾ ਸੀ ਮੇਰੀ ਸਮਿਟਰੀ ਬੜੀ ਵਧੀਆ ਬੋਡੀ ਵਧੀਆ ਤੇ ਇੱਕ ਜੈਨੇਟਿਕ ਹੁੰਦੇ ਨਾ ਤੁਹਾਡੇ ਲੱਤ ਲੁੱਤਾਂ ਬੜੀਆਂ ਸਟਰੋਂਗ ਆ ਮੈਂ ਵੈਸੇ ਜਦੋਂ ਇੱਥੇ ਆਸੀ ਇੰਟਰਨੈਟ ਤੇ ਮੜਾ ਦੇਖਦਾ ਰਹਿੰਦਾ ਹੁੰਦਾ ਜੀ ਇੱਥੇ ਦੀ ਕਿਵੇਂ ਦੀ ਆ ਹਨਾ ਆਸਟ੍ਰੇਲੀਅਨ ਮੁੰਡੇ ਜਾਂ ਕਿਦਾਂ ਹਨਾ ਯਾ ਮਸ਼ਵੀ ਯਾਰਾ ਲੱਤਾਂ ਦੀ ਹੈਗੀ ਪ੍ਰੋਬਲਮ ਉਹ ਤਾਂ ਹਰ ਕਮਿਊਨਿਟੀ ਚ ਆ ਹਾਂ ਇੰਨਾ ਜ਼ਰੂਰ ਸੋਚਿਆ ਸੀਗਾ ਜਦੋਂ ਤੁਰੇ ਹਾਂ ਉਥੋਂ ਜਦੋਂ ਦਿੱਲੀ ਨੂੰ ਚਲੇ ਹੋ ਸੀ ਅਸੀਂ ਬੇ ਕੋਦਨਾ ਕਾਸਤਾ ਜੇ ਕਿਸਮਤ ਨੇ ਸਾਥ ਦਿੱਤਾ ਤੇ ਆਪਣਾ ਜਿੰਮ ਜਰੂਰ ਖੁੱਲਾਂਗੇ ਉੱਥੇ ਪਰ ਸੋਚ ਤਾਂ ਥੋੜਾ ਕਾਤ ਤੋਂ ਬਾਹਰੇ ਲਿਆ ਸੀ ਪਰ ਇੱਕ ਵਾਰੀ ਸੋਚਿਆ ਜਰੂਰ ਸੀਗਾ ਬੇ ਜਿੰਮ ਖੁੱਲਾਂਗੇ ਬੇ ਆਪਾਂ ਨਾਂ ਵੀ ਆਹੀ ਰੱਖਣਾ ਠੀਕ ਹੈ ਹਾਂ ਜਿੰਮ ਦਾ ਸੀਗਾ ਸਪਲੀਮੈਂਟ ਦਾ ਨਹੀਂ ਸੀ ਮੈਂ ਸੋਚਿਆ ਜਿੰਮ ਦਾ ਸੋਚਿਆ ਆਪਣਾ ਜਿੰਮ ਖੁੱਲਾਂਗੇ ਪਰ ਚਲੋ ਦੇਖੋ ਸੱਤ ਦਾ ਸੋਚਿਆ 15 ਚ ਖੁੱਲ ਗਿਆ ਹਮ ਮਤਲਬ ਉਹੀ ਤੁਹਾਡਾ 7-8 ਸਾਲ ਚ ਮਿਹਨਤ ਰੰਗ ਲਿਆਈ ਹੁੰਦਾ ਦੇਖੋ ਟਾਈਮ ਦੇਣਾ ਪੈਂਦਾ ਹੁਣ ਦੇਖੋ ਪਹਿਲੀ ਤਾਂ ਮੈਂ ਗੱਲ ਦੱਸਦਾ ਬਾਡੀ ਬਿਲਡਿੰਗ ਜਿਹੜੀ ਹੈ ਇਹ ਕੋਈ ਗੇਮ ਨਹੀਂ ਹੈ ਹਮ ਇੱਕ ਲਾਈਫ ਸਟਾਈਲ ਆ ਹਮ ਇਹਦੇ ਵਿੱਚ ਥੋੜੀ ਆਪਣੀ ਮਰਜ਼ੀ ਆ ਤੁਸੀਂ ਕਿੱਦਾਂ ਨੂੰ ਜਾਣਾ ਤੁਸੀਂ ਕੋਈ ਸਮਾਨ ਇਦਾਂ ਦਾ ਲੈਣਾ ਜਾਂ ਨਹੀਂ ਲੈਣਾ ਥੋੜੀ ਮਰਜ਼ੀ ਹੈ ਹਮ ਹਮ ਥੋੜੀ ਮਰਜ਼ੀ ਤੋਂ ਬਿਨਾ ਨਹੀਂ ਕੋਈ ਲੈ ਸਕਦਾ ਬਾਕੀ ਅੱਜਕੱਲ੍ਹ ਪੜ੍ਹੇ ਲਿਖੇ ਸਾਰੇ ਆ ਗੂਗਲ ਤੇ ਸਭ ਕੁਝ ਪਿਆ ਐਨੀਆਂ ਸਰਚਾਂ ਮਾਰਦੇ ਹੋ ਇਹਦੀ ਵੀ ਤੁਸੀਂ ਮਾਰ ਸਕਦੇ ਹੋ ਹੂੰ ਹੂੰ ਬੇ ਇਹਦੇ ਕੀ ਨੁਕਸਾਨ ਆ ਕੀ ਹੁੰਦਾ ਕਿਵੇਂ ਕੰਮ ਹੁੰਦਾ ਕਿਵੇਂ ਨਹੀਂ ਹੁੰਦਾ ਠੀਕ ਆ ਹੁਣ ਛੋਟੇ ਲੈਵਲ ਤੇ ਬੋਡੀ ਬਿਲਡਿੰਗ ਕਰਨੀ ਐ ਦੇਖੋ ਮੈਂ ਤਾਂ ਕੋਈ ਵੱਡਾ ਬੋਡੀ ਬਿਲਡਰ ਹੈ ਨਹੀਂ ਮੈਂ ਹਰ ਇੱਕ ਨੂੰ ਕਹਿੰਦਾ ਹੁੰਦਾ ਮੈਂ ਤਾਂ ਲੜਿਆ ਮੈਂ ਹਮੇਸ਼ਾ ਕਹਿੰਦਾ ਮੈਂ ਅੰਡਰ 75 ਹੀ ਕੰਪੀਟੀਸ਼ਨ ਕੀਤੇ ਆ ਮੈਂ 120 ਕਿਲੋ ਦੇ ਨਹੀਂ ਕੀਤੇ ਪਰ ਸਟਿਲ 120 ਕਿਲੋ ਤੇ ਮੈਂ ਜਾ ਵੀ ਨਹੀਂ ਸਕਦਾ ਠੀਕ ਆ ਸੋ ਤੇ ਲਈ ਬੜੀ ਡਰਗ ਡਰੂਗ ਲੈਣੀ ਪੈਂਦੀ ਆ 120 ਕਿਲੋ ਇਟਸ ਨਾਟ ਈਜ਼ੀ ਸਾਡੀ हाइट ਵਾਲੇ ਬੰਦੇ ਲਈ ਸੋ ਹੁਣ ਤੁਸੀਂ ਇੱਕ ਤੁਹਾਡਾ ਜਨਮ ਕਦ ਦਾ 1997 ਤੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਮੈਂ ਟ੍ਰੇਨਿੰਗ ਸਟਾਰਟ ਕਰਿਆ 96 ਫਿਰ ਮੈਂ ਮਿਸਟਰ ਵਰਲਡ ਕਦੋਂ ਬਣਿਆ 2018 ਫਿਰ ਹੁਣ ਉਹ ਸਾਲ ਗਿਣ ਲਓ ਸਹੀ ਗੱਲ ਸਮਝ ਗਏ ਤੁਸੀਂ ਹੁਣ ਤਪੱਸਿਆ ਪੇਸ਼ੈਂਸ ਹੈ ਪਰ ਚਲੋ ਮੇਰਾ ਉਹ 7 ਸਾਲ ਦਾ ਗੈਪ ਵੀ ਆ ਚਲੋ ਉਹਨਾਂ ਨੂੰ ਵੀ ਕੱਢ ਦੋ ਹੂੰ ਉਹ 7 ਸਾਲ ਨੂੰ ਕੱਢ ਦੋ 11 11 12 ਤਾਂ ਫੇਫੇ ਬਣਦੇ ਆ ਠੀਕ ਹੈ ਮੈਂ ਉਹੀ ਇਹਦੀ ਸਟੱਡੀ ਕੀਤੀ ਸੀ ਕਿ ਕਈ ਆਪਣੇ ਬੰਦੇ ਆਪਣੇ ਹੀ ਫਲਾਂਦੇ ਨੇ ਮਿੱਥ ਕੇ ਜੇ ਤੁਹਾਡੇ ਬਾਈ ਸਾਹਿਬ ਆ ਤਾਂ ਐਪਸ ਨਹੀਂ ਬਣ ਸਕਦੇ ਜੇ ਐਪਸ ਆ ਬਾਈ ਸਾਹਿਬ ਨਹੀਂ ਬਣ ਸਕਦੇ ਉਹ ਯਾਰ ਉਹ ਕੌਣ ਫਲਾਂਦੇ ਆ ਉਹ ਉਹੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੋ ਚੀਜ਼ਾਂ ਹੁੰਦੀਆਂ ਨੇ ਨੇਚਰਲ ਬਾਡੀ ਬਿਲਡਿੰਗ ਤੇ ਇੱਕ ਹੁੰਦੀ ਆ ਨਾਟ ਨੇਚਰਲ ਹੁਣ ਜਿਹੜਾ ਨੇਚਰਲ ਆ ਟੈਸਟੋਸਟ੍ਰੋਨ ਸਾਡਾ ਬਣਦਾ ਆ 50 ਐਮਜੀ ਪਰ ਵੀਕ ਹੂੰ ਤੇ ਜਿਹੜੇ ਸਟੇਰਾਈਡਸ ਲੈਂਦੇ ਆ ਸਟਾਰਟਿੰਗ 'ਚ 300mg ਪਰ ਵੀਕ ਹੈ ਨਾ ਉਹ ਟੋਟਲ ਜੇ 8 ਵੀਕ ਲੈਂਦੇ ਆ ਉਹ ਇੱਕ ਸਾਈਕਲ ਹੈ ਨਾ ਟੁਗੇਦਰ ਹੁਣ ਜਿਹੜਾ ਨੈਚੁਰਲ ਬੰਦੇ ਦਾ ਬਣਨਾ ਹੈ ਉਹ 48 ਵੀਕਸ 'ਚ ਬਣੂਗਾ ਹੁਣ ਜਿਹੜੇ ਨੈਚੁਰਲ ਦੀ ਬੋਡੀ ਬਣਨੀ ਆ ਪਰ ਉਹਦੀ ਸਾਲ 'ਚ ਬਣੂਗੀ ਤੇ ਉਹਦੀ ਬਣੂਗੀ 2 ਮਹੀਨੇ 'ਚ ਬਸ ਇਹ ਡਿਫਰੈਂਸ ਆ ਇਹ ਦੋਵੇਂ ਉੱਥੇ ਪਹੁੰਚ ਜਾਂਦੇ ਆ ਬਸ ਟਾਈਮ ਡਿਫਰੈਂਸ ਆ ਕਿ ਉਹ ਨੈਚੁਰਲ ਬਣੂਗਾ ਇਹ ਨੈਚੁਰਲ ਨਹੀਂ ਹੋਗਾ ਤੇ ਦੇ ਸਾਈਡ ਇਫੈਕਟ ਤੁਸੀਂ ਐ ਐਕਸਪਲੇਨ ਕਰਤਾ ਹੁਣ ਮੈਂ ਸਾਲ ਕਿਉਂ ਗਿਣਾਂਏ ਆਪਣੇ ਹਾਂਜੀ ਮੈਂ ਦੱਸਿਆ ਨਾ 96 ਸ਼ੁਰੂ ਕੀਤੀ ਐ ਮੈਂ ਜਾ ਕੇ 18 ਚ ਬਣਿਆ ਹੂੰ ਮੈਂ ਸਾਲ ਕਿਉਂ ਗਿਣਾਂਏ ਆਪਣੇ ਹੂੰ ਹੂੰ ਇਸੇ ਕਰਕੇ ਗਿਣਾਂਏ ਇਹੇ ਦੇਖੋ ਹੁਣ ਪੜਾਈਆਂ ਚ ਵੀ ਸ਼ਾਰਟਕਟ ਚੱਲਦੇ ਸੀ ਆਪਾਂ ਪਰਚੀਆਂ ਲੈ ਜਣੀਆਂ ਕਿ ਫਿਰ ਸ਼ੋਰ ਸ਼ਾਰਟ ਉਹ ਆ ਗਈ ਸੀ ਕੋਈ ਛੋਟੀ ਜਿਹੀ ਬੁੱਕ ਆ ਗਈ ਸੀ ਸ਼ੋਰ 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 ਕਹਿੰਦੇ ਸੀ ਜੀ ਛੋਟੀ ਜੀ ਆਂਦੀ ਸੀ ਮੈਂ ਤਾਂ ਆਪੋ ਦੇ ਪੇਪਰ ਦੇ ਉੱਤੇ ਉਹ ਪੜ੍ਹ ਕੇ ਤੁਸੀਂ ਫਰਸਟ ਡਿਵੀਜ਼ਨ ਤਾਂ ਨਹੀਂ ਲੈ ਸਕਦੇ ਸੀ ਹਾਂ ਤੁਸੀਂ ਪਾਸ ਹੋ ਸਕਦੇ ਸੀ ਠੀਕ ਹੈ ਹੁਣ ਤੁਸੀਂ ਐਨਾ ਕਸਾਬ ਪਤਾਬ ਦੱਸਤਾ ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਇਹਨੂੰ ਛੱਡਣਾ ਵੀ ਪੈਂਦਾ ਹਾਂਜੀ ਫੇਰ ਛੱਡੂਗੇ ਤਾਂ ਫੇਰ ਕੀ ਹੋਊਗਾ ਇੱਕ ਤਾਂ ਜਦੋਂ ਆਪਾਂ ਲਾਨਨੇ ਆ ਉਦੋਂ ਸਾਡਾ ਨੈਚੁਰਲੀ ਟੈਸਟ ਸਟੋਨ ਜਿਹੜਾ ਬੰਦ ਆ ਉਹ ਵੀ ਬੰਦ ਹੋ ਜਾਂਦਾ ਹੂੰ ਫੇਰ ਉਹ ਬਣਾਉਣਾ ਹੀ ਬੰਦ ਕਰ ਦੇਤੀ ਆਪਾਂ ਤੁਸੀਂ 12 ਸਾਲ ਲਗਾਤਾਰ ਸਟੂਡੈਂਟ ਲੈ ਸਕਦੇ ਹੋ ਨਹੀਂ ਕਾ ਗੱਲ ਖਤਮ ਹੋ ਗਈ ਨਾ ਪੱਕਾ ਹੀ ਬੰਦ ਹੋਣਾ ਤਾਂ ਪੁੱਤਾ ਫੇਰਾਂ ਅੰਤਨ ਗਪਾਲ ਹੋ ਜਾਣਗੇ ਚੱਕਰ ਹੀ ਹੈ ਦੇਖੋ ਇਹ ਲੌਂਗਰ ਲਾਸਟ ਗੇਮਾਂ ਨਹੀਂ ਹੁੰਦੀਆਂ ਲੰਬੀ ਰੈਸ ਰਸਣ ਨੱਠਣੀ ਹੈ ਤਾਂ ਦਿਮਾਗ ਤੋਂ ਨੱਠਣੀ ਹੈ ਦਿਮਾਗ ਨੂੰ ਸਟਰੋਂਗ ਕਰਨਾ ਪੈਣਾ ਜਿੰਨਾ ਤੁਹਾਡਾ ਦਿਮਾਗ ਵੀਕ ਹੈ ਬੰਦਾ ਕਹਿੰਦਾ ਵੇ ਹੋਣਾ ਹੀ ਨਹੀਂ ਤੁਸੀਂ ਸੋਚ ਹੀ ਲਿਆ ਹੋਏ ਹੋਣਾ ਨਹੀਂਗਾ ਫਿਰ ਕਿੱਦਾਂ ਹੋ ਜਾਊਗਾ ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਪਹਿਲਾ ਕੰਪੀਟੀਸ਼ਨ ਕੀਤਾ ਮੇਰੀ ਹੱਦੇ ਵੀ ਫੋਟਾਂ ਪਈਆਂ ਹੋਗੀਆਂ ਤੁਸੀਂ ਚਲੋ ਆ ਤਾਂ ਛੱਡੋ ਚੀਜ਼ਾਂ ਉਦੋਂ ਤਾਂ ਸਾਡੇ ਕੋਲ ਖਾਣ ਨੂੰ ਪ੍ਰੋਟੀਨ ਵੀ ਨਹੀਂ ਹੁੰਦਾ ਸੀਗਾ ਨਾ ਕੋਈ ਨੌਲੇਜ ਹੁੰਦੀ ਸੀ ਹੁਣ 96 ਜੇ ਮੈਨੂੰ ਦੱਸ ਦੋ ਪਿੰਡਾਂ 'ਚ ਕਿਹੜੇ ਕੋਚ ਹੁੰਦੇ ਸੀਗੇ ਹੁੰਦੇ ਸੀ ਕੋਈ ਕੋਚ ਨਹੀਂ ਹੁੰਦੇ ਸੀਗੇ ਕਿਦ 96 'ਚ ਕਿਹੜੇ ਸਪਲੀਮੈਂਟ ਹੁੰਦੇ ਸੀ ਕਿਸੇ ਨੂੰ ਟੈਸਟੋਸਟੇਰੋਨ ਬੂਸਟਰ ਦਾ ਨਹੀਂ ਪਤਾ ਸੀਗਾ ਹਾਂ ਹਾਂ ਸਪਲੀਮੈਂਟ ਆਂਦਾ ਸੀ ਇੱਕ ਪ੍ਰੋ ਲੈਬ ਕੰਪਨੀ ਆਂਦੀ ਸਿਰਫ ਉਹਦੇ ਵਿੱਚ ਇੱਕ ਪ੍ਰੋਟੀਨ ਦਾ ਪਤਾ ਹੁੰਦਾ ਸੀ ਇਹ ਵੀ ਨਹੀਂ ਪਤਾ ਹੁੰਦਾ ਸੀ ਵੇ ਪ੍ਰੋਟੀਨ ਹੈ ਕਿ ਆਈਸੋਲੇਟ ਆ ਸਾਨੂੰ ਨਹੀਂ ਸੀ ਪ ਕ੍ਰੀਏਟਿਨ ਪਈ ਹੁੰਦੀ ਸੀ ਕਿਤੇ ਕਿਤੇ ਜਿੰਮਾਂ ਦੇ ਵਿੱਚ ਤੇ ਇੱਕ ਦੋ ਹੋਰ ਸਪਲੀਮੈਂਟ ਪਰ ਉਹ ਹੁਣ ਉੰਨੀ ਔਕਾਤ ਨਹੀਂ ਸੀ ਸਾਡੀ ਹੁਣ ਜਿਹੜੇ ਬੰਦੇ ਕੋ ਮੈਂ ਚਲੋ ਆਪਣੀ ਗੱਲ ਕਰ ਲੈਂਦਾ ਹੋਰ ਗੈਦੀ ਗੱਲਦਾ ਹਨ ਜਿਹੜੇ ਬੰਦੇ ਕੋ ਕਾਲਜ ਦੀ ਫੀਸ ਨਹੀਂ ਹੈ ਹੂੰ ਠੀਕ ਹੈ 1000 ਰੁਪਈਆ ਪਰ ਮੰਥ ਜਿਹੜਾ ਤੁਸੀਂ ਦੇਣਾ ਉਹ ਬੰਦਾ ਹੁਣ 2 2000 ਦੇ ਸਪਲੀਮੈਂਟ ਕਿੱਥੋਂ ਲੈ ਲੂਗਾ ਹੂੰ ਠੀਕ ਹੈ ਅਸੀਂ ਤਾਂ ਨਾਰਮਲ ਘਰ ਦਾ ਦਾਲ ਫੁਲਕਾ ਤੇ ਘਰ ਦੀ ਖਰਾਕ ਕੁਛ ਵੀ ਨਹੀਂ ਮਤਲਬ ਖਰਾਕ ਐ ਨਹੀਂ ਕੋਈ ਐਕਸਟਰਾ ਜੋ ਪਹਿਲਾਂ ਖਾਂਦੇ ਸੀ ਉਸ ਤੋਂ ਵੱਧ ਖਾਣ ਲੱਗ ਗਿਆ ਭੁੱਖ ਜ਼ਿਆਦਾ ਲੱਗਣ ਲੱਗੀ metabolisim ਆਫ ਹੋ ਗਿਆ ਭੁੱਖ ਜ਼ਿਆਦਾ ਲੱਗਣ ਲੱਗੀ ਤੇ ਹੁਣ ਸਰੀਰ ਕਹਿ ਰਿਹਾ ਸੀਗਾ ਉਹ ਸਰੀਰ ਨੂੰ ਜਿਆਦਾ ਜਨਾ ਜ਼ੋਰ ਲੱਗਿਆ ਸਰੀਰ ਦਾ ਜਿਆਦਾ ਉਹ ਖਰਾਕ ਮਣਨ ਲੱਗੀ ਉਹਨਾਂ ਸਰੀਰ ਨੂੰ ਉਹ ਸਭ ਨਾਲ ਡਵੈਲਪ ਹੋਈ ਗਿਆ ਹੁਣ ਫੈਟ ਤਾਂ ਪੈਣੀ ਨਹੀਂ ਸੀ ਕਿਉਂਕਿ metabolisim ਬਹੁਤ ਫਾਸਟ ਹੈਗਾ ਤੇ metabolisim ਫਾਸਟ ਹੈਗਾ ਫਿਰ ਮੈਂ ਜਿਹੜੀ ਪਹਿਲਾਂ ਸਪਲੀਮੈਂਟ ਯੂਜ਼ ਕੀਤਾ ਮੈਨੂੰ ਕਿਸੇ ਨੇ ਬਾਹਰੋਂ ਮੈਂ ਤਾਂ ਤਰਲਾ ਕਰਕੇ ਕਿਸੇ ਤੋਂ ਮੈਂ ਕਰਟੀਨ ਮੰਗਾਈ ਸੀ ਕਿਉਂਕਿ ਕਰਟੀਨ ਦਾ ਹੀ ਪਤਾ ਸੀ ਸਾਨੂੰ ਪ੍ਰੋਟੀਨ ਦਾ ਕਰਟੀਨ ਦਾ ਉਹ ਕਹਿੰਦੇ ਪ੍ਰੋਟੀਨ ਵੱਡਾ ਬਹੁਤ ਡੱਬਾ ਕਰਟੀਨ ਦਾ ਛੋਟਾ ਉਹ ਅਸੀਂ ਇਹ ਲੈਵਾਂਗੇ 500 ਗ੍ਰਾਮ ਦਾ ਡੱਬਾ 2000 ਇੱਕ ਤੇ ਸਟਾਰਟ ਜਿਆ ਸੀ ਪਰ ਉਹ ਮੈਂ ਜਦੋਂ ਖਤਮ ਮੇਰਾ ਕਿਉਂਕਿ ਪਹਿਲੀ ਵਾਰੀ ਬਾਡੀ ਨੂੰ ਸਪਲੀਮੈਂਟ ਗਿਆ ਅੰਦਰ ਤੇ ਬਾਡੀ ਨੂੰ ਬੜਾ ਵਧੀਆ 5-600 ਕਿਲੋ 5-6 ਕਿਲੋ ਭਾਰ ਵਧਿਆ ਉਹਦਾ ਮੈਨੂੰ ਉਹਨਾਂ ਬਹੁਤ ਫਰਕ ਪਿਆ ਸਿਰਫ ਕਰਟੀਨ ਖਾਣ ਨਾਲ ਕੋਈ ਪ੍ਰੋਟੀਨ ਕੋਈ ਲੈਣਾ ਨਹੀਂ ਨਾਲੇ ਉਦੋਂ ਮੈਂ ਹੁੰਦਾ ਵੀ ਵੈਜੀਟੇਰੀਅਨ ਸੀਗਾ ਨਾਨ ਵੇਜ ਖਾਂਦਾ ਨਹੀਂ ਸੀ ਅੱਛਾ ਤੁਸੀਂ ਵੈਜੀਟੇਰੀਅਨ ਸੀ ਹਾਂ ਨਾਨ ਵੇਜ ਮੈਂ ਬਹੁਤ ਬਾਅਦ ਤੋਂ ਸ਼ੁਰੂ ਕੀਤਾ ਉਹ ਬਾਡੀ ਬਣਾਈ ਉਹ ਬਾਡੀ ਹਜੇ ਵੀ ਸੋਸ਼ਲ ਫੋਟੋਸ਼ਾਪ ਚ ਬਣੀ ਹੋਈ ਆ ਹਾਂ ਕਲੀਨ ਹਾਂ ਤੇ ਹੁਣ ਜੇ ਦੇਖੋ ਇਹ ਮੰਨ ਤੇ ਹੀ ਆਪਣੇ ਜਜ਼ਬੇ ਤੇ ਆ ਸਾਰਾ ਹੁਣ ਕਈ ਬੰਦੇ ਉਹ ਸੋਚਦੇ ਰਹ ਜਾਂਦੇ ਆ ਮੈਂ ਮੈਂ ਨਹੀਂ ਕਰ ਸਕਦਾ ਤੇ ਉਹ ਨਹੀਂ ਕਰ ਸਕਦਾ ਉਹ ਕੀ ਕਰਦੇ ਟ੍ਰੇਨਿੰਗ ਤਾਂ ਕਰਦੇ ਆ ਪਰ ਘਰ ਜਾ ਕੇ ਡਾਈਟ ਤੇ ਨਹੀਂ ਧਿਆਨ ਦਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਕਿੰਨੀ ਕੈਲਰੀ ਹੈ ਇੱਕ ਦਿਮਾਗ ਦਾ ਤੇ ਮਸਲ ਦਾ ਜਿਹੜਾ ਉਹ ਹੁਣਾਂ ਕਨੈਕਸ਼ਨ ਬਹੁਤ ਜ਼ਰੂਰੀ ਹੈ ਜਦੋਂ ਉਹ ਹੀ ਨਹੀਂ ਬਣਦਾ ਆਪਣੇ ਦਿਮਾਗ 'ਚ ਇਹੀ ਆ ਕਿ ਨਹੀਂ ਬਣਨੀ ਤਾਂ ਫਿਰ ਨਹੀਂ ਬਣਨਾ ਠੀਕ ਹੈ ਹੁਣ ਸਾਡੇ ਨਾਲ ਮੁੰਡਾ ਇੱਕ ਇਹ ਤਾਂ 201994 ਦੀ ਗੱਲ ਹੈ ਉਦੋਂ ਤਾਂ ਹੈਲਥ ਕਲੱਬ ਵੀ ਨਹੀਂ ਖੁੱਲੇ ਸਾਡੇ ਰੇ ਸਾਨੂੰ ਪਤਾ ਹੀ ਨਹੀਂ ਸੀ ਕੀ ਹੁੰਦਾ ਕੀ ਨਹੀਂ ਹੁੰਦਾ ਘਰੇ ਮਾੜਾ ਮੋਟਾ ਵੀਟ ਕਰਦੇ ਉਹ ਮੁੰਡਾ ਕਬੱਡੀ ਖੇਡਦਾ ਸੀ ਸਾਡੇ ਨਾਲ ਦੇ ਪਿੰਡ ਦਾ ਸੀਗਾ ਬਹੁਤ ਗਰੀਬ ਘਰ ਦਾ ਸੀਗਾ ਉਹਦਾ ਨਾਂ ਸੀ ਜੀਤਾ ਮੈਂ ਦੱਸ ਰਿਹਾ ਜਿਹੜੇ ਸਾਡੇ ਆਲੇ ਦੋਲੇ ਦੇ ਪਿੰਡਾਂ ਦੇ ਜੇ ਸੁਣੂਗੇ ਹਾਂ ਉਹ ਬਿਟਰਨੈਸ ਆਉਂ ਚੀਜ਼ ਦੇ 94 ਦੀ ਗੱਲ ਹੈ ਉਹਦੀ ਅੱਜ ਵੀ ਇੱਥੇ ਗੱਲ ਹੁੰਦੀ ਸਿੱਟੀ ਦੇ ਵਿੱਚ ਉਹ ਮੁੰਡੇ ਦੇ ਸਿਕਸ ਪੈਕ ਉਦੋਂ ਬੜੇ ਹੁੰਦੇ ਸੀਗੇ ਉਹ ਮੁੰਡੇ ਸਿਕਸ ਪੈਕ ਕੋਈ ਬਿਟਰਨੀਸ਼ੀ ਕਰਦਾ ਕੁਝ ਨਹੀਂ ਕਰਦਾ ਹਨ ਘੈਂਡ ਤੇ ਚੈਸ ਚੁਸ ਵੀ ਬਣੀ ਹੋਸੀ ਸ਼ੋਲਡਰ ਵੀ ਬਣੀ ਹੋਸੀ ਕੀ ਕਰਦਾ ਸੀ ਉਹ ਲੇਬਰ ਕਰਦਾ ਲੈਂਟਰ ਪਾਉਂਦੇ ਹੁੰਦੇ ਸੀਗੇ ਉਹ ਤਸਲੇ ਚੁੱਕ ਚੁੱਕ ਕੇ ਉੱਪਰ ਨੀਆਂ ਪਿੰਡੀਆਂ ਤੇ ਪਹਚਾਣੇ ਹਨ ਉਹ ਉਹ ਮਸਲ ਫੰਕਸ਼ਨਿੰਗ ਹੋਈ ਗਈ ਉਹਦੀ ਜੈਨੇਟਿਕ ਵਧੀਆ ਸੀਗੇ ਉਹ ਮਸਲ ਪ੍ਰੋਪਰ ਬਣੇ ਆ ਉਹਦੇ ਸੋ ਇਹ ਗੱਲ ਨਹੀਂ ਹੁੰਦੀ ਕਿ ਬਣਦੇ ਨਹੀਂ ਇਹ ਆਪਾਂ ਕੀ ਆਪਣੇ ਦਿਮਾਗ ਨੂੰ ਵੀ ਸੋਲ ਕਰ ਲਿਆ ਆਪਣੇ ਆਪ ਨੂੰ ਵੀ ਸੋਲ ਕਰ ਲਿਆ ਉਹ ਹੁਣ ਬੰਦਾ ਫਿਰ ਉਸ ਹਿਸਾਬ ਨਾਲ ਹੀ ਹਮ 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 ਸੈੱਟ ਹੋ ਗਿਆ ਬੰਦੇ ਦਾ ਦਿਮਾਗ ਸੈੱਟ ਹੋ ਗਿਆ ਬਾਕੀ ਮੈਂ ਇਹੀ ਕਹਿੰਦਾ ਲਾਈਫ ਸਟਾਈਲ ਆ ਬਾਕੀ ਭਾਈ ਸਾਰਿਆਂ ਦੀ ਮਰਜ਼ੀ ਆ ਕੀ ਲੈਣਾ ਕੀ ਨਹੀਂ ਲੈਣਾ ਤੁਸੀਂ ਆਪਣੇ ਆਪ ਨੂੰ ਕਿਵੇਂ ਫਿੱਟ ਕਰਨਾ ਕਿਵੇਂ ਨਹੀਂ ਫਿੱਟ ਕਰਨਾ ਪਰ ਇੱਕ ਗੱਲ ਮੈਂ ਹੋਰ ਇੱਥੇ ਮੜੀ ਐਡ ਕਰਨੀ ਚਾਹਨਾ ਅੱਜ ਦੀ ਡੇਟ 'ਚ ਜਿਹੜਾ ਅਸੀਂ ਜਿੰਮ ਜਾਂਦੇ ਆ ਜਾਂ ਆਪਾਂ ਵਰਜਿਸ਼ ਕਰਦੇ ਆ ਮੁੜਕਾ ਮੁੜਕਾ ਕੱਢਦੇ ਆ ਉਹ ਥੋੜਾ ਸ਼ੌਂਕ ਨਹੀਂ ਹੈ ਉਹ ਲੋਡ ਹੈ ਹੂੰ ਹੁਣ ਦੇਖੋ 100 ਬੰਦਾ ਜਾਂਦਾ ਉਹ ਚੋਂ ਦੋ ਬੰਦਿਆਂ ਦਾ ਹੋਊਗਾ ਵੀ ਮੈਂ ਜੀ ਬੜੀ ਬਿਲਡਿੰਗ ਕਰਨੀ ਹੈ ਮੈਂ ਆ ਕਰਨਾ ਹਾਂ ਹਾਂ ਜੀ ਹਾਂ 98 ਬੰਦੇ ਕੀ ਕਹਿੰਦੇ ਯਾਰ ਅਸੀਂ ਅੰਗ ਪੈਰ ਚੱਲਦੇ ਰਹਿਣ ਹੂੰ 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 ਅੰਦਰ ਬਾਹਰ ਠੀਕ ਰੱਖੇ ਬਸ ਟੈਟੂਡ ਬਾਹਰ ਨਾ ਨਿਕਲੇ ਦੇਖਣ ਨੂੰ ਕਪੜਾ ਪਾਇ ਵਧੀਆ ਲੱਗੇ ਤੇ ਅਸੀਂ ਤੰਦਰੁਸਤ ਰਹੀਏ ਸਹੀ ਗੱਲ ਹੈ ਮਸ਼ੀਨਰੀ ਠੀਕ ਰਵੇ ਤੋਂ ਹੁਣ 98% ਦੇ ਹਿਸਾਬ ਨਾਲ ਉਹ ਸਾਡੀ ਲੋੜ ਹੈ ਸਾਡਾ ਸ਼ੌਂਕ ਨਹੀਂ ਹੈ ਸੋ ਤੁਸੀਂ ਜਿੰਮ ਸਿਰਫ ਇਹੀ ਸੋਚ ਕੇ ਨਾ ਜਾਓ ਕਿ ਜਿੰਮ ਸਿਰਫ ਡਾਲਰ ਡੋਲੇ ਬਣਾਣ ਜਾਂਦੇ ਆ ਜਿੰਮ ਜ਼ਰੂਰ ਜਾਓ ਕਿਉਂਕਿ ਅੱਜ ਦੀ ਡੇਟ 'ਚ ਜੇ ਕੋਈ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਫਿਜ਼ੀਕਲ ਹੈ ਤੁਹਾਨੂੰ ਮੈਂਟਲ ਹੈ ਤੁਹਾ ਨੂੰ ਅੰਦਰੂਨੀ ਬਾਹਰੀ ਕੋਈ ਵੀ ਪ੍ਰੋਬਲਮ ਕੋਈ ਵੀ ਬਿਮਾਰੀ ਹੈ ਉਹਦਾ ਹਰ ਇੱਕ ਦਾ ਹੱਲ ਹੈ ਕਿ ਐਂਡ ਆਫ ਦਾ ਡੇ ਤੁਹਾਨੂੰ ਐਕਸਰਸਾਈਜ਼ ਕਰਨੀ ਹੀ ਪੈਣੀ ਹੈ ਕੋਈ ਸਟ्रेस ਜਾਂ ਡਿਪਰੈਸ਼ਨ ਡਾਕਟਰ ਕਹਿੰਦੇ ਐਕਸਾਈ ਕਰਿਆ ਕਰ ਹਮ ਜਿਮ ਜਾ ਕੇ ਕਰ ਕੇ ਦਾ ਭਾਰ ਵੱਧ ਐਕਸਾਈ ਕਰਾ ਕੇ ਕੇ ਦਾ ਕੋਲੇਸਟ੍ਰੋਲ ਉੱਪਰ ਐਕਸਾਈ ਕਰਾ ਕੇ ਇਹਨੂੰ ਹਾਰਟ ਅਟੈਕ ਹੋ ਗਿਆ ਐਕਸਾਈ ਕਰਿਆ ਕਰ ਕੇ ਤੇ ਗੋਡਿਆਂ ਚ ਦਰਦਾ ਐਕਸਾਈ ਕਰਿਆ ਕਰ ਕਿਉਂਕਿ ਮਸਲ ਵੀਕ ਹੋ ਗਏ ਹੁਣ ਇੰਡੀਆ ਕਹਿੰਦੇ ਗੋਡਿਆਂ ਦੇ ਦਰਦਾ ਜੀ ਗ੍ਰੀਸ ਮੁੱਕੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿਹੜੀ ਗ੍ਰੀਸ ਹੈ ਇਹ ਕਿਹੜੀ ਗ੍ਰੀਸ ਬਣਾਈ ਆ ਉਹ ਤਿੰਨ ਮਸਲ ਹੁੰਦੇ ਨੇ ਫਰੰਟ ਮਸਲ ਹੈ ਬੈਕ ਮਸਲ ਹੈ ਤੇ ਕਾਫ ਦਾ ਮਸਲ ਇਹ ਜਦੋਂ ਵੀਕ ਹੋ ਜਾਂਦੇ ਗੋਡੇ 'ਚ ਦਰਦ ਸਟਾਰਟ ਹੋ ਜਾਂਦਾ ਜੋਇੰਟ ਜੋੜਾਂ 'ਚ ਦਰਦ ਤਾਂ ਹੀ ਸਟਾਰਟ ਹੁੰਦਾ ਕਿ ਤੁਹਾਡਾ ਮਸਲ ਵੀਕ ਹੋ ਜਾਂਦਾ ਹਾਂ ਹਾਂ ਸੋ ਇਸ ਕਰਕੇ ਜਿੰਮ ਜਾਣਾ ਸਾਰਿਆਂ ਲਈ ਜ਼ਰੂਰੀ ਆ ਚਾਹੇ ਉਹ ਸਾਡੀਆਂ ਭੈਣਾਂ ਚਾਹੇ ਭਰਾ ਮੇਲ ਆ ਫੀਮੇਲ इवन ਸਾਡੇ ਬਜ਼ੁਰਗ ਵੀ ਆ ਹਾਂ ਹਾਂ ਜ਼ਰੂਰੀ ਆ ਥੋੜਾ ਬੋਤਾ ਮਸਲ ਫੰਕਸ਼ਨਿੰਗ ਚਾਹੀਦੀ ਆ ਕਿ ਜੋੜ ਜੁੜ ਸਲਾਮਤ ਰਹਿੰਦੇ ਆ ਹਾਂ ਤੇ ਤੁਸੀਂ ਜான் ਇਬਰਾਹਿਮ ਨੂੰ ਵੀ ਟ੍ਰੇਨ ਕੀਤਾ ਨਾ ਮੈਂ ਤੁਹਾਡੀ ਟਿਕਟੌਕ ਤੇ ਵੇਖਿਆ ਪਿੰਨ ਕੀਤੀ ਹੋਈ ਟਾਪ ਤੇ ਮੈਂ ਕਿਹਾ ਮੈਂ ਪਹਿਲਾਂ ਵੇਖਿਆ ਧਿਆਨਾ ਮੈਂ ਕਿਹਾ ਉਹੀ ਆ ਹਾਂ ਜான் ਇਬਰਾਹਿਮ ਨਾਲ ਵੀ ਮੈਂ ਇਦਾਂ ਹੀ ਮਿਲ ਕੇ ਲੇ ਹੋ ਗਿਆ ਫਿਰ ਮੈਂ ਗਿਆ ਸੀ ਉੱਥੇ ਬੰਬੇ ਓਕੇ 7-8 ਦਿਨ ਉਹਦੇ ਲਵਾ ਕੇ ਆਇਆ ਸੀਗਾ ਮੈਂ ਤੇ ਵਧੀਆ ਐਕਸਪੀਰੀਅੰਸ ਆ ਉਹਦੇ ਨਾਲ ਮੇਰੇ ਕੋਲ ਵੀ ਆਇਆ ਬਾਈ ਤੇ ਮੈਂ ਉਹਨੂੰ ਬਾਈ ਕਹਿਣਾ ਹੁੰਦਾ ਜਦੋਂ ਮਿਲਦਾ ਨਾ ਅਸੀਂ ਕੋਈ ਉਹ ਨਹੀਂ ਹਾਂ ਦਾ ਸਾਡਾ ਹੋਰ ਥੋੜਾ ਰਿਐਲਿਟੀ ਚ ਹੁਣ ਤਾਂ ਥੋੜਾ ਜਾਰੀ ਦੋਸਤੀ ਵਾਲਾ ਰਿਲੇਸ਼ਨ ਹੈ ਹਾਂ ਹੁਣ ਵੀ ਗੱਲਬਾਤ ਹੁੰਦੀ ਆ ਕਦੇ ਵੀ ਕੋਈ ਵੀ ਆ ਪ੍ਰੋਟੀਨ ਨਾ ਕੋਈ ਆਪਾਂ ਸਾਂਝਾ ਕਰਨਾ ਕੁਛ ਅਸੀਂ ਸਾਂਝਾ ਕਰਦੇ ਰਹਿੰਦੇ ਆ ਨੋਲਜ ਉਹਨੂੰ ਵੀ ਬਹੁਤ ਹੈ ਬਟ ਸਟਿਲ ਹੀ ਟਰਸਟਸ ਮੀ ਬਲੀਵ ਔਨ ਮੀ ਮਤਲਬ ਕਾਫੀ ਵਧੀਆ ਰਿਐਲਿਟੀ ਚ ਬੰਦਾ ਕਿਦਾਂ ਹੈਂਡਾ ਪੂਰਾ ਔਨਸਟ ਆ ਹਮ ਹੁਣ ਜਿਹੜਾ ਬੰਦਾ ਜਦੋਂ ਮੈਂ ਜਾਨਣਾ ਉੱਥੇ ਉਹ ਬੰਦਾ ਆਪਣੀ ਗੱਡੀ ਚ ਲੈਣ ਆਂਦਾ ਮੈਨੂੰ ਗੱਡੀ ਛੱਡਣ ਆਂਦਾ ਹਮ ਤੇ ਜਦੋਂ ਅਸੀਂ ਟ੍ਰੇਨਿੰਗ ਕਰਦੇ ਆਂ ਉਦੋਂ ਮੈਨੂੰ ਚੱਕ ਕੇ ਲੈ ਕੇ ਜਾਣਾ ਜਾਂ ਛੱਡ ਕੇ ਜਾਣਾ ਕਿਤੇ ਵੀ ਜਾਣਾ ਲੈ ਕੇ ਮਤਲਬ ਆਪ ਨਾਲ ਗੱਡੀ ਆਪ ਚਲਾ ਕੇ ਜਾਣੀ ਡਰਾਈਵਰ ਨੂੰ ਨਹੀਂ ਭੇਜਦਾ ਹੂੰ ਠੀਕ ਹੈ ਸਾਰੇ ਆਪਣੇ ਜੋ ਵੀ ਜਦਾਂ ਅਸੀਂ ਬਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਟ੍ਰੇਨਿੰਗ ਕਰਦੇ ਆਂ ਨਾ ਅਸੀਂ ਘੰਟਾ ਘੰਟਾ ਉੱਥੇ ਅਸੀਂ ਤਾਜ ਹੋਟਲ 'ਚ ਇੱਕ ਕੋਰਨਰ ਜਾ ਬੁੱਕ ਕਰਾਇਆ ਸੀਗਾ ਆਈ ਉੱਥੇ ਬਹਿਣਾ ਬਾਅਦ 'ਚ ਐਕਸੇ ਲਾ ਕੇ ਉੱਥੇ ਬਹਿ ਕੇ ਪ੍ਰੋਟੀਨ ਮਿਲਕ ਸ਼ੇਕ ਪੀ ਲੈਣਾ ਹਨਾ ਉਦੋਂ ਫੇ ਆਈ ਬਸ ਆਪਣੀਆਂ ਮਾਰੀ ਜਾਣੀਆਂ ਬਾਈ ਨੇ ਵੀ ਦੱਸਣਾ ਵੀ ਮੈਂ ਕਰੀਅਰ ਇੱਥੋਂ ਸਟਾਰਟ ਕਰਿਆ ਸੀ ਪੰਜਾਬੀ ਕਮਿਊਨਿਟੀ ਦੀ ਬੜੀ ਰਿਸਪ ਕਿਉਂਕਿ ਹੰਸ ਰਾਜ ਦੇ ਗਾਣੇ ਤੋਂ ਹੀ ਉਹਨੇ ਸਟਾਰਟ ਕਰਿਆ ਝਾਂਜਰ ਗਾਣਾ ਹੰਸ ਰਾਜ ਦਾ ਅੱਛਾ ਉਦੋਂ ਹੁੰਦਾ ਸੀ ਅਸੀਂ ਬੜੇ ਛੋਟੇ ਹੁੰਦੇ ਜੱਜੀ ਮੈਂਨ ਦੇ ਗਾਣੇ ਚ ਵੀ ਸੁਰਮਾ ਹੂੰ ਹੂੰ ਉਹਦੇ ਚ ਵੀ ਉਹਨੇ ਮੋਡਲਿੰਗ ਕੀਤੀ ਹੋਈ ਇਹ ਮਾਡਲ ਸੀ ਪਹਿਲਾਂ ਅੱਛਾ ਫਿਰ ਬਾਅਦ ਚ ਫਿਲਮਾਂ ਚ ਆਇਆ ਮਤਲਬ ਆਏ ਆਪਣੇ ਪਿਸ਼ੋਕੜ ਆਪਣਾ ਵੀ ਕੀ ਆ ਕੀ ਨੇ ਬੰਦਾ ਓਨੈਸਟ ਹੈ ਮਤਲਬ ਪਤਾ ਲੱਗ ਜਾਂਦਾ ਬੰਦੇ ਦਾ ਹੂੰ ਤੇ ਉਹਦੇ ਨਾਲ ਦੀ ਉਹਦੀ ਘਰ ਵਾਲੀ ਵੀ ਵਧੀਆ ਸਟਾਫ ਵੀ ਸਾਰਾ ਵਧੀਆ ਮੈਨੂੰ ਸਾਰੇ ਜਾਣਦੇ ਹੁਣ ਹੂੰ ਜੋ ਉਹਦੇ ਮੈਨੇਜਰ ਆ ਡਰਾਈਵਰ ਆ A to Z ਹਨਾ ਪਤਾ ਉਹਨਾਂ ਨੂੰ ਕਦੇ ਵੀ ਫੋਨ ਘਮਾਦੀਦਾ ਜੇ ਕੁਝ ਨੇ ਆਜ਼ ਨੂੰ ਦੇਣਾ ਹੋਵੇ ਤੇ ਮਤਲਬ ਰਿਐਲਿਟੀ ਚ ਵੀ ਵਧੀਆ ਹੈ ਜਿੱਦਾਂ ਮਤਲਬ ਕੈਮਰੇ ਨਹੀਂ ਵਧੀਆ ਹੈ ਭਾਜੀ ਐਵੇਂ ਕਹੀਏ ਆਪਾਂ ਨਾ ਕੋਈ ਉਹਨੇ ਦੂਸਰਾ ਨਹੀਂ ਕੀਤਾ ਜਿਹੜਾ ਬੰਦਾ ਆਪਣੇ ਡਰਾਈਵਰ ਨੂੰ ਪੂਰੇ ਮਾਨ ਸਨਮਾਨ ਨਾਲ ਬੁਲਾਉਂਦਾ ਹੂੰ ਉਹਨੂੰ ਜੀ ਕਹਿ ਕੇ ਬੁਲਾਉਂਦਾ ਬੰਦਾ ਆਪਣੇ ਡਰਾਈਵਰ ਨੂੰ ਹੁਣ ਤੇ ਉਹ ਵਧੀਆ ਹੀ ਹੋਊਗਾ ਹਾਂ ਨਾ ਉੱਥੋਂ ਪਤਾ ਲੱਗ ਜਾਂਦਾ ਹੁਣ ਅਸੀਂ ਕਿਹੜਾ ਬੇਫਕੂਰਾਂ ਸੀ ਵੀ ਦੁਨੀਆ ਦੇਖੀ ਆ ਬੰਦੇ ਨਾਲ ਜੇ 7 ਦਿਨ ਰਹਿ ਕੇ ਤੁਹਾਨੂੰ ਪਤਾ ਲੱਗ ਜਾਂਦਾ ਉਹ ਕਿਵੇਂ ਆਪਣੇ ਆਲ ਦੋਲੇ ਨਾਲ ਡੀਲ ਕਰਦਾ ਹਨ ਕਿਵੇਂ ਆ ਕਿਵੇਂ ਨਹੀਂ ਤੁਸੀਂ ਫਿਰ ਜੈਨੂ ਉਹੀ ਫੀਲਡ ਚ ਜਾਂਦੇ ਬੰਬੇ ਗਏ ਸੀ ਕਿ ਜਿੱਦਾਂ ਮੇਰੀ ਆ ਰਹੀ ਹੈ ਫਿਲਮ ਆ ਰਹੀ ਹੈ ਕਹ ਦੋ ਮੇਰੀ ਸ਼ਾਇਦ ਹਾਂ ਤਾਂ ਕਾਫੀ ਚੜਦੀ ਰਹੀ ਆ ਉਹ ਕੋਵਿਡ ਕਰਕੇ ਸਾਡਾ ਬਹੁਤ ਡਿਲੇ ਹੋ ਗਿਆ ਸੀ ਕੀ ਕੀ ਕਰਨਾ ਤੁਸੀਂ ਆ ਦੱਸੋ ਸਪਲੀਮੈਂਟਸ ਟਰ ਤੁਹਾਡੇ ਨੇ ਜਿਮ ਤੁਹਾਡੇ ਨੇ ਨਹੀਂ ਹੁਣ ਹੀ ਆ ਤੁਹਾਡੀ ਆ ਰਹੀ ਹੈ ਮੇਰੀ ਆ ਰਹੀ ਸੌਥਨੀਅਨ ਅੱਛਾ ਹਾਂ ਤੇਲਗੂ ਆ ਸਾਊਥ ਇੰਡੀਆ ਦਾ ਲੀਡਿੰਗ ਰੋਲ ਆ ਮੇਰਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੱਕ ਕੀਤਾ ਸੀ ਮੈਨੂੰ ਤੇ ਮੈਨੂੰ ਅਸੀਂ ਸਾਰੀ ਇੰਡੀਆ ਤੋਂ ਤੇ ਮੈਨੂੰ ਨਾ ਸੀ ਪਤਾ ਉੱਥੋਂ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਤੇ ਜਦੋਂ ਫਿਰ ਰੋਲ ਰੂਲ ਦੱਸਿਆ ਪਹਿਲਾਂ ਤਾਂ ਕਿ ਮੈਂ ਫਿਲਮਾਂ ਫਿਲਮਾਂ ਘੱਟ ਦੇਖਦਾ ਹੁਣ ਮਾੜਾ ਮੁੱਟਾ ਦੇਖਣਾ ਸਟਾਰਟ ਕੀਤਾ ਪਹਿਲਾਂ ਤਾਂ ਮੈਨੂੰ ਇਹ ਹੀ ਨਹੀਂ ਸੀ ਪਤਾ ਕਿ ਸਾਊਥ ਇੰਡੀਅਨ ਮੂਵੀ ਵੀ ਹੈਗੀਆਂ ਫਿਰ ਜਦੋਂ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਹਿੰਦੇ ਮਾਮਾ ਉਹਨਾਂ ਦੀ ਤਾਂ ਮੂਵੀਆਂ ਘੈਂਡ ਹੁੰਦੀਆਂ ਤੇ ਉਹ ਤਾਂ ਬੜਾ ਵਧੀਆ ਬੰਮ ਬਾਲੀਵੁੱਡ 'ਚ ਵੀ ਉੱਥੋਂ ਕਈ ਕਾਪੀ ਹੋ ਕੇ ਜਾਂਦੀਆਂ ਹਨ ਥੈਂਟਿਕ ਫਿਰ ਮੈਨੂੰ ਪਤਾ ਲੱਗਾ ਮੈਂ ਕਿਹਾ ਯਾਰ ਫਿਰ ਤਾਂ ਵਧੀਆ ਅਪਰਚੂਨਟੀ ਆਗਲੇ ਪੈਸੇ ਵੀ ਦੇ ਰਹੇ ਆ ਰੋਲ ਤੇ ਮੇਰਾ ਵਿਲਨ ਦਾ ਰੋਲ ਹੈ ਕੋਵਿਡ ਕਰਕੇ ਅਸੀਂ ਬਹੁਤ ਡਿਲੇ ਹੋ ਗਏ ਫਿਰ ਇੱਕ ਦੋ ਸੀਨ ਡਰੋਪ ਹੋ ਗਏ ਸੀ ਉਹ ਦੁਬਾਰਾ ਕੀਤੇ ਆ 8 ਮਹੀਨੇ ਪਹਿਲਾਂ ਹੋਏ ਦੁਬਾਰਾ ਸੀ ਤੇ ਸਾਰਾ ਕੁਝ ਹੋ ਗਿਆ 올 ਡਨ ਹੈ ਤੇ ਜਿੰਨਾ ਕੁ ਮੈਨੂੰ ਹੁਣ ਪਤਾ ਲੱਗਾ ਡਾਇਰੈਕਟਰ ਤੋਂ ਕਹਿੰਦਾ ਵੇ ਮਈ ਚ ਅਪ੍ਰੈਲ ਮਈ ਚ ਕੱਢ ਦੇਣੀ ਆ ਤੇ ਕੰਗ੍ਰੈਚੂਲੇਸ਼ਨ ਬਹੁਤ ਬਹੁਤ ਬਾਕੀ ਦੇਖੋ ਫਿਰ ਪੰਜਾਬੀ ਵੀ ਕਰਾਂਗੇ ਸ਼ਾਇਦ ਇਹੀ ਗੱਲ ਹੁਣ ਤੁਸੀਂ ਆ ਸਪਲੀਮੈਂਟ ਸਟੋਰ ਇੰਦਾ ਕਿਦਾਂ ਸਪਲਾਈ ਚੇਂਜ ਦਾ ਸੋਚਿਆ ਨੇ ਸੋਚਿਆ ਨਹੀਂ ਮੈਂ ਕੁਝ ਵੀ ਸੋਚਿਆ ਸੁਚਿਆ ਨਹੀਂ ਮੈਂ ਉਹੀ ਦੱਸਿਆ ਜਦੋਂ ਮੌਕਾ ਮਿਲਦਾ ਹੁੰਦਾ ਖਿੱਚ ਦਉ ਉਹਨੂੰ ਕੰਮ ਨੂੰ ਤੁਸੀਂ ਤੁਹਾਡਾ ਜਿੰਮ ਦਾ ਪਲਾਨ ਸੀਗਾ ਸਪਲੀਮੈਂਟ ਦਾ ਨਹੀਂ ਸੀਗਾ ਨਹੀਂ ਨਹੀਂ ਦੇਖੋ ਸਟਾਰਟ ਮੈਂ ਸਪਲੀਮੈਂਟ ਤੋਂ ਕੀਤਾ business ਓਕੇ ਰੀਜ਼ਨ ਇਹ ਸੀਗਾ ਕਿ ਮੇਰੇ ਕੋਲ ਸੀਗਾ 3500 ਜਦੋਂ ਮੈਂ ਆਹ ਮਿਸਟਰ ਵਿਕਟੋਰੀਆ ਜਿੱਤੇ ਨਾ ਪਹਿਲੀ ਵਾਰ April ਚ ਉਦੋਂ ਮੈਂ ਫੈਕਟਰੀ 'ਚ ਕੰਮ ਕਰਦਾ ਸੀ ਪਰ ਫੈਕਟਰੀ 'ਚ ਕੰਮ ਬਹੁਤ ਹਾਰਡ ਹੁੰਦਾ ਜਿਹੜਾ ਵੀ ਬੰਦਾ ਮੀਟ ਫੈਕਟਰੀ 'ਚ ਕੰਮ ਕਰਦਾ ਨਾ ਪੁੱਛ ਕੇ ਦੇਖ ਲਓ ਮੈਂ ਤਾਂ ਉਹ ਸੀਗਾ ਮੈਂ ਸਲਾਈਸਰ ਸੀਗਾ ਸਲਾਈਸਰ ਦਾ ਤਾਂ ਐ ਆ ਕਿ ਉਹ ਤੁਹਾਡੀ ਕੰਟਰੈਕਟ ਤੇ ਆ ਜਾਓ ਤੁਹਾਨੂੰ ਫਾਸਟ ਚੱਲਣਾ ਪੈਣਾ ਤੁਸੀਂ ਸਾਹ ਵੀ ਨਹੀਂ ਲੈ ਸਕਦੇ ਉਹਨਾਂ ਕੀ ਆ ਮੇਰੀ ਟੈਨਿਸਲ ਬੋਦੀ ਪ੍ਰੋਬਲਮ ਆ ਗਈ ਸੀ ਦੋਨੋਂ ਪਾਸੇ ਤੇ ਇੱਕ ਮੇਰੇ ਆ ਰਿਸਟ ਗੁੱਟਾਂ ਦੀ ਪ੍ਰੋਬਲਮ ਆ ਗਈ ਸੀ ਕਿਉਂਕਿ ਉਹ ਨਾਈਫ ਚੱਲੀ ਜਾਣਾ ਚੱਲੀ ਜਾਣਾ ਸਾਰੀ ਦਿਹਾੜੀ ਹੈ ਨਾ ਇੱਕੋ ਹੀ ਮੂਵਮੈਂਟਸ ਤੇ ਉਹ ਫਿਰ ਡਾਕਟਰ ਨੇ ਕਹਿੰਦਾ ਵੀ ਜਾਂ ਤਾਂ ਤੇਰਾ ਸਰੀਰ ਖੜਜੂਗਾ ਖਰਾਬ ਹੋ ਜਾਊਗਾ ਜਾਂ ਕਿਉਂਕਿ ਉਸ ਤੋਂ ਬਾਅਦ ਮੈਂ ਐਕਸਾਈ ਵੀ ਕਰਦਾ ਹੁੰਦਾ ਸੀਗਾ ਹੂੰ ਡਬਲ 트리플 ਹਾਂ ਜਾਂ ਕਹਿੰਦਾ ਜੌਬ ਚੇਂਜ ਕਰ ਲਾ ਮਗ ਕੱਪੜੇ-ਕੂਪੜੇ ਦੁਕਾਨ ਤੇ ਲੱਗ ਜੰਨੇ ਮੈਂ ਬੜੀਆਂ ਟਰਾਈਆਂ ਕੀਤੀਆਂ ਰੈਬਲ ਰੂਬਲ ਆਣਾਂ ਦੀ ਮਿੰਤਾ ਕੀਤੀਆਂ ਬਾਹਲਾ ਉਹ ਪਤਾ ਨਹੀਂ ਮਾਮੇ ਕੀ ਦੇਖਦੇ ਆ ਮੇਰੇ ਤਾਂ ਸਾਰੇ ਰੈਜ਼ਿਊਮੇ ਟੱਕ ਲਾਈ ਨਹੀਂ ਹੋਈ ਕਿ ਸਾਰੇ ਪਾਸੇ ਮੈਂ ਦੇਖਣ ਨੂੰ ਵੀ ਉਹ ਤਾਂ ਫਿੱਟ ਸੀਗਾ ਪਤਾ ਨਹੀਂ ਸ਼ਕਲ ਤੇ ਹਿਸਾਬ ਨਾਲ ਆਈ ਡੋਨਟ ਨੋ ਕਿ ਉਹਨਾਂ ਨੇ ਕਿਸੇ ਨੇ ਰੈਜ਼ਿਊਮ ਹਾਈ ਨਹੀਂ ਕੀਤੀ ਤੇ ਜਾਂ ਫੇ ਉਹ ਗੋਰੇ ਗੋਰੇ ਰੱਖਦੇ ਹੋਣਗੇ ਆਈ ਡੋਟ ਨੋ ਜਾਂ ਫੀਮੇਲ ਜ਼ਿਆਦਾ ਫਰਕ ਕਰਦੇ ਆਹੋ ਤਾਂ ਹੁਣ ਬਣਨਾ ਮੁਸ਼ਕਲ ਆ ਤੇ ਇਹ 15 ਗੱਲ ਹੈ ਨਹੀਂ ਸੌਰੀ 15 ਦੀ ਗੱਲ ਨੂੰ 15 ਤਾਂ ਜਿੰਮ ਖੁੱਲਿਆ ਸੀਗਾ 12 ਦੀ ਗੱਲ ਹੈ ਹਾਂ ਬੜੇ ਟਰਾਈ ਕੀਤੇ ਬੜੇ ਮੈਂ ਰਿਜ਼ਿਊਮ ਬੰਦੇ ਦੇਖੋ ਲੋਕ ਆ ਕੇ ਬਣਦੇ ਮੈਂ ਬਾਅਦ ਚ ਸੈਟ ਹੋ ਕੇ ਪੀਆਰ ਤੋਂ ਬਾਅਦ ਬੰਦੇ ਤੇ ਨਹੀਂ ਗੱਲ ਬਣੀ ਕਿਤੇ ਫੇਰ ਉਦੋਂ ਸਪਲੀਮੈਂਟ ਸਟੋਰ ਘੱਟ ਸੀਗੇ ਫੇਰ ਮੇਰੇ ਕੋ ਮੈਂ ਥੋੜਾ ਬੋਤਾ ਹਨਾ ਘਰੇ ਹੀ ਸਪਲੀਮੈਂਟ ਦਾ ਕੰਮ ਸਟਾਰਟ ਕਰਤਾ ਆਨਲਾਈਨ ਮਗਾ ਕੇ ਉੱਥੋਂ ਡਿਸਕਾਊਂਟ ਮਿਲ ਜਾਂਦਾ ਹੁੰਦਾ ਸੀ ਮੇਰੇ ਫੈਕਟਰੀ ਯਾਰ ਦੋਸਤ ਕਾਪੀ ਬਣ ਗਏ ਸੀ ਕਿਉਂਕਿ ਮੈਂ ਖੁਦ ਬੋਡੀ ਬਿਲਡਿੰਗ ਸਟਾਰਟ ਕਰਤੀ ਸੀ ਰਿਸਪੈਕਟ ਬਣ ਗਈ ਉਹ ਮੇਰੇ ਤੋਂ ਲਾਲੂ ਲਾਂਦੇ ਸੀ ਕਦੋਂ 10:00 ਵਜੇ ਕਿਦੋਂ 15:00 ਵਜੇ ਕਿਦੋਂ ਐ ਕਰ ਕਰ ਕੇ ਚਲੋ 1000 ਬਚਾਇਆ 2000 ਹੋ ਗਿਆ 3000 ਹੋ ਗਿਆ ਤੇ ਮੈਂ ਫਿਰ ਡਿਸਾਈਡ ਕੀਤਾ ਮੈਂ ਕਿਹਾ ਯਾਰ ਇਨਫ ਕਿੱਥੇ ਫਸਿਆ ਤੂੰ ਚੱਕਰਾਂ ਚ ਇੱਥੇ ਹਨਾ ਮੈਂ ਕਿਹਾ ਘਰੋਂ ਮੈਂ ਕੰਮ ਤੇ ਗਿਆ ਜਾਂਦੇ ਜਾਂਦੇ ਸੋਚਿਆ ਵੀ ਮੈਂ ਕਿਹਾ ਅੱਜ ਨਹੀਂ ਅੱਜ ਰਿਜ਼ਾਈਨ ਦੇ ਦੇਣਾ ਮੈਂ ਸਿੱਧਾ HR ਆਫਿਸ ਗਿਆ ਮੈਂ ਉੱਥੇ ਗਿਆ ਜਿਹੜੀ ਕੁੜੀ ਸੀ ਐਡਮਿਨ ਡਿਪਾਰਟਮੈਂਟ ਮੈਂ ਕਿਹਾ ਵੀ ਮੈਂ ਰਿਜ਼ਾਈਨ ਫਾਰਮ ਚਾਹੀਦਾ ਮੈਨੂੰ ਹੂੰ ਕਹਿੰਦੀ ਤੈਨੂੰ ਕੀ ਹੋ ਗਿਆ ਉਹਨੇ ਦੇਖਿਆ ਵੇ ਡੱਬੇ ਡੁੱਬੇ ਦੇ ਹੱਥ ਚੱਕ ਕੇ ਕੰਮ ਤੇ ਆਇਆ ਰਿਜ਼ਾਈਨ ਕਰ ਲਈ ਦੇਣ ਲੱਗਾ ਇੰਨੇ ਸਾਲ ਹੋ ਗਏ ਸੀ ਨਾ ਕਹਿੰਦੀ ਹਾਂ ਆ ਪੱਕਾ ਸੀ ਮੈਂ ਉੱਥੇ ਕਹਿੰਦੀ ਠੀਕ ਆ ਤੂੰ ਮੈਂ ਕਿਹਾ ਠੀਕ ਮੈਂ ਕਿਹਾ ਠੀਕ ਹੈ ਹੁਣ ਹੋਇਆ ਕਹਿੰਦੀ ਯਰੇ ਲੜਾਈ ਲੜਾਈ ਤਾਂ ਨਹੀਂ ਹੋ ਗਈ ਕਹੇ ਸੁਪਰਵਾਈਜ਼ਰ ਨਾਲ ਮੈਨੇਜਰ ਨਾਲ ਵੇ ਤੂੰ ਰਿਜ਼ਾਈਨ ਦੇਣ ਲੱਗਾ ਨਾ ਮੈਂ ਕਹਿੰਦਾ ਮੈਨੂੰ ਤੂੰ ਫਾਰਮ ਦੇ ਗੱਲਾਂ ਨਾ ਕਰ ਮੈਂ ਕਿਹਾ ਮਨ ਮੂਡ ਬਣਿਆ ਮੇਰਾ ਭਰ ਲੈਂਦੇ ਮੈਨੂੰ ਮੈਂ ਭਰੇ ਤੇ ਮੈਂ ਸਾਈਨ ਸਨ ਮਾਰੇ ਦਿੱਤਾ ਕਹਿੰਦੀ ਲੁੱਕ ਆਈ نو ਬੇਕੇਡ ਡਿਸੀਜਨ ਕਾਲਜ ਹੋ ਜਾਂਦੇ ਆ ਬੇ ਤੂੰ ਗੁੱਡ ਵਰਕਰ ਐ ਸਾਡਾ ਬਹੁਤ ਲੰਬੇ ਆਸੇ ਤੋਂ ਪੱਕਾ ਆ ਮੈਂ ਫਿਰ ਵੀ ਕਹਿੰਦੀ ਨੋਟ ਲਿਖਤਾ ਵਿਥਿਨ 3 ਮੰਥ ਜੇ ਤੈਨੂੰ ਲੱਗਿਆ ਤੂੰ ਵਾਪਸ ਆ ਜੇ ਹਾਂ ਮੈਂ ਕਿਹਾ ਭੈਣ ਮੇਰੀਏ ਤੂੰ ਪ੍ਰੇ ਕਰ ਕਿ ਮੈਂ ਕਦੇ ਵੀ ਨਾ ਵਾਪਸ ਅੱਥੇ ਮੈਂ ਗਏ ਫਰੇ ਜ਼ਰੂਰ ਕਰੀ ਚੱਲ ਤੂੰ ਨੋਟ ਲਿਖ ਤਾ ਦੈਟਸ ਫਾਈਨ ਮੈਂ ਲਿਟਰਲੀ ਉੱਥੇ ਹਨਾ ਮੱਥਾ ਟੇਕ ਕੇ ਆਇਆ ਥੱਲੇ ਵੀ ਰੱਬਾ ਜਿੱਥੇ ਮਰਜੀ ਲੈ ਜਾਈ ਬਰਾ ਫੈਕਟਰੀ ਚ ਵਾਪਸ ਨਾਲੇ ਕਿਉਂਕਿ ਕਿੱਥੋਂ ਨਿਕਲਣੀ ਹੋਣਾ ਗੰਦ ਚੋਂ ਮੜ ਕੇ ਘਰ ਗਿਆ ਘਰ ਜਾਂਦਿਆਂ ਨੂੰ ਜਦੋਂ ਘਰਦਿਆਂ ਨੂੰ ਪਤਾ ਲੱਗਾ ਵੀ ਵਾਪਸ ਆ ਗਿਆ ਤਾਂ ਛੁੱਟੀ ਹੋ ਗਈ ਮਗਾ ਨਾ ਮੈਂ ਰਿਜ਼ਾਈਨ ਨੇ ਆ ਉਹ ਸਾਰੇ ਦੇਖਣ ਮਾਤਾ ਵੀ ਉੱਥੇ ਹਨਾ ਵੀ ਘਰ ਵਾਲੀ ਵੀ ਕਹਿੰਦੇ ਵੀ ਕੱਲਾ ਹੀ ਤੂੰ ਕਮਾਣ ਆਣਾ ਤੂੰ ਛੁੱਟੀ ਰਿਜ਼ਾਈਨ ਕਿਉਂ ਦੇ ਆਏ ਬਈ ਕੀ ਹੋ ਗਿਆ ਮੈਂ ਕਿ ਮੈਂ ਕੰਮ ਨਹੀਂ ਕਰਨਾ ਮੈਂ ਆਪਣਾ ਬਿਜ਼ਨਸ ਕਰਨਾ ਕਹਿੰਦੀ 3500 ਡਾਲਰ ਅਕਾਊਂਟ ਚ ਬਈ ਬਿਜ਼ਨਸ ਕਾਦਾ ਕਰਨਾ ਤੂੰ ਮੈਂ ਕਿ ਨਹੀਂ ਕਰ ਲੈਣਾ ਮੈਂ ਕਿ ਦੇਖਦੇ ਕੋਈ ਹੱਥ ਪੱਲਾ ਮਾਰਦੇ ਮੈਂ ਕਿ ਮੈਨੂੰ ਦਿਓ 2-3 ਘੰਟੇ ਮੈਂ ਅੰਦਰ ਬਹਿ ਗਿਆ ਸੋਚਣ ਲੱਗਾ ਮੇਰੇ ਦਿਮਾਗ ਤਾਂ ਇਹੀ ਸੀ ਕਿ ਮੈਂ ਸਪਲੀਮੈਂਟ ਦਾ ਕਰਾਂਗਾ ਨਾ ਹੁਣ ਕਿਉਂਕਿ ਥੋੜਾ ਪਤਾ ਮੈਂ ਆਨਲਾਈਨ ਕਰਦਾ ਸੀ ਭੇਦ ਜਾ ਪੈ ਗਿਆ ਥੋੜਾ ਪਤਾ ਇੰਡੀਆ ਵੀ ਮੇਰਾ ਸਟੋਰ ਹੁੰਦਾ ਸੀ ਜਦੋਂ ਪਹਿਲਾਂ ਆਇਆ ਮੈਂ ਐਕਸਪੀਰੀਅੰਸ ਹੈਗਾ ਪਤਾ ਸੀ ਥੋੜੀ ਨੌਲੇਜ ਸੀ ਉਹਦੇ ਬਾਰੇ ਹੂੰ ਹੂੰ ਫਿਰ ਮੈਂ ਬੰਦਾ ਸੋਚਿਆ ਮੈਂ ਕਿਹਾ ਯਾਰ ਮੇਰੇ ਕੋ ਤਾਂ 3500 3500 ਜਦ ਤੱਕ ਕਿੰਨੇ ਕਿਤੇ ਚਾਰ ਡੱਬੇ ਆਣੇ ਹਨਾ ਤੇ ਮੈਂ ਬੰਦਾ ਸੋਚਿਆ ਮੈਂ ਕਿਹੜਾ ਬੰਦਾ ਹੈਲਪ ਕਰ ਸਕਦਾ ਉਹ ਦਿਮਾਗ ਚਲਾਉਂਦੇ ਚਲਾਉਂਦੇ ਆਪਾਂ ਸੋਚਨੇ ਕਿ ਵੀ ਜਦੋਂ ਪੈਸੇ ਦੀ ਹੈਲਪ ਹੁੰਦੀ ਹੈ ਨਾ ਸਹੀ ਗੱਲ ਵੀ ਕਿਹੜਾ ਰਿਸ਼ਤੇਦਾਰ ਤਾਂ ਮੈਂ ਕਾਂਡਾ ਹੀ ਮਾਰਦਾ ਮੈਂ ਕਿਹਾ ਉਹਨਾਂ ਨੇ ਤਾਂ ਕਰਨੀ ਨਹੀਂ ਸਹੀ ਗੱਲ ਕੋਦੋਂ ਫਿਰ ਮੈਂ ਇੱਕ ਬੰਦਾ ਦੇਖ ਚਾਵੇ ਉਹ ਬਾਈ ਉਹਨਾਂ ਦੀ ਰੀਅਲ ਸਟੇਟ ਸੀ ਉਦੋਂ ਮੇਰਾ ਉਹਨਾਂ ਨਾਲ ਪਿਆਰ ਮੁਹੱਬਤ ਸੀ ਬਹੁਤ ਚੱਲ ਸੀ ਪਰ ਘਰ ਘੁਰ ਮੈਂ ਕਦੇ ਨਹੀਂ ਗਿਆ ਨਾ ਉਹ ਮੇਰੇ ਕਦੇ ਆਏ ਹਨ ਹਾਂ ਐ ਸਾਡੇ ਪਹਿਲਾਂ ਨੇਬਰ ਹੁੰਦੇ ਸੀ ਤੇ ਉਹ ਮੇਰਾ ਬੋਡੀ ਬਿਲਡਿੰਗ ਕਰਕੇ ਕਾਫੀ ਮੇਰੀ ਪ੍ਰੈਸ ਕਰਦੇ ਹੁੰਦੇ ਸੀਗੇ ਬੇ ਵਧੀਆ ਮੁੰਡਾ ਤੋਂ ਖਿੱਚ ਕੇ ਰੱਖ ਉਹ ਮੈਨੂੰ ਲੱਗੇ ਬੰਦੇ ਮੈਂ ਕਿਹਾ ਯਾਰ ਉਹ ਕਰ ਸਕਦਾ ਹਾਂ ਮੈਂ ਉਹੀ ਮੂੰਹ ਚੁੱਕ ਕੇ ਉਹਨੂੰ ਫੋਨ ਲੱਤ ਪੈ ਪੈਦਾ ਪੁੱਛ ਲਈ ਹੋਰ ਮੈਂ ਕਿਹਾ ਭਜੀ ਪੈਸੇ ਚਾਹੀਦੇ ਕਹਿੰਦਾ ਕੀ ਉਹਨੂੰ ਸਮਝ ਨਹੀਂ ਲੱਗਿਆ ਕਿ ਇਹ ਕੀ ਕੀ ਹੁੰਦਾ ਮੈਂ ਕਿਹਾ ਭਾਜੀ ਮੈਂ ਨਾ ਕੰਮ ਖੋਲਣਾ ਮੈਂ ਜੋਬ ਤੋਰ ਜਾਈਂ ਦਿੰਦਾ ਬਸ ਥੋੜੇ ਮੈਨੂੰ ਜੇ ਤੁਸੀਂ ਕਰ ਸਕਦੇ ਹੋ ਤਾਂ ਮੈਨੂੰ 15-20 ਕ ਹਜ਼ਾਰ ਡਾਲਰ ਦੇ ਦਿਓ ਤਾਂ ਮੈਂ 15-20 ਹਜ਼ਾਰ ਡਾਲਰ ਮੈਂ ਕਿਹਾ ਦੇਣੇ ਕਦੋਂ ਮੈਨੂੰ ਇਹ ਨਹੀਂ ਪਤਾ ਕੰਮ ਚੱਲ ਗਿਆ ਤਾਂ ਮੈਂ ਛੇਤੀ ਦੇ ਦੂੰਗਾ ਨਹੀਂ ਚੱਲਿਆ ਤਾਂ ਲੇਟ ਦੇ ਦੂੰਗਾ ਉਹ ਭਾਜੀ ਦੇ ਦਿਮਾਗ ਵੀ ਪਤਾ ਨਹੀਂ ਕੀ ਆ ਯਾਰ ਜਿੱਦਾਂ ਰੱਬ ਨੇ ਇਸ ਬੱਬਾ ਬਣਾਣਾ ਹੁੰਦਾ ਉਹਨੇ ਮੈਨੂੰ ਕਹਿੰਦਾ ਚੱਲ ਆ ਜਾ ਰੀਅਲ ਏਸਟੇਟ ਗੱਲ ਕਰਦੇ ਆ ਰੀਅਲ ਏਸਟੇਟ ਗਿਆ ਬਾਈ ਨੇ ਗੱਲ ਕੀਤੀ ਕਹਿੰਦਾ ਯਾਰ ਦੇਖੋ ਸਾਡੇ ਵੀ ਨਵੇਂ ਆ ਗਏ ਪਰ ਇੰਨਾ ਹੁੰਦਾ ਤਾਂ ਨਹੀਂ ਚੱਲ ਤੂੰ ਕਰ ਦਿੰਨੇ ਹੈਲਪ ਜਿੰਨੀ ਖੁੰਦੀ ਆ ਬਈ ਤੂੰ ਇਹਨੂੰ ਵੈਸਾ ਬਣਾ ਲਾ ਉਹਨਾਂ ਦੀ ਸਪਲੀਮੈਂਟ ਜਿਹੜੇ ਲੈਣੇ ਆ ਬਾਈ ਕਰ ਦਿੰਦੇ ਦੁਕਾਨ ਤੋਂ ਕਿਉਂ ਨਹੀਂ ਦਵਾਤੀ ਇੱਕ ਸਸਤੀ ਜੀ ਡੱਡ ਮਾਰਕੀਟ ਚ ਏਰੀਆ ਡਰਗੀਆਂ ਦਾ ਸੀਗਾ ਉੱਥੇ ਮੈਨੂੰ ਸਸਤੀ ਬਹੁਤ ਮਿਲ ਗਈ ਦੁਕਾਨ 700 ਡਾਲਰ ਪਰ ਮਹੀਨਾ ਤੇ ਛੋਟੀ ਜੀ ਦੁਕਾਨ ਸੀ ਬਹੁਤ ਛੋਟੀ ਜੀ ਐਮ ਚਾਰ ਪੰਜ ਬੰਦਾਂ ਦੀ ਬੈਠਣ ਜੋਗੀ ਜਗ੍ਹਾ ਚਲੋ ਦੁਕਾਨ ਮਿਲ ਗਈ ਤੇ ਬਾਈ ਮੰਨ ਗਿਆ ਚਲ ਮੈਂ ਆਰਡਰਿੰਗ ਸ਼ੁਰੂ ਕੀਤੀ ਚਲੋ ਰੱਬ ਦੀ ਮਿਹਰ ਨਾਲ ਆਪਾਂ ਦੁਕਾਨ ਨੂੰ ਸੱਟ ਸੁੱਟ ਕਰਕੇ ਐ ਥੋੜਾ ਜਿਹਾ ਕੰਮ ਚਲਾਉ ਆਪਾਂ ਰੱਖ ਲਿਆ। ਕੋਪਨ ਕਰਤਾ ਉਪਨ ਦੇ ਓਪਨਿੰਗ ਫਰੀ ਬੜੀ ਧੁੰਦਾਂ ਆਪਣਾ ਕੀਤੀ ਉਹਦੀ। ਉਹਨਾਂ ਨੇ ਤਾਂ ਦੀ ਹੈਲਪ ਕੀਤੀ। ਉਹ ਇੱਕ ਸਾਥੀ ਹਾਂ। ਹਾਂ ਉਹ ਇਸ ਰੀਅਲ ਸਟੇਟ ਆ ਉੱਥੇ ਆਪਣੇ ਮਲਬੰਦ ਵਿੱਚ ਸੁਮਿੰਤ ਮਗਲਾਨੀ ਨਾਂ ਪਾਜੀਦਾ ਤੇ ਕਮੇਦ ਸ਼ਰਮਾ 파ਰਨਰ ਹੈ ਦੋਨੋਂ। ਹਜੇ ਵੀ ਆਪਣਾ ਬਹੁਤ ਪਿਆਰਾ। ਤੇ ਪਰ ਉਹੀ ਗੱਲ ਹੈ ਉਹ ਬਾਈ ਹੁਣੀ ਉਹ ਤਾਂ ਉਹ ਵੀ ਹੁਣ ਤਰਕੀਆਂ ਜੇ ਗਏ ਆ। ਇਦਾਂ ਦੇਖੋ ਜਿਹੜਾ ਬੰਦਾ ਜਿੱਥੇ ਖੜਦਾ ਜੋ ਕਰਦਾ ਨਾ ਉਹ ਕਦੇ ਥੱਲੇ ਨਹੀਂ ਜਾਂਦਾ। ਤੇ ਮੇਰੀ ਵੀ ਆਤ ਤਾਂ ਦੇਖੋ ਜਿਹਨੇ ਕੀਤਾ ਕੀਤਾ ਮੈਂ ਹੁਣ ਨਾ ਲਾਉਂਗਾ ਇਹੋਨਾਂ ਦਾ ਤੇ ਬਾਕੀ ਜਦੋਂ ਚਲੋ ਦੁਕਾਨ ਸ਼ੁਰੂ ਕੀਤੀ ਔਖੀ ਸੀ ਕਦੇ 200 ਦੀ ਸੇਲ ਹੋਣੀ ਕਦੇ 150 ਦੀ ਕਦੇ ਪਰ ਆਪਾਂ ਸਾਥ ਮੁੰਡਿਆਂ ਨੂੰ ਫਿਰ ਮੈਂ ਫੋਨ ਕਰਨੇ ਮੈਂ ਡਾਈਟ ਪਲਾਨ ਬਣਾ ਬਣਾ ਕੇ ਦੇਨੇ ਮੁੰਡਿਆਂ ਨੂੰ ਫਰਕ ਫੁਰਕ ਪੈਣ ਲੱਗ ਗਿਆ ਫਿਰ ਗਾਹ ਦੱਸਣ ਲੱਗ ਗਏ ਅੱਛਾ ਹੌਲੀ ਹੌਲੀ ਕੰਮ ਫਿਰ ਸਾਡਾ ਵੱਧ ਗਿਆ ਫਿਰ ਚਲੋ ਮੈਂ 7 ਕਿ ਮਹੀਨੇ ਬਾਅਦ ਕੰਮ ਬਹੁਤ ਸੋਹਣਾ ਹੋ ਗਿਆ ਵਧੀਆ ਹੋ ਗਿਆ ਰੰਟਰੂ ਨਿਕਲ ਲਾ ਪਿਆ ਘਰ ਦਾ ਖਰਚਾ ਵੀ ਚੱਲ ਪਿਆ ਹਨ ਫੇਰ ਮੈਂ ਇੱਕ ਮੈਂ ਕਿਹਾ ਲੋਕੇਸ਼ਨ ਚੇਂਜ ਕਰੀਆ ਕਿ ਮੈਂ ਉੱਧਰ ਸਰਚ ਜੀ ਕਰਨਾ ਪੈਣਾ ਤੇ ਇੱਕ ਨਾਲ ਵਧੀਆ ਸੜਕ ਉਹ ਬੜੀ ਚੱਲਦੀ ਸੀ ਉੱਥੇ ਸ਼ਾਪ ਆ ਗਈ ਰੈਂਟ ਤੇ ਉਹ ਆ ਗਈ ਤਾਂ ਮੈਂ ਉਹ ਅਪਲਾਈ ਕੀਤੀ ਉੱਧਰ ਹੀ ਉਹਨਾਂ ਨੇ ਪਾਸ ਕਰ ਦਿੱਤੀ ਉਹਦਾ ਰੈਂਟ ਸੀ 1600 ਡਾਲਰ ਇਹਦਾ ਸੀ 700 ਫੇਰ ਘਰ ਗੱਲ ਕੀਤੀ ਉਹ ਕਹਿੰਦੇ ਰੈਂਟ ਬਹੁਤ ਜ਼ਿਆਦਾ ਹੈ ਵੀ ਐਨਾ ਰੈਂਟ ਆਪਾਂ ਕਿੱਥੋਂ ਕੱਢਾਂਗੇ ਦੁਕਾਨ ਤਾਂ ਚੱਲਦੀ ਨਹੀਂ ਮੈਂ ਕਿਹਾ ਪਰ ਉੱਥੇ ਮੈਂ ਕਿਹਾ ਕੰਮ ਬਹੁਤ ਚੱਲ ਪਣਾ ਵੀ ਮੈਨੂੰ ਲੱਗਦਾ ਕਿ ਲੋਕੇਸ਼ਨ ਬੜੀ ਜ਼ਬਰਦਸਤ ਹੈ ਉਹ ਜਦੋਂ ਕੀਤੀ ਤਾਂ ਮੈਂ 50 ਹਜ਼ਾਰ ਦਾ ਪਰਸਨਲ ਲੋਨ ਚੁੱਕਿਆ ਮੈਂ ਉੱਥੇ ਸਮਾਨ ਪੂਰਾ ਫੁੱਲ ਕਰਤਾ ਉਹ ਮੇਰਾ ਲੋਨ ਵੀ ਬੜੀ ਛੇਤੀ ਪਾਸ ਹੋਇਆ ਕਿਉਂਕਿ ਬੀਜ਼ਰ ਚਾਹਤਾ ਸਾਡੀ ਤੁੱਕੇ ਦੀ ਚੱਲੀ ਉਹ ਤੁੱਕੇ ਦੀ ਮੈਂ ਪੂਰਾ ਭਰਤਾ ਸਟੋਰ ਪਰ ਮੈਨੂੰ ਇੱਕ ਉਹ ਹੋ ਜਾਂਦੀ ਸੀਗੀ ਵੀ ਚੈਲੰਜ ਮੈਨੂੰ ਕੌਨਫੀਡੈਂਸ ਹੈਗਾ ਇਹ ਗੱਲ ਨਹੀਂ ਸੀ ਕੌਨਫੀਡੈਂਸ ਪੂਰਾ ਸੀ ਵੀ ਮੈਂ ਕੰਮ ਚਲਾ ਲੈਣਾ ਮੈਨੂੰ ਉਹ ਸੀ ਕਿ ਉੱਥੇ ਮੇਰਾ ਕੰਮ ਵਧਿਆਣਾ ਉਹੀ ਗੱਲ ਹੈ ਇੱਥੇ ਸਾਡੀ ਜਿਹੜੀ ਹੁਣ ਦਿਨ ਦੀ ਸੇਲ 100 200 ਹੁੰਦੀ ਸੀ ਕਦੇ 700 ਇੱਕ ਵਾਰੀ ਮੈਕਸਿਮਮ 2100 ਹੋਈ ਸੀ ਉੱਥੇ ਪਹਿਲੇ ਦਿਨ ਦੀ ਸਾਡੇ ਚਿਲ 650 ਡਾਲਰ ਸੀ ਪਹਿਲੇ ਦਿਨ ਨਹੀਂ ਪਹਿਲੇ ਦਿਨੇ 650 ਉੱਥੇ ਲੱਗੇ ਚ ਲੱਗੇ ਕੋਈ ਸਪਲੀਮੈਂਟ ਸਟੋਰ ਨਹੀਂ ਸੀਗਾ ਉਹ ਤਾਂ ਹੁੰਦੇ ਨਹੀਂ ਸੀ ਲੋਕਾਂ ਨੂੰ ਨੌਲੇਜ ਘੱਟ ਸੀਗੇ ਆਲੰਦ ਵਾਲੇ ਹੋਰ ਵੱਡੇ ਸੀਗੇ ਪਰ ਮੇਰੇ ਤੋਂ ਕਾਫੀ ਉਹਨਾਂ ਨੇ ਡਾਈਟ ਰੂਇ ਕੀਤੀ ਦੁਬਾਨ ਦੀ ਹਨਾ ਵੇ ਇਹਨੂੰ ਬੰਦੇ ਨੂੰ ਥੱਲੇ ਛੱਟੀ ਹੈ ਪਰ ਨਹੀਂ ਹੋਇਆ ਚੱਲ ਗਿਆ ਕੰਮ ਤੇ ਉੱਥੇ ਮਿਹਨਤ ਵੀ ਹੁਣ ਸੱਤੋ ਦਿਨ ਆਪ ਕੰਮ ਕਰਨ ਨਾਲ ਦੇਖੋ ਬੰਦੇ ਨੂੰ ਡਾਈਟ ਪਲਾਨ ਬਣਾ ਕੇ ਦੇਣੇ ਕਿਸੇ ਤੇ ਬੰਦੇ ਤੇ ਘੰਟਾ ਵੀ ਲਾਣਾ ਪੈਂਦਾ ਸੀਗਾ ਹਾਂਜੀ ਹਾਂਜੀ ਫੋਨ ਤੇ ਵੀ ਟਾਈਮ ਦੇਣਾ ਸਾਰਾ ਕੁਝ ਦੇਣਾ ਤੇ ਉਹਨੂੰ ਕੌਨਫੀਡੈਂਸ ਕਹਿੰਦੇ ਆ ਬੰਦੇ ਨੂੰ ਪਤਾ ਕਿ ਮੈਂ ਮਿੰਤ ਕਰ ਲੈਣੀ ਕੋਈ ਚੱਕਰ ਨਹੀਂ ਹਨਾ ਉਹਦੇ ਨਾਲ ਮੇਰਾ ਗੋਰਾ ਕਸਟਮਰ ਬਹੁਤ ਵਦ ਗਿਆ ਕਿਉਂਕਿ ਲੋਕ ਸ਼ਾਪ ਟਕਾਣੇ ਤੇ ਬਹੁਤ ਸੀ ਜਦੋਂ ਸਾਇਨ ਸੂਨ ਪਟੇਲੇ ਕੇ ਸਮਾਨ ਪੂਰਾ ਭਰਤਾ ਸੀ ਉਹਦੇ ਨਾਲ ਤਾਂ ਸਾਡੀ ਸੇਲ ਕਾਫੀ ਗੇਨ ਹੋ ਗਈ ਹਨਾ ਜਿੱਥੇ ਤੁਹਾਡੀ ਵੀਕ ਦੀ ਮਹਾ 3000 ਸੀਗੀ ਉੱਥੇ ਵੀਕ ਦੀ ਤੁਹਾਡੀ ਪਹੁੰਚ ਕੇ 18000 ਤੇ ਮਤਲਬ ਵਧੀਆ ਕੰਮ ਹੋ ਗਿਆ ਹਾਂ ਬਹੁਤ ਵਧੀਆ ਜੰਪ ਮਿਲਿਆ ਉਹਦੇ ਬਾਅਦ ਨਾਲੇ ਮੈਂ ਇੱਕ ਸਟੋਰ ਹੋਰ ਖੋਲਤਾ ਨਾਲ ਹੋਰ ਏਰੀਆ ਸੀਗਾ ਕਰਦਿਆਂ ਨੇ ਕਹਿੰਦਾ ਨਾ ਰਿਸਕ ਨਹੀਂ ਲੈਣਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਮੈਂ ਕੋਈ ਚੱਕ ਨਹੀਂ ਮੈਂ ਇੱਕ ਹੋਰ ਖੋਲਤਾ ਉਸ ਤੋਂ ਬਾਅਦ 2014 ਚ ਉਹਦੇ ਤੋਂ ਬਾਅਦ ਚੱਕਰ ਹੋ ਗਿਆ ਜਿਹੜੇ ਜਿਮ 'ਚ ਮੈਂ ਜਾਂਦਾ ਸੀ ਉਹ ਜਿਮ ਵਾਲਿਆਂ ਨੇ ਮੈਨੂੰ ਜਿਮ 'ਚੋਂ ਕਿੱਕ ਆਊਟ ਕਰਤਾ ਕੱਢਤਾ ਜਿਮ 'ਚੋਂ ਉਹ ਨੰਨੇ ਦੇਖਿਆ ਉਹਨਾਂ ਦਾ ਟਾਈ ਅਪ ਸੀ ਕਿਸੇ ਹੋਰ ਸਪਲੀਮੈਂਟ ਸਟੋਰ ਨਾਲ ਉਹਨੇ ਦੇਖਿਆ ਵੀ ਇਹ ਦੇਸੀ ਬੰਦਾ ਟੀ-ਸ਼ਰਟਾਂ ਵੀ ਬਣਾ ਲਈਆਂ ਤਾਂ ਗਰੂਪ ਬਹੁਤ ਕਰਨ ਲੱਗਾ ਕਿੱਥੇ ਆਨੀ ਸਾਰੇ ਬੰਦੇ ਇਹਦੇ ਕੋਲ ਜਾਣ ਲੱਗਾ ਹ ਹ ਉਹਨਾਂ ਦੇ ਸਿਕਾ ਦਿਮਾਗ ਮੇਰੇ ਕੋ ਆਉਂਦਾ ਉਸ ਜਿਮ ਚੋਂ ਕਸਟਮਰ ਬਹੁਤ ਸਿਕਾ ਮੇਰੇ ਕੋ ਕਿਉਂਕਿ ਮੈਂ ਖੁਦ ਉਹ ਜਿਮ ਜਾਂਦਾ ਸੀ ਹ ਹ ਹ ਮੇਰੀ ਆ ਸਾਰੇ ਨਾਲ ਗੱਲ ਕਰਨੀ ਹੈਲਪ ਕਰਨੀ ਦੱਸਣਾ ਮੇਰੇ ਆਪ ਵੀ ਬੋਡੀ ਵਧੀਆ ਬਣਦੀ ਪਈ ਸੀ ਹੈ ਨਾ ਉਹਨਾਂ ਨੂੰ ਲੱਗਾ ਕਿ ਸਾਡੇ ਜਿਮ ਤੋਂ ਬਣਦਾ ਹੈ ਸਾਡਾ ਟਾਇਅਪ ਹੈਗਾ ਉਹਨਾਂ ਬਈ ਅਸੀਂ ਇਹਨੂੰ ਕੱਢੀਏ ਜਿਮ ਤੋਂ ਕਿ ਸਾਡਾ ਜਿਹੜਾ ਉਹਨਾਂਟਾ ਆਪੇ ਉਹ ਸਾਨੂੰ ਕੋਈ ਫਰਕ ਨਾ ਪਵੇ ਹੂੰ ਹੂੰ ਜਿਹੜੇ ਸਪਲੀਮੈਂਟ ਸਟੋਰ ਨਾਲ ਸਾਡਾ ਟਾਇਆ ਤੇ ਯੂ ਨਹੀਂ ਮੈਨੂੰ ਕਿੱਕ ਆਊਟ ਕਰਤਾ ਤੇ ਮੰਡੇ ਦਾ ਦਿਨ ਸੀ 뮤జిਕ ਉਹਨੇ ਬੰਦ ਕੀਤਾ ਤੇ ਮੈਨੂੰ ਕਹਿੰਦਾ ਯੂ ਗਾਲ ਕੱਢ ਕੇ ਐਫ ਵਰਡ ਯੂਜ਼ ਕਰਕੇ ਯੂ ਗੋ ਆਊਟ ਅੱਛਾ ਮੈਂ ਕਹਾਂ ਵੀ ਕੀ ਚੱਕਰ ਆ ਵੀ ਮੇਰਾ ਕਸੂਰ ਕੀ ਆ ਹੂੰ ਕਹਿੰਦਾ ਕਸੂਰ ਤੇਰਾ ਹੀ ਆ ਵੀ ਆਹ ਟੀ-ਸ਼ਰਟ ਪਾ ਕੇ ਤੂੰ ਜੰਮ ਵਿੱਚ ਨਹੀਂ ਆਣਾ अच्छा ਤੁਸੀਂ ਆਪਣੇ ਬ੍ਰੈਡ ਮੈਂ ਆਪਣੇ ਬ੍ਰੈਡ ਦੀ ਮੈਂ ਕਹਿੰਦਾ ਤਾਂ ਲੋਕ ਨਾਈਕੀ ਐਡੀਡਾ ਸਾਰੀਆਂ ਪਾ ਕੇ ਆਉਂਦੇ ਆ ਵੀ ਕੋਈ ਇਹ ਤਾਂ ਕੋਈ ਹੈ ਹੀ ਨਹੀਂਗਾ ਲੋਈ ਨਹੀਂ ਹੈ ਨਿਕ ਕਹਿੰਦਾ ਯੂ ਫੱਕਿੰਗ ਗੋ ਆਊਟ ਮੈਨੂੰ ਕਹਿੰਦਾ ਕਹਿੰਦਾ ਸਮਝ ਮੈਰੂ ਜੋ ਕੈਨਟ ਡੂ ਐਨੀਥਿੰਗ ਮੈਨੂੰ ਕਹਿੰਦਾ ਇੰਦਾ ਜਾਊਂਗਾ ਕਿ ਫਿਰ ਦੂਜੀ ਤਰ੍ਹਾਂ ਪੈ ਜਾ ਆਪਾਂ ਹੁਣ ਬਗਾਨੇ ਮੁਲਕ 'ਚ ਬੈਠੇ ਆ ਠੀਕ ਆ ਅਗਲੇ ਜਿੰਮ ਦਾ ਓਨਰ ਆ ਵਧੀਆ ਚੱਲਦਾ ਆਪਾਂ ਨਿਕਲ ਗਏ ਉਥੋਂ ਪਰ ਉਹਨੇ ਜਿਹੜੀਆਂ ਗੱਲਾਂ ਕਹੀਆਂ ਮਿਊਜ਼ਿਕ ਬੰਦ ਕਰਕੇ ਜਾਣ ਬੁੱਝ ਕੇ ਕਹੀਆਂ ਕਿ ਸਾਰਿਆਂ ਨੂੰ ਸੁਣੇ ਸਾਰਿਆਂ ਨੂੰ ਪਤਾ ਲੱਗੇ ਅਸੀਂ ਇਸ ਬੰਦੇ ਨੂੰ ਕੱਢਤਾ ਮਿਊਜ਼ਿਕ ਵੀ ਬੰਦ ਕੀਤਾ ਮਿਊਜ਼ਿਕ ਸਾਰਿਆਂ ਨੂੰ ਸੁਣੇ ਮੈਂਬਰਾਂ ਨੂੰ ਬੇਹਦੀ ਇਨਸਲਟ ਹੋਵੇ ਨਾ ਪੂਰੀ ਉਹਨਾਂ ਦਾ ਮੇਨ ਮਕਸਦ ਤਾਂ ਸੀਗਾ ਇਹਨੂੰ ਦਬਾਣਾ ਹੂੰ ਇਹਨੂੰ ਬਾਹਰ ਕੱਢ ਦੇਣਾ ਜਿੰਮ ਤੋਂ ਜਿੰਮ 'ਚ ਅਪਰੋਚ ਨਹੀਂ ਹੋਣੀ ਜਦੋਂ ਸਪਲੀਮੈਂਟ ਵਿਕਣਾ ਨਹੀਂਗਾ ਸਟੋਰ ਚੱਲਣਾ ਨਹੀਂ ਹੂੰ ਐ ਨਹੀਂ ਹੋ ਕੀਤੀ ਤਾਂ ਬਧਿੱਕੀ ਪਰ ਮੈਨੂੰ ਵੀ ਉਸ ਦੋ ਤਿੰਨ ਦਿਨ ਨੀਂਦ ਨਹੀਂ ਆਈ ਮੈਂ ਵੀ ਹਨਾ ਡਿਪਰੈਸਿਵ ਹੋ ਜਨੇ ਕਰਕੇ ਉਹਦਾ ਤਾਂ ਦੁੱਖ ਤਾਂ ਬਹੁਤ ਲੱਗਾ ਇਨਸਲਟ ਬਹੁਤ ਇਨਸਲਟ ਬਹੁਤ ਹੋਈ ਮੈਂ ਉਹਨੂੰ ਫੇਰ ਈਮੇਲ ਕੀਤੀ ਮੈਂ ਕਿਹਾ ਬਈ ਜੋ ਵੀ ਕੀਤਾ ਤੂੰ ਗਲਤ ਕੀਤਾ ਬਟ ਆਈ ਪ੍ਰੋਮਿਸ ਵਨ ਥਿੰਗ ਵਿਦ ਯੂ ਕਿ ਵਿਥਿਨ 1.5 ਇਅਰ ਆਪਨ ਮਾਈ ਓਨ ਜਿਮ ਇਨ ਫਰੰਟ ਆਫ ਯੂ ਜਿਮ ਮੈਂ ਕਿ ਤੇਰੇ ਜਿਮ ਦੇ ਅੱਗੇ ਮੈਂ ਆਪਣਾ ਜਿਮ ਜ਼ਰੂਰ ਖੋਲੂੰਗਾ ਇਹ ਮੇਰਾ ਵਾਦਾ ਪੈਸੇ ਅਜ ਮੇਰੇ ਬੈਂਕ ਖੋਲੂੰਗਾ ਜ਼ਰੂਰ ਮੈਂ ਕਿ ਤੂੰ ਮੈਨੂੰ ਇੱਕ ਸੇਹ ਦੇਤੀ ਹੂੰ ਮੈਨੂੰ ਕਹਿੰਦਾ ਜੇ ਮੁੜ ਕੇ ਤੇਰੀ ਕੋਈ ਈਮੇਲ ਆਈ ਆਲ ਮਾਈ ਸੋਲਿਸਟਰ ਬਿਲ ਸੂ অন ਯੂ ਕਹਿੰਦਾ ਮੁੜ ਕੇ ਈਮੇਲ ਮੈਂ ਮੈਂ ਕਰਨੀ ਵੀ ਨਹੀਂ ਇੱਕ ਤੈਨੂੰ ਕਰਤੀ ਦੱਸ ਮੈਂ ਕਿ ਕਰਨੀ ਤਾਂ ਕਿ ਮੈਂ ਤੈਨੂੰ ਤਰੇਮੂ ਨਹੀਂ ਲੱਗਣਾ ਕਦੇ ਵੀ ਪੂਰੀ ਜ਼ਿੰਦਗੀ ਹਨਾ ਉਹ ਉਸ ਜਮ ਦਾ ਮੈਨੇਜਰ ਸੀ ਓਨਰ ਵੀ ਨਹੀਂ ਸੀਗਾ ਉਦੋਂ ਹਨਾ ਤੇ ਉਹੀ ਰੱਬ ਨੇ ਮਿਹਰ ਰੱਖੀ ਸਾਲ ਕੁ ਬਾਅਦ ਇੱਕ ਜਿਮ ਉਹਦੇ ਬਿਲਕੁਲ ਮੂਰੇ ਜਿਮ ਹੁੰਦਾ ਸੀ ਉਹ ਸੇਲ ਤੇ ਆ ਗਿਆ ਸੇਲ ਤੇ ਆ ਗਿਆ ਆਈ ਪੁੱਛਿਆ ਤੇ ਉਹ ਕਹਿੰਦਾ 5 ਲੱਖ ਲੈਣਾ ਸਾਡੇ ਕੋ ਤਾਂ 50 ਹਜ਼ਾਰ ਦੀ ਵੀ ਨਹੀਂ ਸੇਵਿੰਗ ਸੀ ਕਿਉਂਕਿ ਸਟੋਰਾਂ ਤੇ ਸਮਾਨ ਭਰਤਾ ਸਾਰਾ ਸਟੋਰ ਉਦਾਂ ਚੱਲਦੇ ਸੀ ਪਰ ਇੰਨੀ ਸੇਵਿੰਗ ਥੋੜੀ ਵੀ ਐਨਾ ਵੀ ਮਾਰਜਨ ਨਹੀਂ ਸੀਗਾ ਕਿ ਐਨਾ ਬਚ ਜੇ ਮੈਂ ਉਹ ਤੋਂ ਗੱਡੀ ਵੀ ਨਵੀਂ-ਨਵੀਂ ਲਈ ਸੀ 40-50 ਹਜ਼ਾਰ ਉੱਧਰ ਖਰਚੇ ਮੈਂ ਕਿਹਾ ਯਾਰ ਗਲਤ ਟਾਈਮ ਤੇ ਗੱਡੀ ਲਾ ਲਈ ਵੀ ਚਲੋ ਹਨਾ ਥੋੜਾ ਪਤਾ ਨਹੀਂ ਤਾਂ ਡਾਊਨ ਪੇਮੈਂਟ ਦੇ ਕੇ ਬੰਦਾ ਕਰ ਲੈਂਦਾ ਮੈਂ ਉਦਾਂ ਹੀ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰਦੀ ਮੈਂ ਕਿਹਾ ਮੀਟਿੰਗ-ਮੂਟਿੰਗ ਕਰਨੀ ਮੈਂ ਉਦਾਂ ਹੀ ਹਨਾ ਉਹਨਾਂ ਵੀ ਤੂੰ ਕਿੱਦਾਂ ਕਰਨਾ ਕੀ ਕਰਨਾ ਕੀ ਹਿਸਾਬ ਜਿਹੜਾ ਉਹ ਜ਼ਿੰਮੇਦਾਰ ਉਹਨਾਂ ਦਾ ਹਾਂ ਵੀ ਕਿੰਨਾ ਬੋਧ ਉਹ ਕਰਦਿਆਂ ਨੇ ਕਹਿੰਦਾ ਤੇਰੇ ਪੱਲੇ ਕੁਝ ਨਹੀਂ ਤੂੰ ਮੀਟਿੰਗਾਂ ਕਰਨੋਂ ਪਰ ਜਾਂਦਾ ਵੀ ਐ ਸੌਦੇ ਜੇ ਕਰਨ ਵੀ ਤੂੰ ਕੁਝ ਤਾਂ ਸੋਚਿਆ ਕਰ ਉਹ ਮੈਂ ਕਿਹਾ ਨਹੀਂ ਗੱਲ ਹੈ ਤਾਂ ਹੱਲ ਹੈ ਗੱਲ ਕਰਾਂਗੇ ਤਾਂ ਹੱਲ ਹੋਊਗਾ ਕੁਝ ਨਾ ਕੁ ਮੈਂ ਕਿ ਕਿ ਤੱਕ ਸਟੋਰ 베ਚਦਾ ਸਪਲੀਮੈਂਟਲ ਹਾਂ 75000 ਡਾਲਰ ਦਾ ਇੱਕ ਸਟੋਰ 베ਚਦਾ ਚਲੋ ਦੇਖੋ ਜਿੱਥੇ ਹੁਣ ਵੱਡੀ ਅਪਰਚੂਨਿਟੀ ਆ ਰਹੀ ਹੈ ਜੇ ਤੁਸੀਂ ਕਰ ਵੀ ਸਕਦੇ ਹੋ ਤਾਂ ਵਾਈ ਨਾਟ ਹੈ ਨਾ 메인 ਸਟੋਰ ਤੁਹਾਡਾ ਹੋ ਹੀ ਸੀ ਇੱਕ ਸਟੋਰ 베ਚਦਾ ਚਲੋ ਥੋੜਾ ਬਹੁਤ ਹੋਰ ਪੈਸਾ ਹੋ ਗਿਆ ਮੜਾ ਮੁੱਟਾ ਧਰੋ ਜਾਰਾ ਦੋਸਤ ਮੈਂ ਉਹਨੂੰ ਕਿਹਾ ਮੈਂ ਕਿਹਾ ਮਿੰਨਾ ਐ ਕਰ ਤੂੰ ਐਨਾ ਤੈਨੂੰ ਆਫਰ ਦੇ ਦਿੰਨਾ ਤੂੰ ਮਿੰਨਾ ਉਹ ਕਰ ਲੈ ਮਨਥਲੀ ਹੈ ਨਾ ਪਾਰਨਰਸ਼ਿਪ 8 ਮਹੀਨਿਆਂ ਦਾ ਨਹੀਂ ਇੰਸਟਾਲਮੈਂਟ ਕਰ ਲੈ ਬਾਕੀ ਪੇਮੈਂਟ ਦੀ ਮਨਥਲੀ ਹੈਲਪ ਕਰਤੀ ਮਤਲਬ ਉਹ ਆઠ ਮਹੀਨਾ ਦੀ ਇਨਸਟਾਲਮੈਂਟ ਕਰ ਲਾ ਪੈਸੇ ਤੁਹਾਨੂੰ ਮੈਂ ਦੇ ਦੂੰਗਾ ਕਿਉਂਕਿ ਬਾਕੀ ਉਹ ਕੋਈ ਹੋਰ ਜਿੰਮ ਦੇ ਪੈਸੇ ਭਰਦਾ ਵੀ ਨਹੀਂ ਸੀ ਉਹਨੇ ਕਿਉਂਕਿ ਉਹਨੇ ਦੀ ਸੀਗੇ ਨਹੀਂ ਉਹਦੀ ਵਰਤ ਉਹਦੇ ਹਿਸਾਬ ਨਾਲ ਹਣਾ ਉਹ ਪਤਾ ਨਹੀਂ ਮੰਨ ਗਿਆ ਪਤਾ ਨਹੀਂ ਕੀ ਰੱਬ ਨੇ ਮਨਸੁਮਤਿਆ ਭਾਈ ਤੇ ਮੈਂ ਉਹਨੂੰ ਡੇਢ ਲੱਖ ਆਪਰੇਨ ਦਿੱਤਾ ਬਾਕੀ ਸਾਰੇ ਪਰ ਇੱਕ ਗੱਲ ਇਹ ਹੋਈ ਜਿੱਦਣੇ ਅਸੀਂ ਟੇਕਓਵਰ ਕੀਤਾ ਨਾ ਸਾਡੀਆਂ 80 80 ਮੈਂਬਰਸ਼ਿਪ ਐਕ ਇੱਕ ਦਿੰਦੀਆਂ ਵੀ ਹੋਈਆਂ ਮਤਲਬ ਬਹੁਤ ਬੂਸਟ ਮਿਲਿਆ ਲੋਕਾਂ ਦਾ ਇਨਾ ਪਿਆਰ ਸੀ ਅੱਛਾ ਸਾਰੀ ਸਾਡੀ ਕਮਿਊਨਿਟੀ ਉੱਤੇ ਵੀ ਕੰਮ ਇਹਨੇ ਬਾਈ ਨੇ ਖੋਲਿਆ ਅਸੀਂ ਉੱਤੇ ਕੋ ਜਾਣਾ ਉਹਦੀ ਸਪੋਰਟ ਕਰਾਂਗੇ ਬਹੁਤ ਸਪੋਰਟ ਮਿਲੀ ਮਤਲਬ ਅਸੀਂ ਸਾਲ ਚ ਬੜਾ ਗੇਨ ਕਰ ਗਏ ਸੀ ਉਹਦਾ ਸਾਰਾ ਪੈਸਾ ਵੀ ਵਾਪਸ ਦੇ ਦਿੱਤਾ ਤੇ ਹੋਰ ਵੀ ਜਿਹੜਾ ਮੜਾ ਮੋਟਾ ਫੜਾ ਫੜਾ ਅੱਛਾ ਸਾਲ ਚ ਤੁਸੀਂ ਸਾਰਾ ਕੁਝ ਵਾਪਸ ਉਹਦਾ ਪਾਪਸੇ ਤਾਂ ਜਨਨ 6 ਲੱਖ ਪੂਰਾ ਕਰਕੇ ਕੰਮ ਫਤਿਹ ਕਰਤਾ ਮੈਨੂੰ ਨਹੀਂ ਸੀ ਪਤਾ ਜਿਮ ਚ ਇਨੇ ਪੈਸੇ ਵਾਜਦੇ ਤੇ ਉਦੇ ਤੋਂ ਬਾਅਦ ਫਿਰ ਚਲੋ ਆਪਣੇ ਸ਼ੌਂਕ-ਸ਼ੌਂਕ ਵੀ ਪੂਰੇ ਕੀਤੇ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਇੱਕ ਵਾਰੀ ਫਿਰ ਥੋੜਾ ਜਿਹਾ ਬੈਡ ਟਾਈਮ ਆਇਆ ਕਿ ਕਾਉਂਸਲ ਦਾ ਨੋਟਿਸ ਆ ਗਿਆ ਕਿ ਜਿਵੇਂ ਤੁਹਾਡੇ ਲਿਫਟ ਲਗਣੀ ਚਾਹੀਦੀ ਕਿਉਂਕਿ ਉਹ ਤੋਂ ਪੌੜੀਆਂ ਹੁੰਦੀਆਂ ਸੀ ਅੱਛਾ ਬਿ ਲਿਫਟ ਲਵਾਓ ਨਹੀਂ ਤਾਂ ਜਿਮ ਬੰਦ ਕਰੋ ਹੂੰ ਹੁਣ ਲਿਫਟ ਤਾਂ ਮੈਂ ਪਤਾ ਕੀਤਾ ਉਹ ਬੜਾ ਮਹਿੰਗਾ ਲੱਖਾਂ ਤੋਂ ਉੱਤੇ ਖਰਚਾ ਸੀਗਾ ਹਨਾ ਤੇ ਬਿਲਡਿੰਗ ਪਰਮਿਟ ਹੈ ਨਹੀਂਗਾ ਹੂੰ ਤੇ ਉਹ owner ਨੇ ਮੈਨੂੰ ਦੱਸਿਆ ਨਹੀਂ ਸੀ ਕਿ ਬਿਲਿਗ ਪਰਮਟ ਹੈ ਨਹੀਂਗਾ ਉਹ ਉੱਧੇ ਚੱਲੀਗਾ ਜਮ ਅੱਛਾ ਤੇ ਮੈਨੂੰ ਹੁਣ ਜਿਮੂਵ ਕਰਨਾ ਪਣਾ ਸੀ ਹੁਣ ਬਿਲਡਿੰਗ ਨਾਲ ਕੋਈ ਲੱਭੇ ਹੂੰ ਤੇ ਪੈਸਾ ਵੀ ਕੋਈ ਨਹੀਂ ਹੁਣ ਹਨਾ ਸਾਰੇ ਤਾਂ ਲਾਤ ਤੇ ਸੀਗੇ ਉੱਥੇ ਤੇ ਚਾਹੀ ਨਹੀਂ ਹੋ ਫੇਰ ਅਸੀਂ ਮੂਵ ਕੀਤਾ ਦੂਜੇ ਪਾਸੇ ਫੇਰ ਉਹੀ ਪੜਾ ਆ ਫੇਰ ਲੋਨ ਚੁੱਕਣਾ ਪਿਆ ਪੈਸੇ ਫੜਨੇ ਪਏ ਇਹ 2000 18 ਨੂੰ ਨਹੀਂ ਦੀ ਗੱਲ 19 'ਚ ਹੋਇਆ ਸੀ ਮੈਂ ਮੂਵ ਹਨਾ ਪਰ ਉਹਦੋਂ ਵੀ ਰੱਬ ਨੇ ਬੜੀ ਮਦਦ ਜਦੋਂ ਜਿਮ ਚੱਲਿਆ ਤੇ ਨਾਲ ਦੀ ਨਾਲ ਮੈਂ ਸਾਰੇ ਫਿਰ ਵਾਪਸ ਫੇਰ ਦੁਬਾਰਾ ਠੀਕ ਫੇਰ ਵਾਪਸ ਕਰ ਫੇਰ ਚੱਲ ਚਲਾ ਕੇ ਆ ਕੋਵਿਡ ਦੇ ਦੌਰਾਨ ਜੀ ਫੇਰ ਨਾ ਸਾਲਾ ਆ ਸਾਡਾ ਜਿਹੜਾ ਅ ਫਰਾਂਚਾਈਜ਼ ਦਾ ਸਿਸਟਮ ਸਟਾਰਟ ਹੋ ਗਿਆ ਪਹਿਲਾਂ ਕੋਈ ਬੰਦਾ ਆ ਉਹ ਸਾਡੇ ਕੋਲੋਂ ਸਪੈਸ਼ਲ ਆਇਆ ਉਹਨਾਂ ਦੇ ਕਾਰੋਬਾਰ ਹੁੰਦੇ ਸੀ ਉਹ ਕਹਿੰਦੇ ਜਿਮ ਦੀ ਫਰਾਂਚਾਈਜ਼ ਲੈਣੀ ਥੋੜੀ ਪਹਿਲੀ ਵਾਰੀ ਮੈਨੂੰ ਪੁੱਛਿਆ ਮੈਨੂੰ ਬੜਾ ਪ੍ਰਾਊਡ ਜਿਹਾ ਫੀਲ ਹੋਇਆ ਮੈਂ ਕਿਹਾ ਹਾਂ ਤੇ ਫਿਰ ਉਹਨੇ ਗੱਲਬਾਤ ਕੀਤੀ ਤੇ ਫਿਰ ਮੈਂ ਸਾਰਾ ਦੱਸਿਆ ਮੈਂ ਕਿਹਾ ਇੰਨਾ ਮੈਂ ਅਫਰੰਟ ਲਊਂਗਾ ਮੈਂ ਕਿਸੇ ਤੋਂ ਪੁੱਛਿਆ ਉਹ ਕਹਿੰਦਾ ਲੱਖ ਉਹ ਕਹਿੰਦਾ ਲੱਖ ਡਾਲਰ ਕਹਿੰਦਾ ਅਫਰੰਟ ਲੈਣਾ ਮੈਂ ਕਿਹਾ ਯਾਰ 10 20 ਹਜ਼ਾਰ ਤਾਂ ਸਾਰੋ ਮੈਂ ਕਿਹਾ ਇੰਨਾ ਵੀ ਲੱਖ ਕੀ ਮੈਂ ਕਿਹਾ ਲੱਖ ਥੋੜੀ ਅਗਲਾ ਦਊਗਾ ਮੇਰੇ ਨੌ ਦਾ ਫੇ ਮੈਨੂੰ ਅਗਲੇ ਨੂੰ ਕੰਨ ਦੇਣਾ ਮੈਂ ਕੋਈ ਹੋਰ ਫਰਾਂਚਾ ਕਹਿੰਦਾ ਉਹ ਕਹਿੰਦਾ ਤੈਨੂੰ ਨਹੀਂ ਪਤਾ ਤੇਰੀ ਵਰਥ ਹੈ ਕਿ ਲੱਖ ਡਾਲਰ ਮੇਰਾ ਅਕਾਊਂਟੈਂਟ ਕਹਿੰਦਾ ਅੱਛਾ ਕਹਿੰਦਾ ਆਈ نو ਬੈਟਰ ਨੰ ਨਿਓ ਮੈਨੂੰ ਕਹਿੰਦਾ ਮੈਂ ਚਲੋ ਠੀਕ ਹੈ ਮੈਂ ਉਹ ਬਾਈ ਨੂੰ ਹਨਾ ਇਦਾਂ ਦਾ ਉਹ ਮੰਨ ਗਏ ਅੱਛਾ ਲੱਖ ਡਾਲਰ ਆ ਫਰੈਂਡ ਤੇ ਲੱਖ ਡਾਲਰ ਆਪਣਾ ਕਿਉਂ ਬਣਦਾ ਕਹਿ ਦੇਣਾ ਉੰਨਾ ਕੀ ਬਣਦਾ ਸਕਾ ਨਾ ਐਟਲੀਸਟ ਅਸੀਂ ਨਾਂ ਦੇਣਾ ਸਾਰਾ ਹੁਣ ਮੈਂ ਵੀ ਜੇ ਉੰਨਾ ਉਨੇ ਚਰਚ ਉੰਨਾ ਪੈਸਾ ਕਮਾਇਆ ਨਾ ਕਰਕੇ ਕਮਾਇਆ ਨਾ ਤਾਂ ਤੁਸੀਂ ਕੱਲਾ ਨੇਮ ਦਿੰਨੇ ਹੋ ਤੇ অথরাইਜੇਸ਼ਨ ਹਾਂਜੀ ਨੇਮ ਦਿੰਨੇ ਆਸੀਂ ਆਪਣਾ ਤੇ ਪਲੱਸ ਬਾਕੀ ਉਹਨਾਂ ਦਾ ਹੁੰਦਾ ਸਾਰਾ ਤੇ ਫਿਰ ਜਿਹੜੀ ਹਰ ਫਰਾਂਚਾਈਜ਼ ਜਿਵੇਂ ਕਰਦੀ ਆ ਬਾਅਦ ਚ ਜਿਹੜੀ ਫਰਾਂਚਾਈਜ਼ੀ ਚ ਹੁੰਦਾ ਕਮਿਸ਼ਨ ਆਂਦੀ ਕੁਝ ਪਰਸੈਂਟੇਜ ਨਹੀਂ ਉਹ ਵੀ ਆਂਦੀ ਆ ਉਹ ਰਾਇਲਟੀ ਆਂਦੀ ਆ ਜੀ ਤੁਹਾਨੂੰ ਪਰ ਮੰਥ ਤੁਹਾਨੂੰ ਜਾਂ ਪਰ ਮੰਥ ਕਰ ਲੋ ਜਾਂ 3 ਮੰਥ ਦੀ ਕਰ ਲੋ ਸਾਢੇ ਹੁੰਦੀ ਆ ਆਰਾਊਂਡ 7% ਅਸੀਂ ਪਰ 2% ਮਾਰਕੀਟਿੰਗ ਤੇ ਕਰਦੇ ਤੇ 5% ਲੈਂਦੇ ਅਸੀਂ ਹਮਮ ਤੇ ਬਾਕੀ ਪਰ ਨਹੀਂ ਜਿਹੜਾ ਲੈ ਰਿਆ ਉਹਨੂੰ ਉਹਦੋਂ ਵੀ ਬਹੁਤ ਫਾਇਦਾ ਕਿਉਂਕਿ ਇੱਕ ਦੇਖੋ ਨਾਮ ਮਿਲ ਜਾਂਦਾ ਹਮਮ ਹੁਣ ਬ੍ਰੈਮਟਨ ਅਸੀਂ ਸਟੋਰ ਖੋਲਿਆ ਤੇ ਪਨੀਤ ਭਾਈ ਨਾਲ ਗੱਲ ਹੋਈ ਭਾਈ ਕਹਿੰਦਾ ਫਰੈਂਚਾਈਜ਼ ਲੈਣੀ ਮੈਂ ਦੱਸਿਆ ਭਾਈ ਟਰੱਕ ਚਲਾਉਂਦਾ ਸੀ ਪਹਿਲਾਂ ਚਲੋ ਜਿੱਦਾਂ ਖੋਲਿਆ ਆਲਮੋਸਟ ਜਦੋਂ ਅਸੀਂ ਪੋਸਟ ਪਾਈ ਐ ਸਾਰੇ ਪਾਸੇ ਪਤਾ ਲੱਗ ਗਿਆ ਕਿ ਉੱਥੇ ਬ੍ਰੈਮਟਨ ਖੁੱਲੀ ਐ ਜਿਹੜੇ ਬੰਦੇ ਸਾਰੇ ਮੈਂ ਆਪ ਉੱਥੇ ਲੈਣ ਜਿਹੜੇ ਸਾਨੂੰ ਫੋਲੋ ਕਰਦੇ ਸੀ ਠੀਕ ਆ ਪਤਾ ਲੱਗ ਗਿਆ ਸੋ ਇਹ ਇਹ ਫਾਇਦਾ ਹੁੰਦਾ ਫਰੈਂਚਾਈਜ਼ ਲੈਣ ਦਾ ਥੋੜਾ ਕਸਟਮਰ ਸ਼ੁਰੂ ਤੋਂ ਡੇ 1 ਤੋਂ ਹੀ ਬਣ ਜਾਂਦਾ ਡੇ 1 ਤੋਂ ਤੁਸੀਂ ਵਧੀਆ ਸੇਲ ਕੱਢਦੇ ਹੋ ਹੁਣ ਉਹੀ ਹੁੰਦਾ ਨਾ ਗੱਲ ਤਾਂ ਸੇਲ ਦੀ ਆ ਹੁਣ ਜਿਹੜੇ ਬੰਦੇ ਆਪਣਾ ਬ੍ਰਾਂਡ ਸ਼ੁਰੂ ਕਰਦੇ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਡਿਵੈਲਪ ਹੋਣ ਨੂੰ ਹੂੰ ਉਹਦੇ ਚ ਬੈਕਅਪ ਬਹੁਤ ਚਾਹੀਦੀ ਆ ਤੇ ਇਹ ਤੁਹਾਡੇ ਪੰਤ ਤੋਂ ਤੁਹਾਨੂੰ ਨਾਂ ਦਾ ਫਾਇਦਾ ਕਿ ਉਹ ਬੰਦੇ ਫਿਰ ਜਿਹੜੇ ਤੁਹਾਡੇ ਫੈਨ ਆ ਫਾਲੋਅਰ ਆ ਜਾਂ ਕੁਝ ਵੀ ਆ ਹੂੰ ਉਹ ਸਪੋਰਟ ਕਰਨ ਤੁਹਾਨੂੰ ਉੱਥੇ ਜਾਂਦੇ ਆ ਹੂੰ ਤੋਂ ਇਸ ਕਰਕੇ ਫਿਰ ਇਹ ਜਿਹੜਾ ਫਰੈਂਚਾਈਜ਼ ਦਾ ਸਿਸਟਮ ਸਟਾਰਟ ਹੋ ਗਿਆ ਨਿਊਜ਼ੀਲੈਂਡ ਵੀ ਆ ਚਾਰ ਕੈਨੇਡਾ ਚ ਆਪਣੇ ਤਿੰਨ ਜੇ ਆਲਰੇਡੀ ਹੈਗੇ ਨੇ ਮੈਲਬਨ ਦੇ ਵਿੱਚ ਜਲੰਧਰ ਵਿਖ ਚੁੱਕੀ ਆਪਣੀ ਇੱਕ ਤੇ ਤਿੰਨ ਸਪਲੀਮੈਂਟ ਸਟੋਰ ਆ ਆਪਣੇ ਉੱਥੇ ਜਲੰਧਰ ਮਲਵਾਨ ਮਲਵੰਝ ਤੇ ਆਪਣਾ ਹੁਣ ਕੈਲੀਫੋਰਨੀਆ ਪਖੋ ਰਹੇ ਆ ਅਮਰੀਕਾ ਦੇ ਵਿੱਚ ਵੀ ਤੇ ਰੱਬ ਸੁੱਖ ਰੱਖੇ ਇੱਥੇ ਵੀ ਖੋਲਦਾਂਗੇ ਇੱਕ ਜੰਮ ਹਮ ਚੱਲੀ ਜਾ ਰਿਹਾ ਮਤਲਬ ਟੋਟਲ ਮਿਲਾ ਕੇ ਸਾਡੇ ਕੋਲ 26 ਸਾਈਟਸ ਆ ਗਈਆਂ ਮਤਲਬ 26 ਤੇ ਕੈਸ਼ ਲੈਣੇ ਆਫਰੈਂਟ ਤੁਸੀਂ ਜੁੱਦਾ ਮਰਜ਼ੀ ਦੇ ਦੇਓ ਮਤਲਬ ਪੂਰੇ ਦੇ ਪੂਰੇ ਕੈਸ਼ ਇਨਸਟਾਲਮੈਂਟ ਆਫਰੈਂਟ ਹੁੰਦਾ ਦੋਸਤ ਅੱਛਾ ਤੇ ਜਿਹੜੇ ਅਪਾ ਸਪਲੀਮੈਂਟ ਸੇਲ ਕਰਦੇ ਆ ਉਹਦੇ ਚੋਂ ਕਿੰਨਾ ਮਾਰਜਿਨ ਵੱਜਦਾ ਉਹਦੇ ਚੋਂ ਅਸੀਂ ਕੁਝ ਨਹੀਂ ਰੱਖਦੇ ਅਸੀਂ ਡਾਇਰੈਕਟ ਕੰਪਨੀ ਨਾਲ ਅਕਾਊਂਟ ਖਲਾਗੇ ਦਿੰਨੇ ਆ ਜਿਹੜਾ ਸਾਡਾ ਜਿਹੜਾ ਫਰੈਂਚਾਈਜ਼ ਬਾਇ ਕਰਦਾ ਉਹਦੇ ਡਾਇਰੈਕਟ ਕੰਪਨੀ ਨਾਲ ਕਰ ਦਿੰਨੇ ਆ ਸਾਡਾ ਤਾਂ ਇਹ ਹੁੰਦਾ ਕਿ ਅਸੀਂ ਕਸਟਮਰ ਨਾਂ ਤੋਂ ਜੜਾ ਆ ਰਿਹਾ ਸਾਡੇ ਉਹਨਾਂ ਨੂੰ ਸਾਡਾ ਉਹ ਫਾਇਦਾ ਹੋ ਜਾਂਦਾ ਤੇ ਸਾਡਾ ਸਾਲ ਦਾ ਵਿਜ਼ਿਟ ਹੁੰਦਾ ਇਟ ਡਿਪੈਂਡ ਆ 30% 40 35 ਆਰਾਊਂਡ ਤੇ ਕਿਸੇ ਚੋ ਜ਼ਿਆਦਾ ਹੁੰਦਾ ਕਿਸੇ ਤੋਂ ਘੱਟ ਹੁੰਦਾ ਕਿਸੇ ਤੋਂ ਜ਼ਿਆਦਾ ਕਿਸੇ ਤੋਂ ਘੱਟ ਹੁੰਦਾ ਉਹ ਕੀ ਜਾਣਿਓ ਹੁਣ ਕੀ ਜਾਣਿਓ ਕੀ ਕਰਨਾ ਮੈਂ ਤਾਂ ਜਾਣਾ ਬੇ ਨਹੀਂ ਦੱਸੋ ਤੁਸੀਂ ਕੋਈ ਦਿਮਾਗ ਜਿਵੇਂ ਮੈਂ ਮੈਲੇ ਮਿਹਰਬਾਨਾ ਚਾਹੁੰਦਾ ਹਾਂ ਨਾ ਉੱਤੋਂ ਵੀ ਉੱਤੇ ਜਾਣਾ ਚਾਹਨਾ ਹਾਂ ਮੈਂ ਮੇਰਾ ਮੇਰੀ ਇੱਕੋ ਚੀਜ਼ ਹੈ ਮੈਂ ਬਹੁਤ ਪੈਸੇ ਕਮਾਣੇ ਆ ਇਹ ਮੇਰੇ ਦਿਮਾਗ ਦੀ ਥਿੰਕਿੰਗ ਹੈ ਹੂੰ ਹੁਣ ਸਾਡੇ ਦਿਮਾਗ 'ਚ ਕੀ ਹੈ ਨਹੀਂ ਮੇਰਾ ਉਹ ਨਹੀਂ ਹੈ ਮੇਰਾ ਇਦਾਂ ਹੈ ਕਿ ਜਿਹੜੀਆਂ ਜਿਹੜੀਆਂ ਮੇਨ ਕੰਟਰੀਆਂ ਉੱਥੇ ਐਟਲੀ ਸਾਡਾ ਇੱਕ ਇੱਕ ਦੋ ਇੱਕ ਦੋ ਸਟੋਰ ਹੋ ਜਣ ਨਾਮ ਬਣਾਣਾ ਚਾਹੁੰਦਾ। ਨਾਮ ਬਣਾਣਾ ਚਾਹੁੰਦਾ। ਸੁੱਲ ਕੇ ਉਹ ਸਾਡਾ ਹਰ ਪੱਸੇ ਹੋਵੇ। ਕਿ ਚਲੋ ਰਬ ਉਹਨਾਂ ਕੀ ਆ ਤੁਹਾਡੇ ਰਿਲੇਸ਼ਨ ਵੀ ਕਾਇਮ ਹੁੰਦੇ ਆ ਤੇ ਜਿਹੜੇ ਤੁਹਾਡੇ ਚਾਹਣ ਵਾਲੇ ਆ ਤੁਹਾਡੇ ਕਰਦੇ ਆ ਉਹ ਵੀ ਪ੍ਰਾਊਡ ਫੀਲ ਕਰਦੇ ਆ। ਆਪਣੇ ਆਪ ਨੂੰ ਵੀ ਪ੍ਰਾਊਡ ਫੀਲ ਕਰ ਹੁੰਦਾ ਬੰਦਾ ਜਦੋਂ ਬੈੱਡ ਤੇ ਡਿੱਗਦਾ ਸ਼ਾਮ ਨੂੰ ਹਨਾ ਬੰਦਾ ਸੋਚਦਾ ਕਿਤੇ ਆਪਣਾ ਹੁਣ ਜਦੋਂ ਜੌਨ ਨੇ ਹਾਰ ਕੀਤਾ ਸੀਗਾ ਉਹ ਮੈਨੂੰ ਫਰਾਂਚਾਈਜ਼ ਵਿਕਣ ਤੋਂ ਵੀ ਵਧੀਆ ਖੁਸ਼ੀ ਹੋਈ ਸੀ। ਕਿ ਜਿਹੜੇ ਬੰਦੇ ਨੂੰ ਅਸੀਂ 99 99 93 ਦੇ ਦੇਖਦੇ ਆ। ਵੇ ਉਹ ਮੈਂ ਅੱਜ ਉਹਨੂੰ ਟ੍ਰੇਨ ਕਰ ਰਿਹਾ ਹਾਂ ਹਾਂ ਹੁਣ ਦੂਮ ਫਿਲਮ ਚ ਆਇਆ ਸੀ ਜਦੋਂ ਸਾਰਿਆਂ ਦਾ ਆਈਡਲ ਬਣਾਇਆ ਗਿਆ ਸੀ ਉੱਥੋਂ ਨਾ ਇੱਕ ਵਾਰੀ ਉਹ ਤੇ ਉਹ ਸ਼ੌਕਿੰਗ ਥਿੰਗਸ ਹੁੰਨੀਆਂ ਉਦਾਂ ਦੀ ਚੀਜ਼ ਆ ਤੇ ਬਾਕੀ ਮੇਰੀ ਇੱਕ ਇਹ ਵੀ ਆ ਤੁਸੀਂ ਮੇਰੀਆਂ ਵੀਡੀਓ ਚ ਦੇਖ ਲਿਓ ਇਹ ਨਹੀਂ ਕਿ ਮੈਂ ਹੁਣ ਕੈਮਰੇ ਮੋਹਰੇ ਬੈ ਕੇ ਕਹਿਣਾ ਪਿਆ ਜਾਂ ਕੋਈ ਵੀ ਲੋਕ ਸੁਣਦੇ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਮੈਂ ਕਦੇ ਇਹ ਨਹੀਂ ਕਿ ਐਡਵਰਟਾਈਜ਼ਮੈਂਟ ਕੀਤੀ ਆ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਵੀਡੀਓ ਪਾਨੇ ਆ ਵੀਡੀਓ ਜਿਆਦਾ ਅਸੀਂ ਪਾਉਣਾ ਐਕਸੈਨ ਰਿਲੇਟਡ ਕਿ ਚਲੋ ਕਿਸੇ ਦਾ ਫਾਇਦਾ ਹੋ ਜਾਏ ਤੇ ਉਹਨੂੰ ਫੋਲੋ ਵੀ ਬਹੁਤ ਕਰਦੇ ਆ ਭਾਰਤ ਚ ਪੰਜਾਬ ਚ ਕਾਫੀ ਲੋਕ ਇੱਧਰ ਉੱਧਰ ਵੀ ਜਿਹੜੀਆਂ ਇੱਕsinga ਫੋਲੋ ਕਰਦੇ ਤੇ ਫਾਇਦੇ ਵੀ ਮਿਲ ਰਹੇ ਆ ਕਦੇ ਅਸੀਂ ਬਜ਼ੁਰਗਾਂ ਲਈ ਪਾਦੀ ਦੀ ਚਲੋ ਗੋਡਿਆਂ ਦੀ ਪੇਨ ਤੋਂ ਕਿਵੇਂ ਆ ਕਦੇ ਬੈਕ ਪੇਨ ਤੋਂ ਪਾਦੀ ਦੀ ਕਦੇ ਕੁਝ ਪਾਦੀ ਸੋ ਉਹ ਸਾਡਾ ਇੱਕ ਜਨੂਨ ਆ ਵੀ ਉਹਦਾ ਮੈਨੂੰ ਜਿਆਦਾ ਸ਼ੌਂਕ ਹੈ ਕੈਮਰਾ ਉਹ ਕੰਮ ਚੱਲੀ ਜਾਵੇ ਮੇਰੀਆਂ ਵੀਡੀਓਜ਼ ਪੈਣੀਆਂ ਨਾ ਬੰਦ ਹੋਣ ਕਿਉਂਕਿ ਮੇਰੀ ਪਛਾਣ ਬਣੀ ਉੱਥੋਂ ਆ ਲੋਕ ਉੱਥੋਂ ਜਾਣਣ ਲੱਗਿਆ ਹੁਣ ਡੋਲੇ ਦਾ ਰੌਲਾ ਵੀ ਉੱਥੋਂ ਚੱਲਿਆ ਉਹ ਜਿਹੜਾ ਸਮਝਾਉਣ ਦਾ ਤਰੀਕਾ ਬੜਾ ਡਿਫਰੈਂਟ ਹਾਂ ਨਾਰਮਲ ਸ਼ੁੱਧ ਪੰਜਾਬੀ ਬੇਸਿਕ ਜਿਹੇ ਤਰੀਕੇ ਨਾਲ ਸਮਝਾ ਦਿਓ ਕਿ ਉਹਨਾਂ ਨੂੰ ਸਮਝ ਲੱਗੇ ਹੁਣ ਕੰਨ ਸਿੱਧੇ ਫੜੋ ਪੁੱਠੇ ਫੜਨ ਦੇ ਨਹੀਂ ਹੈ ਸਹੀ ਗੱਲ ਸਹੀ ਨਹੀਂ ਤਾਂ ਜਿਹੜੀ ਸਟੋਰੀ ਹੈ ਉਹ ਵੀ ਬੜੀ ਐਸਪਾਇਰਿੰਗ ਹੈ ਤੁਸੀਂ ਹਾਰ ਨਹੀਂ ਨਾ ਮੰਨੀ ਕਦੀ ਮੰਨਣੀ ਵੀ ਨਹੀਂ ਚਾਹੀਦੀ ਜੇ ਮੰਨ ਲੈਂਦੇ ਫੇਰ ਅਜੇ ਇੱਥੇ ਨਾ ਹੁੰਦੇ ਹੋ ਤਾਂ ਪਤਾ ਨਹੀਂ ਭੰਗ ਭੰਗ ਕਿੱਥੇ ਹੋਸ ਭੰਗ ਹੁੰਗ ਤਾਂ ਲੱਗਾ ਹੋਣਾ ਸੀਗਾ ਤੇ ਹੋਰ ਫੇ ਉਹੀ ਦੇਖੋ ਮੈਂ ওই ਵੀ ਗੱਲ ਬੜੀ ਕਹਿੰਦਾ ਹਾਂ ਅੰਗਰੇਜ਼ੀ ਦੀ ਜਿਹੜਾ ਕਹਾਵਤ ਹੈ ਯੂ ਵਰਸਸ ਯੂ ਬੜਾ ਮੋਟੀਵੇਸ਼ਨਲ ਵਰਡ ਹੈ ਇਹ ਜਦੋਂ ਸਵੇਰੇ ਆਪਾਂ ਖੜ ਕੇ ਦੇਖਦੇ ਹਾਂ ਵੀ ਯੂ ਵਰਸਸ ਯੂ ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੀ ਹੈ ਤੁਹਾਡਾ ਕਿਸੇ ਨਾਲ ਨਹੀਂ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਤਾਂ ਗੁਰੂਆਂ ਨੇ ਵੀ ਕਿਹਾ ਮਨ ਜੀਤੇ ਜਗ ਜੀਤ ਠੀਕ ਹੈ ਆਪਣੇ ਆਪ ਨੂੰ ਜਿੱਤਣਾ ਤੁਸੀਂ ਫਿਰ ਜਗ ਜਿੱਤੋਗੇ ਕੁਰਦਾ ਮੁਕਾਬਲਾ ਤੁਹਾਡੇ ਨਾਲ ਤੁਹਾਡਾ ਕਿਸੇ ਨਾਲ ਮੁਕਾਬਲਾ ਨਹੀਂ ਜੇ ਕੋਈ ਕਰਦਾ ਹਾਲਾਂਕਿ ਤੁਹਾਡਾ ਕੋਈ ਭਾਈਪੈਣਾ ਕੋਈ ਬੰਦਾ ਉਹਨੂੰ ਐਪਰੀਸ਼ੀਏਟ ਕਰੋ ਕਿ ਉਹ ਬੰਦਾ ਮਿਹਨਤ ਕਰਕੇ ਅੱਗੇ ਗਿਆ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਹੈ ਜੇ ਇਦਾਂ ਦੀ ਥੌਟਸ ਤੁਹਾਡੇ ਰਹਿਣਗੇ ਤਾਂ ਤੁਸੀਂ ਖੁਦ ਬਖੁਦ ਆਪੇ ਕਾਮਯਾਬ ਹੋ ਜਾਣਾ ਕਿਉਂਕਿ ਤੁਹਾਨੂੰ ਨੈਗੇਟਿਵ ਸੋਚਣ ਨੂੰ ਕੁਝ ਰਹਿਣਾ ਹੀ ਨਹੀਂਗਾ ਤੁਹਾਡੀ ਸੋਚ ਹਮੇਸ਼ਾ ਪੋਜ਼ਿਟਿਵ ਵਾਲੀ ਜਾਣੀ ਹੈ ਕਿ ਭਾਈ ਮੈਂ ਕੁਝ ਕਰਨਾ ਮੈਂ ਬਣਨਾ ਤਾਂ ਆਈ ਹੈਵ ਟੂ ਡੂ ਆਦਰਵਾਈਜ਼ ਬੰਦਾ ਇਹ ਸੋਚਦਾ ਉੱਚਾ ਫਲਾਣੇ ਨੇ ਕਾਰ ਲੈ ਲਈ ਇਹ ਕ ਤਾਂ ਕਰ ਲੈ ਲਈ ਪੁਰਾਣੇ ਨੇ ਉਹ ਲੈ ਲਿਆ ਪੁਰਾਣੇ ਨੇ ਬਿਜ਼ਨਸ ਮੈਂ ਵੀ ਉਹਦੇ ਨਾਲ ਦਾ ਲੱਗਾ ਇਹਨੇ ਸਟੋਰ ਖੋਲ੍ਹ ਲੇ ਮੈਂ ਤਾਂ ਖੁੱਲੇ ਨਹੀਂ ਮੈਂ ਤਾਂ ਅਜੇ ਵੀ ਜਿੰਮੇ ਚ ਜੌਬ ਕਰੀ ਜਾਂਦਾ ਨਹੀਂ ਨਹੀਂ ਨਾ ਪਤਾ ਮਿਹਨਤ ਕਿੰਨੀ ਕੀਤੀ ਹੈ ਉਸੇ ਤਾਂ ਗੱਲ ਉਹ ਤਾਂ ਹੀ ਕੰਮ ਜਾਂ ਨਹੀਂਉ ਕਿਉਂਕਿ ਉਹ ਸੋਚੀ ਫੁਰਾਂ ਲੱ ਜਾਂਦਾ ਉਹਦਾ ਆਪਣੇ ਉਤੇ ਧਿਆਨ ਨਹੀਂ ਆਪਣੇ ਉਤੇ ਕੰਸੈਂਟਰੇਸ਼ਨ ਨਹੀਂ ਹੈ ਸੋ ਇਸ ਕਰਕੇ ਮੈਂ ਉਹੀ ਕਹਿੰਦਾ ਇੱਕ ਇਹ ਵੀ ਥੋੜੇ ਜਿਹੇ ਖਈ ਬੰਦੇ ਦੀ ਹੱਤ ਹੁੰਦੀ ਹੈ ਉਹਨਾਂ ਨੇ ਦੂਜੇ ਬਾਰੇ ਦੇਖਣਾ ਹੁਣ ਜਦੋਂ ਤਾਂ ਬੰਦਾ ਫੈਕਟਰੀਆਂ 'ਚ ਧੱਕੇ ਖਾਂਦਾ ਹੈ ਸਟੂਡੈਂਟ ਲਾਈਫ ਹੈ ਉਹ ਇੱਕ ਬਹੁਤ ਵਿਚਾਰਾ ਬੰਦਾ ਹੈ ਵਿਚਾਰਾ ਮਿਹਨਤ ਬੜੀ ਕਰਦਾ ਵਿਚਾਰਾ ਮਿਹਨਤ ਬੜੀ ਕਰਦਾ ਚਲੋ ਕਿਤੇ ਪ੍ਰਮਾਤਮਾ ਭਾਗ ਲਾਊਗਾ ਉਹਦੇ ਤੁਹਾਡੇ ਰਿਸ਼ਤੇਦਾਰ ਵੀ ਹੁੰਦੇ ਤੁਹਾਡੇ ਆਂਡੀ ਗਵਾਂਡੀ ਵੀ ਹੁੰਦੇ ਤੁਹਾਡੇ ਜਾਣ ਪਛਾਣ ਦੇ ਵੀ ਹੁੰਦੇ ਆ ਚਲੋ ਬਾਹਰ ਲੈਣ ਤਾਂ ਕੀ ਕਰਾਂਗੇ ਜਦੋਂ ਉਹ ਆ ਕੇ ਥੋੜਾ ਜਿਹਾ ਉਹਨੇ ਸੋਚਿਆ ਵੀ ਨਾ ਮੈਂ ਮਿਹਨਤ ਗਧਿਆਂ ਵਾਂਗੂ ਕੰਮ ਬਹੁਤ ਕਰ ਲਿਆ ਹੁਣ ਮੈਂ ਥੋੜਾ ਆਪਣਾ ਕੋਈ ਬਿਜ਼ਨਸ ਕਰਾਂ ਜਿਹੜਾ ਮੇਰੇ ਚ ਗੋਣਾ ਕੁਛ ਮੈਂ ਉਹਦਾ ਘਰਾਂ ਥੋੜਾ ਗਰੋ ਕਰਾਂ ਉਹ ਫਿਰ ਕਹੂਗੇ ਇਹਨੇ ਤਾਂ ਪੰਗਾ ਲੈ ਲਿਆ ਏ ਅਡੀਆਂ ਚੁੱਕ ਕੇ ਫਾਹ ਲੈ ਲਿਆ ਬੜਾ ਵਧੀਆ ਕੰਮ ਕਰਦਾ ਸੀਗਾ ਇਹ ਹੁਣ ਇੱਥੇ ਕਿੱਥੇ ਫਸ ਗਿਆ ਹਾਂਜੀ ਹਾਂਜੀ ਹਾਂ ਜਦੋਂ ਚਲੋ ਬਿਜ਼ਨਸ ਸਟਾਰਟ ਕਰ ਲਿਆ ਚਲੋ ਫੇ ਵੀ ਰੱਬ ਬਿਜ਼ਨਸ ਚਲਾਵੇ ਐ ਕਹਿ ਦੇਣਾ ਨਾ ਟੁੱਟੇ ਜੇ ਮੂੰਹ ਨਾ ਚਲੋ ਬਿਜ਼ਨਸ ਮਾੜਾ ਮੁੱਟਾ ਚੱਲ ਗਿਆ ਬਸ ਹੁਣ ਇਹਨੂੰ ਵਿਧਾਨ ਦੀ ਲੋੜ ਨਹੀਂ ਆ ਇਹ ਰਿਸਕ ਬਹੁਤ ਹੈ ਕੱਲ ਨੂੰ ਫੇਰ ਨਾ ਹੋਇਓ ਕਿ ਡੁੱਬ ਜਿਓ ਇੱਥੇ ਕਿ ਰੱਖੋ ਇਹਨੂੰ ਕੁਝ ਜ਼ਿਆਦਾ ਠੀਕ ਨਹੀਂ ਆਪਣੇ ਆਪਣੇ ਵੀ ਟਾਈਮ ਕੱਢੋ ਆ ਕੱਢੋ 2 ਘੰਟੇ ਚਲੋ ਬਿਜ਼ਨਸ ਕਾਮਯਾਬ ਹੋ ਗਿਆ ਜਦੋਂ ਬਿਜ਼ਨਸ ਬੜਾ ਹੀ ਕਾਮਯਾਬ ਹੋ ਗਿਆ 2-3 ਸਾਲ ਬਾਅਦ ਤੁਸੀਂ ਘੈਂਟ ਜੇ ਗੱਡੀ-ਗੁੱਡੀ ਲੈ ਲਈ ਹੁਣ ਡੈਫੀਨਿਟਲੀ ਬਿਜ਼ਨਸ ਕਾਮਯਾਬ ਗੱਡੀ ਲਊਗੇ ਇਹ 2 ਨੰਬਰ ਦਾ ਕੰਮ ਕਰਨ ਲੱਗ ਗਿਆ ਲੱਗਦਾ ਇਹ ਨਸ਼ਾ-ਨੁਸ਼ਾ ਵੇਚਣ ਲੱਗ ਗਿਆ ਫਿਲੀ ਫੈਕਟਸ ਨੇ ਇਹ ਫਿ ਰਿਐਲਿਟੀ ਮੈਂ ਦੱਸ ਰਿਹਾ ਤੁਹਾਨੂੰ ਇਹ ਹਰਕ ਨਾ ਹੁੰਦੀ ਆ ਜੀ ਇਹ ਨਸ਼ਾ ਵੇਚਣ ਲੱਗ ਗਿਆ 2 ਨੰਬਰ ਦਾ ਕੰਮ ਕਰਨ ਲੱਗ ਗਿਆ ਰਾਦਰਦੈਨ ਕਿ ਉਹਨੂੰ ਐਪਰੀਸ਼ੀਏਟ ਕਰੋ ਅਗਲਾ ਮਿਹਨਤ ਕਰਦਾ ਆ ਹੁੰਦਾ ਚਲੋ ਇਹ ਦੋ ਨਸ਼ਾ-ਨੁਸ਼ਾ ਲਓ ਹੁਣ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਦੇਖੋ ਜਿੱਦ ਤਿੰਨ ਚਾਰ ਸਾਲ ਬਾਅਦ ਇੱਥੇ ਆਇਆ ਤਾਂ ਉੱਤੋਂ ਅਗਲੇ ਤਿੰਨ ਚਾਰ ਸਾਲ ਬਾਅਦ ਗਾਈ ਜਾਊਗਾ ਜਿਹੜਾ ਨਸ਼ਾ ਵੇਚਦਾ ਜੇ ਉਹ ਅੱਜ ਵੇਚਣ ਲੱਗਾ ਤਾਂ ਤਿੰਨ ਸਾਲ ਤਿੰਨ ਦੋ ਤਿੰਨ ਸਾਲ ਬਾਅਦ ਫੜਿਆ ਹੀ ਜਾਊਗਾ ਇਹਨਾਂ ਕੰਟਰੀਆਂ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ ਠੀਕ ਹੈ ਠੀਕ ਹੈ ਇਹ ਤਾਂ ਹੀ ਅਸੀਂ ਇਹਨਾਂ ਕੰਟਰੀਆਂ 'ਚ ਆਏ ਆ ਜਿਹੜੇ ਬੋਲਦੇ ਉਹ ਵੀ ਤਾਂ ਹੀ ਇਹਨਾਂ ਕੰਟਰੀਆਂ 'ਚ ਆਏ ਆ ਕਿ ਬੈਟਰ ਮੈਂਟਲੀ ਠੀਕ ਹੈ ਇੱਥੇ ਗਵਰਨਮੈਂਟ ਜਾਂ ਜਿਹੜੇ ਦੂਸਰੇ ਉਹ ਬੇਫੂਫ ਨਹੀਂ ਆ ਉਹ ਜੋ ਵੀ ਹੁੰਦਾ ਸਾਰਾ ਉਹਨਾਂ ਨੂੰ ਪਤਾ ਹੈ ਬਾਕੀ ਉੱਪਰ ਬੈਠਾ ਉਹਨੂੰ ਸਭ ਪਤਾ ਹੈ ਅੱਜ ਤੱਕ ਦੱਸੋ ਤੁਸੀਂ ਕਿਹੜਾ ਨਸ਼ੇ ਵਿੱਚ ਨਾਲਾ ਜਿਹੜਾ ਲੋਕਾਂ ਤੋਂ ਬਚਿਆ ਸਭ ਫੜ ਹੋਏ ਐ ਜੋ ਵੀ ਆ ਮੰਤਰੀ ਆ ਸ਼ੰਤਰੀ ਆ ਜੋ ਵੀ ਫੜ ਸੋ ਇਸ ਕਰਕੇ ਮੈਂ ਹੀ ਕਹਿਣਾ ਚਾਹਣਾ ਜਿਹੜਾ ਮੈਸੇਜ ਮੇਰਾ ਇਹ ਹੀ ਹੈ ਇੱਕ ਤਾਂ ਐਪਰੀਸ਼ੀਏਟ ਜ਼ਰੂਰ ਕਰੋ ਕੱਲੋਂ ਤੁਹਾਡਾ ਬੱਚਾ ਕੁਝ ਵਧੀਆ ਕਰਦਾ ਤੁਹਾਡਾ ਯਾਰ ਦੋਸਤ ਆ ਤੁਹਾਡੇ ਨਾਲ ਜਾਂ ਤੁਸੀਂ ਆਪ ਵੀ ਹੋ ਤਾਂ ਐਪਰੀਸ਼ੀਏਸ਼ਨ ਬਣਦੀ ਐ ਜੇ ਤੁਸੀਂ ਐਪਰੀਸ਼ੀਏਸ਼ਨ ਕਰੋਗੇ ਤੁਹਾਡੇ ਮਨ ਨੂੰ ਵੀ ਖੁਸ਼ੀ ਮਿਲੂਗੀ ਜਿਹਦੀ ਐਪਰੀਸ਼ੀਏਸ਼ਨ ਤੁਸੀਂ ਕਰੋ ਉਹਨੂੰ ਬੜਾ ਵਧੀਆ ਕੌਨਫੀਡੈਂਸ ਮਿਲੂਗਾ ਉਹ ਹੋਰ ਅੱਗੇ ਜਾਊਗਾ ਜੇ ਤੁਸੀਂ ਐਪਰੀਸ਼ੀਏਟ ਨਹੀਂ ਕਰਨਾ ਉਲਟਾ ਉਹਨੂੰ 네ਗੈਟਿਵਿਟੀ 네ਗੈਟਿਵਿਟੀ ਕਰੀ ਜਾਣੀ ਐ ਆਪ ਕੁਛ ਕਰਨਾ ਨਹੀਂ ਆ ਫਾਲਟ ਕੱਢੀ ਜਾਣੇ ਲੋਕਾਂ ਦੇ ਵਿੱਚ ਉਹ ਤੁਸੀਂ ਆਪ ਤਾਂ ਡੁੱਬਣਾ ਹੀ ਆ ਦੂਜਿਆਂ ਨੂੰ ਵੀ ਡੋਬੋਗੇ ਸੋ ਆਪਣੀ ਬਿੜੀ ਵੀ ਗਾਂ ਲਾ ਕੇ ਜਾਓ ਦੂਜਿਆਂ ਨੂੰ ਵੀ ਗੋ ਟੂਗੇਦਰ ਗਰੋ ਟੂਗੇਦਰ ਹਰ ਇੱਕ ਚੀਜ਼ ਦਾ ਇੱਕ ਮਤਲਬ ਹੁੰਦਾ ਤੇ ਬਾਕੀ ਇਹ ਹੈ 네ਗੈਟਿਵਿਟੀ ਕੱਢਣੀ ਬਣੀ ਆਪਣੀ ਕਮਿਊਨਿਟੀ ਬੋਡੀ ਸਟਰੋਂਗ ਐ ਬੜੀ ਮਿਹਨਤੀ ਐ ਸਾਰੇ ਹੀ ਦੇਖੋ ਬਾਹਰਲੇ ਮੁਲਕਾਂ ਜਾ ਕੇ ਸਾਰਿਆਂ ਨੇ ਕੰਮ ਸੱਟ ਕੀਤੇ ਕੁਛ ਨਾ ਕੁਛ ਕੀਤਾ ਹੀ ਆ ਵਧੀਆ ਕੀਤਾ ਪਰ ਇੱਥੋਂ ਹੀ ਪੰਗਾ ਪੈ ਜਾਂਦਾ ਇੱਕ ਜਿਹੜਾ ਜੈਲਸ ਫੈਕਟਰ ਆ ਤੇ ਇੱਕ ਥੋੜੀ ਜਿਹੀ ਲੱਤ ਖਿੱਚ ਮਹਿਕਮਾ ਜਿਹੜਾ ਹਨਾ ਉਹ ਕੰਮ ਕਰਕੇ ਆਪਣੀ ਕਮਿਊਨਿਟੀ ਥੋੜੀ ਜਿਹੀ ਬਣਾਣੀ ਆਪਾਂ ਵੀ ਰਹਿ ਜੰਨੇ ਆ ਪਿੱਛੇ ਰਹਿ ਜੰਨੇ ਆ ਅਗਲੇ ਨੂੰ ਵੀ ਹੁਣ ਜੇ ਦੀ ਲੱਤ ਖਿੱਚੀ ਉਹਨੇ ਵੀ ਡੰਗਣਾ ਨਾਲ ਆ ਬੜੇਗਾ ਤੇ ਉਸ ਕਰਕੇ ਆਪਣਾ ਫਿਰ ਥੋੜਾ ਜਿਹਾ ਉਹ ਹਨਾ ਮਨ ਖਰਾਬ ਹੁੰਦਾ ਕਿਤੇ ਕਿਤੇ ਲੋਕ ਜਿਹੜੀ ਬਕਵਾਸ ਹੋਜੀ ਕਰਦੇ ਕਿਤੇ ਕਲਾਬ ਬੈਟਰ ਆ ਕਿ ਮਿਹਨਤ ਕਰੋ ਤਾਂ ਹੀ ਅੱਗੇ ਜਾਉਂਗੇ ਪਰ ਉਹ ਜਿਹੜਾ ਬਗਵਾਸ ਬਾਜੀ ਕਰਨ ਵਾਲਾ ਬੰਦਾ ਜਿਹੜਾ ਇਦਾਂ ਸੌਥਸ ਰੱਖਣ ਵਾਲਾ ਉਹ ਲਾਈਫ 'ਚ ਕਦੇ ਕੰਮਜਾਬ ਨਹੀਂ ਹੁੰਦਾ ਨੈਵਰਾਬਾ ਤੁਸੀਂ ਦੇਖ ਲਿਓ ਕਦੇ ਵੀ ਤੁਸੀਂ ਰੀਅਲ ਲਾਈਫ 'ਚ ਵੀ ਹੰਬਲ ਹੋ ਮਤਲਬ ਜਿੱਦਾਂ ਨਾਰਮਲੀ ਰਹਿੰਦੇ ਮੈਂ ਤਾਂ ਅੱਜ ਮਿਲਿਆ ਤੁਸੀਂ ਮੈਨੂੰ ਉੱਥੋਂ ਗੱਡੇ 'ਚ ਚੋੱਕ ਕੇ ਲਿਆ ਨਹੀਂ ਉਹੀ ਮੈਂ ਨਹੀਂ ਮੈਂ ਤਾਂ ਉਹ ਇਦਾਂ ਓਪਨ ਹੋ ਜਾਂਦਾ ਬੰਦਾ ਫੀਲ ਆ ਜਾਂਦੀ ਹੈ ਅਗਲੇ ਬੰਦੇ ਤੋਂ ਕਿ ਅਗਲਾ ਬੰਦਾ ਕਿੱਦਾਂ ਦਾ ਤੂੰ ਇੰ ਐ ਕਰਿਓ ਮੇਰੇ ਨਾਲ ਜਿੰਮ ਦਾ ਨੰਬਰ ਆਨਲਾਈਨ ਪਿਆ ਇੱਥੇ ਤੇ ਮੈਨ ਲੱਭਣ ਚ ਕੋਈ ਜਾਣਦਾ ਤੁਹਾਨੂੰ ਨਹੀਂ ਮੈਨੂੰ ਤਾਂ ਇੱਥੇ ਕੋਈ ਨਹੀਂ ਆਉਂਦਾ। ਆ ਜਾ। ਨਹੀਂ ਨਹੀਂ ਤਾਂ ਮੈਂ ਜਾ ਕੇ। ਨਹੀਂ ਬਸ ਇੱਥੇ ਤੁਸੀਂ ਫੋਨ ਕਰ ਲਿਓ ਹੁਣ ਘਰ ਤੋਂ ਬੰਦੇ ਦਾ ਪਤਾ ਲਾ ਲਿਓ। ਨਹੀਂ ਮੈਨੂੰ ਆ ਰਹੀ ਹੈ ਫੀਲ ਭਾਜੀ ਮੈਂ ਤਾਂ ਹੀ 3 ਸੈਕਿੰਡ ਇਦਾਂ ਦੇ ਬੰਦੇ ਉਹ ਇੱਕ ਹੰਬਲનેસ ਜਿੱਦਾਂ ਫੀਲ ਨਹੀਂ ਹੰਬਲ ਮੋਟੀਵੇਸ਼ਨ ਜਿਹੜੀ ਆ ਨਾ ਹੰਬਲ ਜੇ ਜੋ ਵੀ ਹੈ ਨਹੀਂ ਹੈ ਉਹ ਮੈਨੂੰ ਨਹੀਂ ਪਤਾ। ਪਰ ਮੇਰੀ ਇਹ ਇੱਕ ਰਹੀ ਹੈ ਆਪਣੀ ਸੋਚ ਹੀ ਹੈ ਸ਼ੁਰੂ ਤੋਂ ਹੀ ਇਹ ਨਹੀਂ ਕਿ ਹੁਣ ਤਾਂ ਮੇਰੀ ਸ਼ੁਰੂਤ ਹੋ ਜਾਂਦਾ ਕਿ ਮੈਨੂੰ ਮੇਰਾ ਇਹ ਹੈ ਕਿ ਰਿਸਪੈਕਟ ਦੋ ਰਿਸਪੈਕਟ ਲਓ। ਹੂੰ। ਹੁਣ ਬਾਜੀ ਕਹੋ ਤੇ ਬਾਜੀ ਕਹੋ ਸਹੀ ਹੈ ਦੈਟਸ ਇਟ ਤੋ ਜੇ ਤੁਸੀਂ ਰਿਸਪੈਕਟ ਦੋਗੇ ਚਾਹੇ ਕੋਈ ਛੋਟਾ ਹੈ ਹੁਣ ਅਸੀਂ ਤਾਂ ਬੱਚਿਆਂ ਨੂੰ ਵੀ ਜਿਦਾ ਮੇਰੇ ਬੱਚੇ ਆ ਕਹ ਲਈ ਤਾਂ ਵਸਕੰਦਰ ਤੁਸੀਂ ਰੋਟੀ ਖਾ ਲਈ ਕਦੇ ਆ ਨਹੀਂ ਵੀ ਤਾਂ ਤੂੰ ਰੋਟੀ ਖਾ ਲਈ ਹਨਾ ਉਹ ਇੱਜ਼ਤ ਦੇਣੀ ਬਣਦੀ ਆ ਤੁਹਾਡੀ ਉਹ ਫਿਰ ਉਦਾਂ ਦਾ ਹੀ ਜਿੱਦਾਂ ਦੀ ਖੂਹ ਚ ਆਵਾਜ਼ ਮਾਨੀ ਖੂਹ ਚ ਉਦਾਂ ਦੀ ਆਵਾਜ਼ ਵਾਪਸ ਨਿਕਲਣੀ ਆ ਹੁਣ ਮੈਂ ਇੱਕ ਚਲੋ ਆਹ ਗੱਲ ਕਹੀ ਮੈਂ ਇੱਕ ਛੋਟੀ ਜਿਹੀ ਗੱਲ ਦੱਤ ਮੈਨੂੰ ਨਾ ਇੱਕ ਬੰਦਾ ਮਿਲਿਆ ਮੈਂ ਤਾਂ ਬਹੁਤ ਮਿਲਦੇ ਰਹਿੰਦੇ ਆ ਉਹ ਜਿਮ 'ਚ ਮਿਲਿਆ ਉਹਦਾ ਮੇਰਾ ਆਪਣਾ ਜਿਮ ਨਹੀਂ ਸੀ ਮੈਂ ਟ੍ਰੇਨਿੰਗ ਕਰਦਾ ਹੁੰਦਾ ਉਹ ਜਾਣਦੇ ਵੀ ਨਹੀਂ ਸੀ ਅਸੀਂ ਆ ਹੀ ਮਿਲੇ ਉਹ ਆ ਕੇ ਬੁਲਾਣ ਲੱਗ ਪਿਆ ਪੰਜਾਬੀ ਨੂੰ ਪੰਜਾਬੀ ਦੇ ਕੇ ਬੁਲਾਣ ਲੱਗਾ ਨਾ ਮੈਂ ਬੋਲਾ ਮੈਂ ਹੋਰ ਭਾਜੀ ਕੀ ਹਾਲ ਚਾਲ ਕਿੰਨਾ ਕਿਦ ਮੈਂ ਕਿੱਥੋਂ ਪੰਜਾਬ ਤੋਂ ਆ ਜਦੋਂ ਨਗਰ ਅੱਛਾ ਤੂੰ ਕਿੱਥੋਂ ਆ ਮੈਂ ਮੈਂ ਨਵੇਂ ਸ਼ਹਿਰ ਤੋਂ ਮੈਂ ਤੁਸੀਂ ਮੈਂ ਇੱਥੋਂ ਆ ਅੱਛਾ ਤੂੰ ਕੰਮ ਕੀ ਕਰਦਾ ਮੈਂ ਮੈਂ ਤੁਸੀਂ ਕੀ ਕਰਦੇ ਠੀਕ ਹੈ ਪਹਿਲੇ ਦਿਨ ਦੀ ਕਨਵਰਸੇਸ਼ਨ ਹੋਈ ਦੂਜੇ ਦਿਨ ਮਿਲ ਹੋਰ ਭਾਜੀ ਕੀ ਹਾਲ ਸਸਰੀ ਘਰ ਸਸਰੀ ਆ ਕਿਦਾਂ ਠੀਕ ਹੈ ਹਾਲਾਂਕਿ ਮੈਂ ਤੋਂ ਛੋਟਾ ਹੀ ਸੀ ਉਹ ਅੱਛਾ 2-3 ਸਾਲ ਹੋਣਾ ਮੇਰੇ ਨਾਲ ਮੇਰਾ ਦੋਸਤ ਜਾਂਦਾ ਹੁੰਦਾ ਸੀਗਾ ਉਹ ਬਨੀਤ ਬੰਡੇਰਾ ਉਹਨੂੰ ਪਤਾ ਸਾਰੀ ਕਨਵਰਸੇਸ਼ਨ ਕਹਿੰਦਾ ਭਾਜੀ ਯਾਰ ਤੈਨੂੰ ਇੰਨੀ ਬਦਤਮੀ ਜਿੰਨਾ ਤੈਨਾਂ ਬੋਲਦਾ ਤੂੰ ਕਿਉਂ ਨਹੀਂ ਬੋਲਦਾ ਮੈਂ ਕਿਹਾ ਤੂੰ ਵੇਟ ਕਰ 8 ਮਹੀਨਾ 9 ਦਿਨ 12ਵੇਂ ਦਿਨ ਆਪੇ ਮੈਨੂੰ ਭਾਜੀ ਭਾਜੀ ਕਹਿਣ ਲੱਗ ਪਿਆ ਹਾਂ ਤੁਸੀਂ ਕਿੰਨੇ ਕੀ ਤੁਸੀਂ ਚੇਂਜ ਨਹੀਂ ਆ ਮੈਂ ਚੇਂਜ ਨਹੀਂ ਹੋਇਆ ਮੈਂ ਕਿਉਂ ਹੋਵਾਂ ਆਪਾਂ ਅਗਲੇ ਨੂੰ ਚੇਂਜ ਕਰਨਾ ਮੈਂ ਵੀ ਜ਼ਿੰਦਗੀ ਦਾ ਮਤਲਬ ਇੱਕ ਪਾਪਾ ਨੇ ਚੀਜ਼ ਦੱਸੀ ਸੀ ਕਿ ਜ਼ਿੰਦਗੀ 'ਚ ਜਦੋਂ ਤੂੰ ਪਹਿਲੇ ਦਿਨ ਕਿਸੇ ਨੂੰ ਭਾਜੀ ਕਹਿੰਦਾ ਹੈ ਜਾਂ ਭਾਈ ਕਹਿੰਦਾ ਉਹ ਜਿੰਨਾ ਮਰਜ਼ੀ ਓਪਨ ਹੋ ਜੇ ਤੇਰੇ ਨਾਲ ਭਾਵੇਂ ਸੇਮ ਏਜ ਦਾ ਹੋਵੇ ਉਹਨੂੰ ਤੂੰ ਭਾਜੀ ਤੇ ਭਾਈ ਹੀ ਕਹਿਣਾ ਫੋ ਲਾਈਫ ਇਹ ਹੁੰਦਾ ਹੈ ਕਿ ਤੁਸੀਂ ਕਿਵੇਂ ਦੂਸਰਾ ਕਰਦੇ ਹੋ ਪਰ ਉਹ ਬੰਦੇ ਨੇ ਆਪ ਵੀ ਕਹੇ ਸੀ ਕਹਿੰਦਾ ਯਾਰ ਤੇਰੇ ਨਾਲ ਰਹਿ ਕੇ ਬਹੁਤ ਬਹੁਤ ਸਿੱਖਿਆ ਹਨ ਸੋ ਇਹ ਛੋਟੂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਇਹ ਅਸੀਂ ਨਹੀਂ ਅਸੀਂ ਮੇਰੇ ਜਿੰਮ ਵਿੱਚ 2300 ਬੰਦਾ ਆਉਂਦਾ ਤੁਸੀਂ ਕਿਸੇ ਤੋਂ ਵੀ ਪੁੱਛ ਲੋ ਜੇ ਮੈਲਵਨ ਜਾਂਦਾ ਮੇਰੇ ਇਹ ਆਤੀ ਹੈ ਸ਼ੁਰੂ ਤੋਂ ਮੈਂ ਮੁੰਡੇ ਕਹ ਵੀ ਦਿੰਦੇ ਕਹਿੰਦੇ ਭਾਈ ਤੁਸੀਂ ਮੈਨੂੰ ਯਾਰ ਐਨਾ ਛੋਟਾ ਮੈਂ ਭਾਜੀ ਕਹਿ ਕੇ ਕਿਉਂ ਬੁਲਾਉਂਦੇ ਰਹਿੰਦੇ ਮੈਂ ਆਪ ਤੁਸੀਂ ਅੱਜ ਮੈਸੇਜ ਕੀਤਾ ਸੀਗਾ ਓਕੇ ਭਾਜੀ ਸੀ ਯੂ ਮੈਂ ਕਿਹਾ ਮੈਨੂੰ ਭਾਜੀ ਕਹਿ ਰਿਹਾ ਨਹੀਂ ਨਹੀਂ ਇਹ ਮੇਰਾ ਸ਼ੁਰੂ ਤੋਂ ਹੀ ਆਪਣਾ ਹੀ ਹੈ ਲਾਈਕ ਇ ਨੈਚੁਰਲ ਹੈ ਚੀਜ਼ ਬੜੀ ਹੋਈ ਠੀਕ ਹੈ ਤੇ ਸੋਹੀ ਗੱਲ ਐਂਡ ਆਫ ਦਾ ਡੇ ਮੈਂ ਲੈ ਕੇ ਜਾਣਾ ਮੈਂ ਥੱਕ ਜਦੋਂ ਤੌਣ ਚ ਸਰੀਆ ਮੇਰੇ ਅੜਾ ਮੈਂ ਤਾਂ ਬਹਿ ਜੂਗਾ ਕੇ ਮੈਂ ਫਿਰ ਬੈਠਾ ਹੀ ਗੱਲ ਨਹੀਂ ਇੱਥੇ ਆ ਕੇ ਮੈਂ ਘਰੇ ਬੈਠਾ ਨਹੀਂ ਮੈਂ ਉਹੀ ਫੀਲ ਹੋ ਜਾਂਦਾ ਹੈ ਕਿ ਇੱਕ ਉਹ ਇੱਕ ਤੁਹਾਡੇ ਤੋਂ ਜਿਵੇਂ ਮੋਟੀਵੇਸ਼ਨ ਦੀ એનર્ਜੀ ਫੀਲ ਹੋ ਰਹੀ ਹੈ ਕਿ ਇੱਕ ਇੱਕ ਤੁਹਾਡੇ ਨਾਲ ਫੀਲ ਹੋਈ ਇੱਕ ਹੋਰ ਪਹਿਲਾਂ ਪੋਡਕਾਸਟ ਕੀਤਾ ਸੀਗਾ ਮੈਂ ਰਿੱਕੀ ਭਾਜੀ ਨਾਲ ਉਹਨਾਂ ਨਾਲ ਫੀਲ ਹੋਈ ਸੀ ਸੇਮ ਥਿੰਗ ਮੋਟੀਵੇਸ਼ਨਲ ਟਾਈਪ ਕਿ ਮੈਂ ਜ਼ਿੰਦਗੀ 'ਚ ਕੋਈ ਕਰਨਾ ਹਾਂ ਥੋੜਾ ਪਤਾ ਲੱਗਦਾ ਫੀਲ ਹੋ ਰਹੀ ਹੈ ਤੁਹਾਡੇ ਜਿਹੜੇ ਬੰਦਾ ਕਿਵੇਂ ਦਾ ਕਿਵੇਂ ਦਾ ਹਾਂ ਮੈਨੂੰ ਥੋੜੀ ਮਜ਼ਾਕ ਦੀ ਹੱਤ ਹੈਗੀ ਹੈ ਇਹ ਜ਼ਰੂਰ ਹੈ ਮੇਰਾ ਇਹ ਕਿ ਹੱਸਦੇ ਖੇਡਦੇ ਰਹੋ ਨਹੀਂ ਪਰ ਥੋੜਾ ਜਿਆਦਾ ਮੋਟਿਵੇਸ਼ਨ ਮਿਲੀ ਸਹੀ ਗੱਲ ਕੋਚ ਰੱਖੋ ਆਪਣੇ ਉਹਨੂੰ ਵਧੀਆ ਰੱਖੋ ਕਿਉਂਕਿ ਲਾਈਫ ਦੇਖੋ ਆਪਾਂ ਜਿੰਮੇ ਜਿੰਮੇ ਤੁਸੀਂ ਕਹਿੰਦੇ ਤਰੱਕੀ ਕਰ ਰਹੇ ਆ ਉਹ ਲਾਈਫ ਆਪਣੀ ਘਟ ਰਹੀ ਆ ਵੱਧ ਤਾ ਨਹੀਂ ਰਹੀ ਹੈ ਨਾ ਐਂਡ ਆਫ ਦਾ ਡੇ ਮੁੱਕਣਾ ਹੀ ਆ ਹੁਣ ਕੱਲ ਨੂੰ ਆਪਾਂ ਚਲੋ ਜੋ ਵੀ ਆਪਣੀ ਜ਼ਿੰਦਗੀ ਭੋਗਦੇ ਆ ਕੱਲ ਨੂੰ ਨਿਆਣਾ ਨੂੰ ਥੋੜਾ ਕਹਵੇ ਵੀ ਤੁਹਾਡਾ ਬਾਪ ਵਧੀਆ ਸੀ ਤੁਹਾਡਾ ਬਾਪ ਅੱਛਾ ਸੀਗਾ ਤੁਹਾਡਾ ਬਾਪ ਐਵੇਂ ਦਾ ਸੀਗਾ ਹੁਣ ਇਹ ਨਾ ਕਹਵੇ ਵੀ ਯਾਰ ਤਰੇ ਬਾ ਆਪਣੇ ਬੜੇ ਘਟਾਲੇ ਕੀਤੇ ਤੇਰਾ ਸਹੀ ਹੈ ਪਿਓ ਚੋਰ ਸੀ ਤੂੰ ਆ ਸੀ ਤਾਗਾਜ਼ੀ ਹੈ ਹੁੰਦੀਆਂ ਇਹ ਗੱਲਾਂ ਕਹਿ ਦਿੰਦੇ ਆਂ ਹੀ ਕਈ ਵਲੇ ਨਾ ਆਵਾਮ ਜੋ ਰੋਜ਼ਾਨਾ ਲਾਈਫ ਦੇ ਵਿੱਚ ਉਹ ਵਟ ਐਵਰ ਜੋ ਵੀ ਆ ਸੋ ਇਹੀ ਆ ਕਿ ਦੇਖੋ ਛੋਟੀ ਹੈ ਜ਼ਿੰਦਗੀ ਜਿਆਦਾ ਵੱਡੀ ਨਹੀਂ ਹੈਗੀ ਆਪਾਂ ਹੀ ਸੋਚਦੇ ਬਹੁਤ ਵੱਡੀ ਆ ਉਥੋਂ ਬਥੇਰੇ ਆਏ ਬਥੇਰੇ ਗਏ ਹੈਨਾ ਉਸ ਤੋਂ ਆਪਾਂ ਵੀ ਜਾਣਾ ਈ ਇੱਕ ਦਿਨ ਸੋ ਐਟ ਲੀਸਟ ਆਪਣਾ ਪਿਆਰ ਮੁਹੱਬਤ ਵੰਡੋ ਨੈਗੇਟਿਵਿਟੀ ਛੱਡੋ ਸੋ ਹਰ ਇੱਕ ਚੀਜ਼ ਨੂੰ ਟੈਕਲ ਕਰਨਾ ਆਉਣਾ ਚਾਹੀਦਾ ਤੁਹਾਨੂੰ ਟੈਕਲ ਤੁਸੀਂ ਨਿਮਰਤਾ ਨਾਲ ਕਰ ਸਕਦੇ ਹੋ ਤੁਸੀਂ ਆਕੜ ਕੇ ਕਿਸੇ ਨੂੰ ਟੱਕਲ ਨਹੀਂ ਕਰ ਸਕਦੇ ਉਹਨਾਂ ਨਾਲ ਸੜਕ ਤੇ ਕਿੰਨਾ ਤੁਹਾਡੀ ਲੜਾਈ ਹੋ ਗਈ ਉਹ ਸੱਚ ਆ ਤਾਂ ਮਹੀਨਾ ਕਿ ਹੋਇਆ ਇਹ ਸਾਡੇ ਜਿਮ ਵਿੱਚ ਸਾਰੇ ਸਟਾਫ ਨੂੰ ਵੀ ਪਤਾ ਹੈ ਇਸ ਇਨਸੀਡੈਂਟ ਦਾ ਮੈਂ ਕੁੜੀਆਂ ਨੂੰ ਸਕੂਲ ਤੋਂ ਲੈ ਕੇ ਆਉਂਦਾ ਸੀਗਾ ਜੀਪ ਸੀ ਮੇਰੇ ਕੋਲ ਉਹਦਾ ਟਾਇਰ ਟੁਰ ਚੰਗੇ ਮਾਰਬੂਨ ਨੂੰ ਪਜਦਾ ਪਵਾਲਾ ਨੇ ਆਪ ਜੀਪਾਂ ਨਾਲ ਉਹਦੀ ਪਤਾ ਨਹੀਂ ਲੱਗਦਾ ਤੁਹਾਡੀ ਕੇਵਲ ਜਜਮੈਂਟ ਨਹੀਂ ਹੁੰਦੀ ਤੁਹਾਡੀ ਉਹ ਮੈਂ ਰਾਈਟ ਲੇਨ ਚ ਜਾਣਾ ਸੀਗਾ ਤਾਂ ਮੈਂ ਉੱਥੇ ਥੋੜੀ ਜਿਹੀ ਬਿਜੀ ਸੀਗਾ ਰੋਡ ਤੇ ਮੈਂ ਥੋੜਾ ਜਿਹਾ ਡਿਵਾਈਡਰ ਤੇ ਚਾੜ ਕੇ ਹਨਾ ਤੇ ਮੈਂ ਉਹੀ ਸ਼ੁਕਲ ਕਰਦਾ ਨਿਆਣਾ ਨਾ ਵੇ ਦੇਖ ਮੈਂ ਉਧਰੋਂ ਚਾੜ ਕੇ ਲੈ ਜਾਣਾ ਕੋਈ ਚੱਕਣੀ ਹਨਾ ਆਪਾਂ ਆਪ ਚਾੜ ਦਿਓ ਕੋਈ ਚੱਕਰ ਨਹੀਂ ਉਹ ਚਾੜ ਕੇ ਤੇ ਮੈਂ ਲੈ ਗਿਆ ਉਹ ਜਿਹੜੀ ਲੈਫਟ ਤੇ ਸੀ ਗੱਡੀ ਹਨਾ ਉਹਦੇ ਸੀ ਜਿਹੜਾ ਬਾਹਰ ਦਾ ਮਿਰਰ ਹੁੰਦਾ ਉਹਦੇ ਨਾਲ ਮੇਰਾ ਉਹ ਜਿਹੜਾ ਸਾਈਡ ਦਾ ਹੁੰਦਾ ਟਾਇਰ ਦੇ ਉੱਤੇ ਜਿਹੜਾ ਹੁੰਦਾ ਉਹ ਗਾਰਡਜਾ ਹਨਾ ਉਹ ਵੱਜ ਗਿਆ ਮੈਨੂੰ ਪਤਾ ਨਹੀਂ ਲੱਗਾ ਜੀਪ ਤੇ ਖੜਕ ਆਵਾਜ਼ ਬਹੁਤ ਹੁੰਦੀ ਆਪਣੇ ਤਾਂ ਮੈਨੂੰ ਪਤਾ ਨਹੀਂ ਲੱਗਾ ਮੈਂ ਲੱਗਿਆ ਤਾਂ ਮੇਰੇ ਪਿੱਛੇ ਹਾਰਨ ਬੱਜੀ ਜਾਣ ਪਾ ਪਾ ਮੈਂ ਕਿਹਾ ਕਿਹੜਾ ਪਾਗਲ ਹਾਰਨ ਮਾਰੀ ਜਾਂਦਾ ਮੈਂ ਗੌਰ ਨਹੀਂ ਕੀਤਾ ਜਦ ਮੈਂ ਕੋਈ ਕੀਤਾ ਹੀ ਨਹੀਂ ਮੈਨੂੰ ਮੇਰੇ ਹਿਸਾਬ ਨਾਲ ਉਹ ਲੱਟਾ ਮਰੀ ਜਾਵੇ ਮੈਂ ਕਿਹਾ ਮਾਰਦਾ ਤਾਂ ਮੈਨੂੰ ਹੀ ਆ ਬਾਈ ਇਹ ਕੌਣ ਹੈ ਨਾ ਤਾਂ ਪੁਲਿਸ ਦੀ ਗੱਡੀ ਹੈ ਮੈਂ ਸਾਈਡ ਤੇ ਗੱਡੀ ਲਾਈ ਗੋਰਾ ਆਇਆ ਬਾਹਰ ਤੇ ਲੈਬਰੀਂਜ ਕੋਸਾ ਮੁੰਡਾ ਤੇ ਬਾਹਰ ਆਇਆ ਤੇ ਆ ਕੇ ਬੜਾ ਗੁੱਸੇ ਚ ਗਾਲਾਂ ਕੱਢਣਾ ਕਿਉਂ? ਯੂ ਕ੍ਰੇਜ਼ੀ ਮੈਨ ਵਾਟ ਯੂ ਡਿਡ ਥਿਸ ਐਂਡ ਥੈਟ ਬਲਬਲ ਮੇਰਾ ਮੈਂ ਕਹਾਂ ਕੀ ਹੋ ਗਿਆ ਭਰਾਵਾ? ਹਾਂ ਕਹਿੰਦਾ ਤੂੰ ਮੇਰਾ ਮੇਰਾ ਤੋੜਤਾ ਉੱਥੋਂ ਆ ਮੈਂ ਕਹਾਂ ਅੱਛਾ ਮੈਂ ਮੈਨ ਤਾਂ ਪਤਾ ਨਹੀਂ ਮੈਂ ਕਹਾਂ ਸੱਚੀ ਨਾ ਉਤਰ ਗਿਆ ਮੈਂ ਦੇਖਿਆ ਉਹਦਾ ਸ਼ੀਸ਼ਾ ਲੰਮਕੇ ਆ ਤੋਰੀ ਵਾਂਗੂ ਹਨਾ ਤੇ ਸੋਰੀ ਕਹਿੰਦਾ ਕਹਿੰਦਾ ਮੇਰੀ ਇਨਵੈਸਟਮੈਂਟ ਕਾਰ ਹੋਲਡਨ ਕਾਰ ਸੀ ਇਨਵੈਸਟਮੈਂਟ ਕਾਰ ਸਿੰਘਾਂ ਦਾ 2-3 ਲੱਖ ਦੀ ਕਾਰ ਆ ਤੇ ਇਹਦਾ 파ਟ ਨਹੀਂ ਮਿਲਨੇ ਕਿਉਂਕਿ ਹੋਲਡਨ ਬੰਦ ਹੋ ਗਈ ਜੇ ਆਸਟ੍ਰੇਲੀਆ ਤੇ ਵਿੱਚ ਮੈਂ ਕਹ ਲੋਕ ਬ੍ਰਦਰ ਡੋਂਟ ਵਰੀ ਮੈਂ ਕਹ ਹਰ ਇੱਕ ਚੀਜ਼ ਦਾ ਹੱਲ ਹੁੰਦਾ ਕੋਈ ਚੱਕਰ ਨਹੀਂ ਪਹਿਲਾਂ ਮੈਂ ਕਹ ਮੇਰੇ ਲਾਇਸੈਂਸ ਦੀ ਫੋਟੋ ਕੱਚ ਮੇਰਾ ਨੰਬਰ ਨੋਟ ਕਰ ਫਿਰ ਨੰਬਰ ਨੋਟ ਕੀਤਾ ਮੈਂ ਕਹ ਤੂੰ ਫਿਕਸ ਕਰਵਾ ਲੈ ਤੂੰ ਇੰਸ਼ੋਰੈਂਸ ਤੋਂ ਜਾਣਾ ਜਿੱਦਾਂ ਤੂੰ ਕਮੇ ਨੋ ਪ੍ਰੋਬਲਮ ਕੈਸ਼ ਕਰਾਣਾ ਬਾਹਰ ਕਰਾਣਾ ਨੋ ਪ੍ਰੋਬਲਮ ਤੂੰ ਕਰਾ ਲੈ ਮﻘਾਬਲ ਪੇ ਫੋਰ ਥਿਸ ਸਿੰਪਲ ਤੇ ਬਾਕੀ ਮੈਂ ਕਹ ਮੇਰਾ ਇੱਥੇ ਲੱਗੇ ਜਿਮ ਜੇ ਮੈਂ ਕਿਤੇ ਫੋਨ ਨਾ ਚੁੱਕਾ ਮੇਰਾ ਕਈ ਵੇਲੇ ਫੋਨ ਨਹੀਂ ਚੁੱਕ ਹੁੰਦਾ ਤੂੰ ਜਿਮ ਮੇਰਾ ਸੁਨੇਹਾ ਦੇ ਸਕਦਾ ਜਿੱਥੇ ਲੋਕਲ ਰਹਿਣਾ ਬੇਨਾ ਸੋਚੀ ਕਿ ਮੈਂ ਭੱਜੇ ਚੱਲਣਾ ਜਾਂਦਾ ਮੈਂ ਤੂੰ ਕਰਾ ਤੇ ਸ਼ਾਮੀ ਗਿਆ ਉਹ ਉਹਦੇ ਕੋ ਮਕੈਨਿਕ ਤੋਂ 250 ਡਾਲਰ ਦਾ ਖਰਚਾ ਸੀ ਮੈਂ ਨਾਲੇ ਟਰਾਂਸਫਰ ਕਰਕੇ ਉਹਨੂੰ ਮੈਸੇਜ ਸਕਰੀਨਸ਼ਾਟ ਭੇਜਦਾ ਉਹਨੇ ਉਹਨੇ ਵੀ ਮੈਨੂੰ ਮਕੈਨਿਕ ਦਾ ਹੀ ਦਿੱਤਾ ਹਨਾ ਉਹ ਵੀ ਕੋਈ ਐ ਨਹੀਂ ਸੀ ਕਿ ਡੋਜੀ ਸੀ ਵਧੀਆ ਬੰਦਾ ਸੀਗਾ ਉਹਦੇ ਤੋਂ ਬਾਅਦ ਮੇਰੇ ਨਾਲ ਵੀ ਮੇਰੀ ਗੁੜੀਆ ਬੈਠੀ ਸੀ ਉਹਦੇ ਨਾਲ ਵੀ ਉਹਦੀ ਗੁੜੀਆ ਬੈਠੀ ਜੋ ਵੀ ਸਕੂਲੋਂ ਲੱਗਿਆ ਸੀ ਮੈਂ ਵੀ ਸਕੂਲੋਂ ਲੱਗਿਆ ਸੀ ਉਹਨੇ ਮੈਨੂੰ ਮੈਸੇਜ ਕੀਤਾ ਯਾਰ ਦੋਨਾਂ 'ਚ ਕਹਿੰਦਾ ਸਾਡੇ 'ਚ ਕਿੰਨਾ ਫਰਕ ਹੈ ਮੈਂ ਕੀ ਕਰਾਂ ਕਹਿੰਦਾ ਮੈਂ ਬਿਲਕੁਲ ਸੋਰੀ ਕਿ ਮੈਂ ਤੈਨੂੰ ਬਹੁਤ ਗਲਤ ਬੋਲਿਆ ਗਿਆ ਦਾ ਉਦੋਂ ਤੇਰੀ ਕੁੜੀਆ ਤੇਰੇ ਨਾਲ ਬੈਠੀ ਜੀ ਤੇਰੀ ਡੌਟਰ ਮੈਨੂੰ ਬੋਲਣਾ ਨਹੀਂ ਚਾਹੀਦਾ ਮੈਨੂੰ ਥੋੜਾ ਨਿਮਰਤਾ ਨਾਲ ਬੋਲਣਾ ਚਾਹੀਦਾ ਜੀ ਕਹਿੰਦਾ ਮੇਰੀ ਵੀ ਕੁੜੀ ਤੂੰ ਬੈਠੀ ਜੀ ਕਹਿੰਦਾ ਹੁਣ ਤੂੰ ਮੇਰੇ ਤੋਂ ਤਕੜਾ ਸੀ ਕਹਿੰਦਾ ਤੇਰੇ ਡੋਲੇ ਡੂਲੇ ਵਧੀਆ ਕਹਿੰਦਾ ਮੈਂ ਤਾਂ ਠੀਕ ਸੀ ਕਹਿੰਦਾ ਤੂੰ ਸਮਾਂ ਕੀ ਆ ਕੇ ਮੈਨੂੰ ਹੋਰ ਡਰਾ ਸਕਦਾ ਸੀਗਾ ਕਹਿੰਦਾ ਪਰ ਤੂੰ ਬੜੀ ਨਿਮਰਤਾ ਨਾਲ ਬੋਲਿਆ ਮੈਂ ਦਾ ਤੂੰ ਗੱਲ 2 ਮਿੰਟ ਸ਼ਾਰਟ ਆਊਟ ਕਰਤੀ ਕਹਿੰਦਾ ਮੇਰਾ ਸਾਰਾ ਗੁੱਸਾ ਉਦੋਂ ਡਾਊਨ ਹੋ ਗਿਆ ਹਨਾ ਕਹਿੰਦਾ ਸ਼ਾਇਦ ਨਹੀਂ ਤਾਂ ਕੋ ਕਹਿੰਦਾ ਮੇਰੀ ਵੀ ਇਨਵੈਸਟਮੈਂਟ ਕਾਰ ਮੈਂ ਨਿਆਣਾ ਨੂੰ ਰੱਖੀ ਆ ਉਹਦਾ ਸ਼ੀਸ਼ਾ ਟੁੱਟਿਆ ਮੈਂ ਕਿਹਾ ਦੇਖ ਪਹਿਲਾਂ ਤਾਂ ਮੇਰੀ ਗਲਤੀ ਸੀ ਜੇ ਮੇਰੀ ਗਲਤੀ ਮੈਂ ਉਹਨੂੰ ਕਿਉਂ ਨਾ ਮੰਨਾਂ ਨੰਬਰ 1 ਮੈਂ ਕਿਹਾ ਨੰਬਰ ਦੇ ਇੱਥੇ ਬੈਂਸਨ ਦਾ ਤਾਂ ਕੋਈ ਗੰਮੇ ਨਹੀਂਗਾ ਹਰ ਇੱਕ ਚੀਜ਼ ਦਾ ਹੱਲ ਹੈ ਜਿੱਦਾਂ ਸਿਆਣਾ ਕਹਿੰਦਾ ਗੱਲ ਆ ਤਾਂ ਹੱਲ ਹੈ ਹੁਣ ਗੱਲ ਹੋਊਗੀ ਤਾਂ ਹੱਲ ਹੋਊਗਾ ਮੈਂ ਕਿਹਾ ਉਹਦੇ ਵੀ ਤਾਂ ਕੋਈ ਨੂੰ ਬੜਾ ਲੰਬਾ ਮੈਸੇਜ ਕੀਤਾ ਮੈਨੂੰ ਅਪੋਲੋਜਾਈਜ਼ ਦਾ ਮੁੰਡੇ ਨੇ ਤੇ ਅਹਿਮਦ ਉਹਦਾ ਨਾਮ ਸੀ ਹਨਾ ਤੇ ਫੇਰ 4 ਦਿਨ ਬਾਅਦ ਮੈਂ ਨਾ ਰਿਸੈਪਸ਼ਨ ਤੇ ਮੈਂਬਰਸ਼ਿਪ ਚੈੱਕ ਕਰਨ ਰਿਹਾ ਸੀਗਾ ਉਦਾਂ ਹੀ ਬੈਠਾ ਜਦੋਂ ਪਿਆਜ ਕਿੰਨੀ ਹੋਈ ਅਸੀਂ ਬੂਨ ਚੈੱਕ ਕਰ ਦਿੰਦੇ ਹੁਣ ਮੈਂ ਥੋੜਾ ਰਿਕਾਰਡ ਤੇ 2 ਦਿਨ ਪਹਿਲਾਂ ਅਹਿਮਦ ਦੀ ਮੈਂਬਰਸ਼ਿਪ ਹੋਈ ਉਹ ਅਹਿਮਦ ਹਿਉਲੀ ਹਮ ਮੈਂ ਕਿਹਾ ਨਾ ਸੁਣਿਆ ਲੱਗਦਾ ਮਥਿਉਲੀ ਹੈ ਨਾ ਮੈਂ ਜਦੋਂ ਫੋਟੋ ਦੇਖੀ ਉਹੀ ਮੁੰਡੇ ਦੀ ਅੱਛਾ ਉਹ ਬੰਦੇ ਨੇ ਮੈਂ ਦੱਸਿਆ ਕਿ ਜਿੰਮ ਮੇਰਾ ਇੱਥੇ ਆ ਉਹ ਦੇਖੋ ਤੁਸੀਂ ਉਹਨੂੰ ਇੰਨਾ ਉਹਨੂੰ ਇੰਪ੍ਰੈਸ ਹੋਇਆ ਕਿ ਉਹ ਆ ਕੇ ਮੈਂਬਰਸ਼ਿਪ ਲੈ ਗਿਆ ਹਮ ਦੱਸਿਆ ਨਹੀਂ ਮੈਨੂੰ ਉਦਾਂ ਮੈਨੂੰ ਕੁੜੀ ਨੂੰ ਕਹਿ ਗਿਆ ਕਹਿੰਦਾ ਨੋ ਕਾਮ ਹਿਸ ਇਜ਼ ਅ ਵੈਰੀ ਗੁੱਡ ਮੈਨ ਤੇ ਮੈਂ ਕੁੜੀ ਨੂੰ ਮੈਂ ਕਿਹਾ ਆ ਬੰਦਾ ਕਦੋਂ ਕਰਾ ਕਹਿੰਦੀ ਇਹ ਪਾਜੀ ਕੱਲ ਪਰਸੋ ਕਰਾ ਕੇ ਕਹਿੰਦੀ ਤੁਹਾਨੂੰ ਉਦ ਦਾ ਬੁੱਦਾ ਆਈ نو ਹਿਮ ਆਮ ਹਿਸ ਫਰੈਂਡ ਪੋਜ਼ਿਟਿਵਿਟੀ ਹੈ ਇਨਾਂ ਦੇ ਸੋ ਉਹਦੇ ਤੋਂ ਬਾਅਦ ਇੱਥੇ ਗੱਲ ਨਹੀਂ ਖਤਮ ਹੋਈ ਉਹਦੇ ਤੋਂ ਬਾਅਦ ਉਹ ਬੰਦੇ ਨੇ ਬੜੀ ਮਿਹਨਤ ਲਾਈ ਆਪਣਾ ਭਾਰਪੂਰ 30 35 ਕਿਲੋ ਤੇ ਮੋਟੀਵੇਸ਼ਨ ਹੀ ਵੜੀ ਆਈ ਉਹ ਕਹਿੰਦਾ ਮੈਂ ਤਾਂ ਅੱਜ ਤੱਕ ਜਿਮ ਬਹੁਤ ਜਿੰਮਾਂ 'ਚ ਗਿਆ ਕਹਿੰਦਾ ਤੇਰੇ ਜਿੰਮੇ ਜਾ ਕੇ ਪਤਾ ਨਹੀਂ ਮੈਨੂੰ ਐਨੀ ਐਨਰਜੀ ਕਿੱਥੋਂ ਆ ਗਈ ਹੁਣ ਤੱਕ ਉਹ ਸਾਨੂੰ 20 ਤੋਂ ਉੱਤੇ ਮੈਂਬਰਸ਼ਿਪ ਦੇ ਚੁੱਕਾ ਆਪਣੇ ਸਾਰੇ ਰਿਸ਼ਤੇਦਾਰ ਉੱਥੇ ਲੈ ਆ ਸਾਡੇ ਸੋ ਗੱਲ ਉਹੀ ਆ ਹ ਜੇ ਮੈਂ ਹੁਣ ਉਹਨਾਂ ਉਹ ਡੀਲ ਕਰਦਾ ਆਪਣੀ ਆਕੜ ਲੈ ਕੇ ਜੇ ਉਹ ਜੋ ਮੇਰਾ ਐਟੀਟਿਊਡ ਹੁੰਦਾ ਪਰ ਮੇਰਾ ਸੀਗਾ ਹੀ ਨਹੀਂ ਨਾ ਮੈਂ ਕਰਨਾ ਕਦੇ ਹਨਾ ਤਾਂ ਸ਼ਾਇਦ ਮੈਂ ਇੱਕ ਹੋਰ ਐਨਮੀ ਪਤਾ ਕਰ ਲੈਂਦਾ ਹੂੰ ਸਹੀ ਗੱਲ ਦੁਸ਼ਮਣ ਪਤਾ ਕਰ ਲੈਂਦਾ ਅਗਲਾ ਕਹਿੰਦਾ ਇਹਦੇ ਜਿੰਮ ਦਾ ਨੁਕਸਾਨ ਕਰਨਾ ਵੀ ਇਹਦੇ ਜਿੰਮ ਵਿੱਚ ਨਾ ਜਾਓ ਇਹ ਬੰਦਾ ਬੜਾ ਹੈ ਬੰਦਾ ਬੜਾ ਹੋਇਆ ਹੁਣ ਕੀ ਇਹ ਗੱਲ ਜਦ ਮੈਂ ਗਲਤੀ ਗਲਤੀ ਮੰਨੀ ਤਾਂ ਆਪਣਾ ਉਹਨੂੰ ਨਿਮਰਤਾ ਨਾਲ ਹੈਂਡਲ ਕੀਤਾ ਟੈਕਲ ਕੀਤਾ ਤੇ ਉਹ ਹੁਣ ਮੈਨੂੰ ਬਿਜ਼ਨਸ ਦੇ ਰਿਹਾ ਤੇ ਮੇਰਾ ਦੋਸਤ ਵੀ ਬਣ ਗਿਆ ਵੈਲਵਿਸ਼ਰ ਵੀ ਆ ਹਰ ਇੱਕ ਜਗ੍ਹਾ ਤਾਰੀਫ਼ ਕਰਦਾ ਤੇ ਹੁਣ ਮਨ ਨੂੰ ਸ਼ਾਂਤੀ ਕਿੱਥੇ ਮਿਲੀ ਆ ਇੱਥੇ ਹੀ ਆ ਨਾ ਸੋ ਉਹੀ ਆ ਨਿਮਰਤਾ 'ਚ ਹੀ ਫਾਇਦਾ ਤੁਸੀਂ ਤਾਂ ਚਲੋ ਹਜੇ ਜ਼ਿੰਦਗੀ ਜੀਵਣੀ ਆ ਤੁਸੀਂ ਜਾਗੋ ਮੈਨੂੰ ਪਤਾ ਜੰਗ ਬਲੱਡ ਜਿਕੇ ਤੇ ਗੁੱਸਾ ਆ ਜਾਂਦਾ ਹੈ ਹਨਾ ਪਰ ਦੇਖੋ ਗੁੱਸਾ ਹਾਰਿਆਂ ਨੂੰ ਆਂਦਾ ਇੱਥੇ ਕੋਈ ਅਸੀਂ ਰੱਬੀ ਰੂਪ ਤਾਂ ਹੈ ਨਹੀਂ ਗੇ ਬੇ ਗੁੱਸਾ ਨਹੀਂ ਆਂਦਾ ਪਰ ਆਪ ਕੰਟਰੋਲ ਉਸ ਗੁਰੂਆਂ ਦੀ ਬਾਣੀ 'ਚ ਸਭ ਕੁਝ ਹੀ ਆ ਇਹ ਬਾਣੀ 'ਚ ਸਭ ਕੁਝ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਣਾ ਸਹੀ ਗੱਲ ਇਹਨਾਂ ਚੀਜ਼ਾਂ ਤੋਂ ਬਚ ਕੇ ਜਿੰਨਾ ਰਹਿ ਗਿਆ ਬੰਦਾ ਉਹ ਉਹ ਉਨਾ ਹੀ ਬੰਦਾ ਕਾਮਯਾਬ ਆ ਉਹ ਕਹਿੰਦਾ ਕਿ ਫਲ ਨੀਵੇਂ ਰੁੱਖਾਂ ਨੂੰ ਮਿੱਠੇ ਲੱਗਦੇ ਸਿੰਬਲਾ ਤੋਂ ਮਾਰਨਾ ਕਰੀਏ ਇਹ ਵੀ ਤੁਕਾਂ ਨੇ ਹਨਾ ਸ਼ਬਦਾਂ ਦੀਆਂ ਬਾਣੀਆਂ ਦੀਆਂ ਤੋਂ ਉੱਥੇ ਹੀ ਹੋਣਾ ਜਿਹੜਾ ਫਲ ਲੱਗਣਾ ਉਹ ਨੀਵੇਂ ਰੁੱਖ ਨੂੰ ਹੀ ਲੱਗਣਾ ਕਦੇ ਉੱਚੇ ਸਫਾਇਦੇ ਨੂੰ ਲੱਗਦਾ ਕੁਝ ਹਾਂ ਫਾਇਦਰ ਕੋਈ ਨਹੀਂ ਲੱਗਦਾ ਬੋੜ ਨੂੰ ਕੀ ਲੱਗਦਾ ਕੁਝ ਨਹੀਂ ਲੱਗਦਾ ਠੀਕ ਹੈ ਆ ਪਪੂਲਰ ਹੋ ਗਏ ਕੋਟੇ ਲੰਬੇ ਲੰਬੇ ਹੋ ਜਾਂਦੇ ਕੁਝ ਨਹੀਂ ਲੱਗਦਾ ਹੁਣ ਤੁਸੀਂ ਉੱਚੇ ਰਹਿ ਕੇ ਗੱਤਗੰਨਾ ਤੋਤੇ ਨੂੰ ਥੁੱਕੂਗੇ ਧੁੱਕ ਤਾਂ ਤੁਹਾਡੇ ਮੂੰਹ ਤੇ ਦਿਖਣਾ ਸਹੀ ਗੱਲ ਸੋ ਬੈੱਡ ਰੱਖ ਕੇ ਧੌਣ ਥੱਲੇ ਰੱਖੋ ਸੋ ਵਧੀਆ ਲਾਈਫ ਤਾਂ ਲਾਈਫ ਹੀ ਰਹਿਣੀ ਹੈ ਲਾਈਫ ਤਾਂ ਛੋਟੀ ਉਹਨਾਂ ਨੇ ਵੀ ਉਹੀ ਜਣੀ ਹੈ ਅਸੀਂ ਵੀ ਉਹੀ ਜਣੀ ਹੈ ਬੈੱਡ ਰੱਖ ਕੇ ਪਿਆਰ ਮੁਹੱਬਤ ਨਾਲ ਜੀ ਲੋ ਉਹਨਾਂ ਵਧੀਆ ਟੂ ਬੀ ਓਨੈਸਟ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਨਹੀਂ ਡੀਪ ਡੀਪਲੀ ਰਿਸਪੈਕਟ ਆ ਦਾ ਦਿਲੀ ਨਹੀਂ ਨਹੀਂ ਮੈਂ ਕਿਸੇ ਨੂੰ ਨਹੀਂ ਕਿਹਾ ਸ਼ਾਇਦ ਅੱਗੇ ਕਿਸੇ ਨੂੰ ਕਹੂੰਗਾ ਵੀ ਨਹੀਂ ਬਹੁਤ ਘੱਟ ਬੰਦੇ ਨਹੀਂ ਨਹੀਂ ਬਹੁਤ ਬੰਦੇ ਨੇ ਅਸੀਂ ਵੀ ਓਨੈਸਟ ਸੀਰੀਅਸਲੀ ਅਸੀਂ ਵੀ ਲਾਈਫ ਤੋਂ ਸਿੱਖੀਆਂ ਸਾਨੂੰ ਕਿਹੜਾ ਜੰਮ ਦੇਣ ਵਾਂਗੇ ਮਤਲਬ ਇਹ ਹੈ ਕਿ ਜ਼ਰੂਰੀ ਹੈ ਪਰ ਜੋ ਤੁਸੀਂ ਬੋਲਦੇ ਹੋ ਉਦਾਂ ਦੇ ਹੋਣਾ ਜ਼ਰੂਰੀ ਆ ਇਹ ਨਹੀਂ ਕਿ ਸਿਰਫ ਬੋਲ ਲੈਣਾ ਹੀ ਤਾਂ ਹੀ ਮੈਂ ਤਾਂ ਨਹੀਂ ਉਹ ਫੀਲ ਹੋ ਜਾਂਦਾ ਭਾਜੀ ਕਿੰਨਾ ਜੇਰ ਹੋ ਗਿਆ ਆਪਾਂ ਨੂੰ ਗੱਲ ਕਰਦੇ ਉਹ ਫੀਲ ਹੋ ਜਾਂਦਾ ਹਾਂ ਕਿੰਨਾ ਟਾਈਮ ਹੋ ਗਿਆ ਚਲੋ ਮਕੈਡ 1:30 ਬੱਜ ਗਿਆ थैंक यू सो मच भाजी वो ਕਹਿੰਦੇ ਹੁੰਦੇ ਨਾ ਭੂਤਾਂ ਦਾ ਟਾਈਮ ਹੋ ਗਿਆ 1:30 ਬੱਜ ਗਿਆ थैंक यू सो मच थैंक यू डीप रिस्पेक्ट थैंक यू फॉर ਕਮਿੰਗ थैंक यू एंड ਇੱਕ ਵਾਰੀ ਕਹੋ ਸਬਸਕ੍ਰਾਈਬ ਟੂ ਕੈਨਕਾਸਟ ਐਂਡ ਵਿਜ਼ਿਟ ਕਮਰ ਸਪਲੀਮੈਂਟ ਨੇ ਵੀ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕੈਨਕਾਸਟ ਕੀ ਕਹਿੰਦੇ ਹੁੰਦੇ ਉਹ ਘੰਟੀ ਬਰ ਦੱਬੋ ਬੈਲ ਆਈਕਨ ਬੈਲ ਆਈਕਨ ਹਾਂ ਉਹ ਦੱਬ ਦਿਓ ਫਿਰ ਕੀ ਆ ਨੋਟੀਫਿਕੇਸ਼ਨ ਆ ਜਾਂਦੀ ਹੈ ਨਾ ਤੇ ਵਿਜ਼ਿਟ ਕਾਮਾ ਸਪਲੀਮੈਂਟ ਬ੍ਰੈਂਟਨ ਸਟੋਰ ਇਹਨਾਂ ਦੇ ਹਰ ਕਿੱਥੇ ਹੈਗੇ ਆ ਜਿੱਥੇ ਤੁਹਾਨੂੰ ਲੱਗਦਾ ਹੈ ਵਿਜ਼ਿਟ ਕਰ ਲਓ ਡਾਲੇ ਦਾ ਰੋਲਾ ਡਾਲੇ ਦਾ ਰੋਲਾ ਖਿੱਚ ਕੇ ਰੱਖੋ ਥੈਂਕ ਯੂ ਪਾਜੀ ਥੈਂਕ ਯੂ ਕਿਵਨ ਚਾਹ ਗਰਮ ਕਰ ਦਿਦਾ ਨਾ 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 ਹੁਣ ਹੁਣ ਮੈਂ ਸੋਣਾ ਵੀ ਆ ਜਾਣਾ